अपना संजय पंजाब रेडियो वॉइस ऑफ खालसा ते आप सारयां दा निघा स्वागत है। मैं हाँ जसवीर सिंह। सारयां नूं गुरु फतेह प्रवान होवे जी। वाहिगुरु जी का खालसा, वाहिगुरु जी की फतेह। अज जिहड़ी साडी गलबात दा विशा है, पंजाब दी दशा ते दिशा की है, पंजाब दी जिहड़ी दशा है ते दिशा की है ते किधर नूं जा रही हैगी है ते आउण वाले समें दे विच की होण वाला हैगा, किद्दां दे हालात बणनगे। हर वीक दी तरह नरेंद्र सिंह मेरे नाल जुड़ चुके हैं। नरेंद्र सिंह जी, वाहेगुरु जी का खालसा, वाहेगुरु जी की फतेह। जसवीर सिंह, तुहानू ते जिन्ने वीर भैण जुड़े सारयां नूं वाहेगुरु जी का खालसा, वाहेगुरु जी की फतेह। जी नरेंद्र सिंह जी, सब तो पहले तो आप गल करांगे कि 29 साल जेल दे विच रहण तो बाद भाई लाल सिंह अकालगढ़ जिन्हां की पक्की रिहाई मिली, असीं इस खुशी ते गुरु साहब दा शुकराना करना चाहते हैं कि गुरु साहब साढ़े जिन्हें भी सारे कैदी है जेलों के बंद उन्होंने जल्दी तो जल्दी जी पक्की रिहाई मिले। की दो लफ्ज कहना चाहोगे? बिल्कुल जी, मेरे वालों भी लाल सिंह अकालगढ़ उन्होंने मुबारक भी कह सकते हैं, तो नाल दी नाल ये कह सकते हैं भी आसा कह लो सिख कौम जिन्नी होंदिया भी साढ़े जिन्हें जो जिन्होंने अपने जीवन जेलों च ये कह लो गाले भी नहीं कह सकते कौम के लेखे लाए ने। ਅਸੀਂ ਕਈ ਵਾਰ ਸ਼ਬਦ ਵਰਤ ਲੈਂਦੇ ਹਾਂ ਆਪਣੇ ਜ਼ਿੰਦਗੀ ਗਾਲ ਲਈ, ਸਾਡੇ ਜਿੰਨੇ ਕੌਮ ਦੇ ਯੋਧੇ ਆ ਉਹ ਲੇਖੇ ਲਾਉਂਦੇ ਆ ਕੌਮ ਦੇ ਆਪਣੀ ਜ਼ਿੰਦਗੀ ਨਾ ਕਿ ਗਾਲਦੇ ਆ, ਕਿਉਂਕਿ ਸਾਨੂੰ ਬਹੁਤ ਗੱਲਾਂ ਪਿੱਛੇ ਵੀ ਅਸੀਂ ਕਹਿੰਦੇ ਹਾਂ ਦੇਖੋ ਜੀ ਅਸੀਂ ਕੀ ਖੱਟਿਆ, ਬਹੁਤ ਕੁਛ ਖੱਟਦੀ ਆ ਕੌਮ, ਜੇ ਕੋਈ ਗਵਾਇਆ ਜਾਂਦਾ ਤਾਂ ਹੀ ਖੱਟਿਆ ਜਾਂਦਾ, ਬਿਨਾਂ ਗਵਾਉਣ ਤੋਂ ਖੱਟ ਕਦੇ ਨਹੀਂ ਹੁੰਦਾ। ਸਾਡੇ ਇਤਿਹਾਸ ਗੁਰ ਇਤਿਹਾਸ ਤੋਂ ਲੈ ਕੇ ਅੱਜ ਤੱਕ ਕਹਿੰਦੇ ਹਾਂ ਅਸੀਂ ਉਹਨਾਂ ਦੀ ਜਿੰਨੀ ਜ਼ਿੰਦਗੀ ਉਹਨਾਂ ਨੇ ਕੌਮ ਦੇ ਲੇਖੇ ਲਾਈ ਆ ਅਸੀਂ ਉਹਨਾਂ ਨੂੰ ਉਹਦੇ ਕਹਿਣ ਨੂੰ ਸਿਰ ਝੁਕਦਾ ਝੁਕਾਉਂਦੇ ਹਾਂ, ਜੋ ਉਹਨਾਂ ਨੇ ਪਰਿਵਾਰਕ ਤੌਰ 'ਤੇ ਜਾਂ ਹੋਰ ਵੀ ਜਿੰਨੇ ਸਾਡੇ ਯੋਧੇ ਨੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਵਾਰੀਆਂ ਜਾਂ ਅੱਜ ਵੀ ਜੇਲ੍ਹਾਂ ਵਿੱਚ ਨੇ ਆਪਣੀ ਜ਼ਿੰਦਗੀ ਕੌਮ ਦੇ ਲੇਖੇ ਲਾਈ ਹੋਈ ਆ। ਅਸੀਂ ਤਾਂ ਆਪਣੇ ਬੱਚਿਆਂ ਵਿੱਚ ਪਰਿਵਾਰਾਂ ਨਾਲ ਖੇਡਦੇ ਹਾਂ, ਉਹਨਾਂ ਦਾ ਵੀ ਜੀ ਕਰਦਾ ਸੀ ਜਿਹੜੇ ਉਹਨਾਂ ਨੇ ਕੀਮਤੀ ਪਲ ਹੁੰਦੇ ਆ ਜ਼ਿੰਦਗੀ ਦੇ ਪਲ ਪਲ। ਆਪਾਂ ਤਾਂ ਇੱਕ ਹਫ਼ਤਾ ਲਾ ਕੇ ਵੀ ਬਾਹਰ ਜੇ ਅਸੀਂ ਟਰੱਕ ਚਲਾਉਂਦੇ ਹਾਂ ਅਸੀਂ ਕਹਿੰਦੇ ਵੀਕਐਂਡ 'ਤੇ ਜਵਾਕਾਂ ਕੋਲ ਹੋਈਏ, ਉਹਨਾਂ ਨੇ ਤਾਂ ਸਾਲਾਂ ਵਧੀ, ਕਈਆਂ ਦੇ ਤਾਂ ਇਹ ਕਹਿ ਲਓ ਵੀ ਅੱਗੇ ਪਰਿਵਾਰ ਵੀ ਨਹੀਂ ਹੈਗੇ, ਭਾਈ ਜਗਤਾਰ ਸਿੰਘ ਹਵਾਰਾ ਕਹਿ ਲਓ ਜਾਂ ਅਸੀਂ ਤਾਂ ਬਹੁਤ ਕੁਛ ਸੋਚਦੇ ਹਾਂ ਆਪਦੇ ਜਵਾਕਾਂ ਬਾਰੇ, ਪਰ ਉਹ ਇੱਕ ਗੱਲ ਕਹਿ ਦੇਣੀ ਇੱਥੇ ਆਮ ਆਪਣੇ ਇੱਕ, ਹੁਣ ਮੈਂ 2 ਮਿੰਟ ਇਹਦੇ ਲਊਂਗਾ ਕਿਉਂਕਿ ਬਹੁਤ ਵੱਡੀ ਗੱਲ ਆ ਇਹ। ਜਿੰਨੇ ਹੁਣ ਅਸੀਂ ਆਮ ਆਪਾਂ ਕਹਿੰਦੇ ਹਾਂ ਕਹਿੰਦੇ ਹਾਂ ਜੀ ਇਹ ਜੀ ਲੁਟੇਰੇ ਜੀ ਐਂ ਜੀ ਫਲਾਣਾ ਜੀ ਚੋਰ ਚੱਕੇ ਜੀ, ਸ਼ਬਦ ਕਹਿਣੇ ਬਹੁਤ ਸੌਖੇ ਨੇ, ਚੋਰ ਚੱਕਾ ਚੋਰੀਆਂ ਲੁੱਟਾਂ ਖੋਹਾਂ ਆਪਦੀ ਜ਼ਿੰਦਗੀ 'ਚ ਐਸ ਲਈ ਕਰਦਾ ਹੁੰਦਾ, ਮਰਨ ਨੂੰ ਮੂਹਰੇ ਰੱਖ ਕੇ ਕੋਈ ਚੋਰ ਲੁਟੇਰਾ ਨਹੀਂ ਬਣਦਾ ਹੁੰਦਾ, ਅਤੇ ਇਹਨਾਂ ਨੇ ਆਪਣੀ ਮੌਤ ਨੂੰ ਮੂਹਰੇ ਰੱਖ ਕੇ ਜੋ ਆਪਣਾ ਕੀਮਤੀ ਸਮਾਂ ਜ਼ਿੰਦਗੀ ਦਾ ਆਪਣੇ ਪਰਿਵਾਰਾਂ ਦਾ ਸਮਾਂ ਦੁੱਖ ਚੱਲੇ, ਇੱਕ ਗੱਲ ਨਹੀਂ ਸਾਰੀਆਂ ਹੀ, ਇੱਕ ਉਹੋ ਜਿਹੀ ਹਕੂਮਤ ਦੇ ਵੱਸ ਪੈ ਕੇ ਦੁੱਖ ਚੱਲੇ, ਕਹਿ ਲਓ ਵੀ ਮੁਗਲਾਂ ਨਾਲੋਂ ਵੀ ਭੈੜੀ ਹਾਲਤ ਜੋ ਸਾਡੀ ਅੱਜ ਦੇ ਸਿਸਟਮ 'ਚ ਹੋਈ ਆ ਉਹ ਸਾਡੇ ਸਾਹਮਣੇ, ਅਸੀਂ ਸਿਜਦਾ ਕਰਦੇ ਹਾਂ ਸਾਰਿਆਂ ਯੋਧਿਆਂ ਦੀ ਜੋ ਵੀ ਦੇਣ ਆ ਕੌਮ ਨੂੰ। ਬਿਲਕੁਲ ਜੀ, ਜਿਹੜਾ ਜ਼ੁਲਮ ਆ ਉਹ ਮੁਗਲਾਂ ਨੇ ਨਹੀਂ ਉਨਾ ਕੀਤਾ ਜਿੰਨਾ ਸਾਡੀ ਜਿਹੜੀ ਆਹ ਜਿਹੜੀ ਕਰੰਟ ਸਰਕਾਰ ਵਾ ਜਿਸ ਨੂੰ ਅਸੀਂ ਆਜ਼ਾਦ ਮੁਲਕ ਕਹਿੰਦੇ ਹੈਗੇ ਹਾਂ, ਉਸ ਮੁਲਕ ਦੇ ਵਿੱਚ ਜੋ ਸਾਡੇ 'ਤੇ ਤਸ਼ੱਦਦ ਹੋਇਆ ਉਹ ਕਿਤੇ ਵੀ ਤੁਹਾਨੂੰ ਹਿਸਟਰੀ 'ਚ ਪੜ੍ਹਨ ਨੂੰ ਮਿਲੂਗਾ ਨਹੀਂ ਕਿ ਮੁਗਲਾਂ ਨੇ ਸਾਡੀਆਂ ਮਾਵਾਂ ਭੈਣਾਂ ਧੀਆਂ ਦੇ ਨਾਲ ਇਸ ਤਰੀਕੇ ਨਾਲ ਕੀਤਾ ਹੋਵੇ। ਅੱਜ ਦੀ ਜਿਹੜੀ ਆਪਾਂ ਗੱਲਬਾਤ ਆ, ਸਾਰੇ ਵਿਸ਼ੇ ਜਿਹੜੇ ਆਪਾਂ ਤਕਰੀਬਨ ਟੱਚ ਕਰਨ ਦੀ ਕੋਸ਼ਿਸ਼ ਕਰਾਂਗੇ, ਅੱਜ ਦੇ ਜਿਹੜੇ ਹਾਲਾਤ ਆ ਉਹਨਾਂ ਨੂੰ ਲੈ ਕੇ ਜਿਹੜਾ ਸੈਂਟਰ ਵਾ ਉਹ ਪੰਜਾਬ ਨੂੰ ਚਿੱਠੀਆਂ ਪਾਉਂਦਾ ਹੈਗਾ ਆ, ਜਿੱਦਾਂ ਜਦੋਂ ਪੰਜਾਬ ਭਾਰਤ ਆਜ਼ਾਦ ਹੁੰਦਾ ਸੋ ਕਾਲਡ ਜਿਹਨੂੰ ਆਪਾਂ ਆਜ਼ਾਦੀ ਕਹਿੰਦੇ ਹੈਗੇ ਹਾਂ, ਜਦੋਂ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਕਿਹਾ ਸੀ, ਹੁਣ ਪੰਜਾਬ ਦੇ ਲੋਕਾਂ ਨੂੰ ਕਿਹਾ ਗਿਆ ਕੁਛ ਇਸ ਤਰੀਕੇ ਦਾ ਕਿ ਤੁਸੀਂ ਜਿਹੜਾ ਲੋਕਾਂ ਦੇ ਨਾਲ ਬਦਸਲੂਕੀ ਕਰਦੇ ਹੋ, ਬੇਸਿਕਲੀ ਇੱਕ ਫਤਵਾ ਦਿੱਤਾ ਹੈ, ਉਹਦੇ ਬਾਰੇ ਥੋੜ੍ਹਾ ਜਿਹਾ ਦੱਸੋ। ਬਿਲਕੁਲ, ਆਪਾਂ ਅੱਜ ਜੋ ਝਾਤ ਪਾਵਾਂਗੇ ਸਾਡਾ ਅੱਜ ਦਾ ਵਿਸ਼ਾ ਹੈਗਾ ਅੱਜ ਦੇ ਪੰਜਾਬ ਦੀ, ਅਸੀਂ ਇੱਕ ਜੋ ਅੱਗੇ ਵੀ ਕਹਿੰਦੇ ਹਾਂ ਚਾਹੇ ਅਸੀਂ ਸਿੱਖ ਰਾਜ ਦੀ ਗੱਲ ਵੀ ਕਰਦੇ ਹਾਂ, ਪਰ ਅਸੀਂ ਕਹਿੰਦੇ ਹਾਂ ਸਿੱਖ ਕੌਮ ਆ ਜਿਹੜੀ ਸਰਬੱਤ ਦਾ ਭਲਾ ਚਾਹੁੰਦੀ ਹੈ ਧਰਮਾਂ ਤੋਂ ਉੱਪਰ ਉੱਠ ਕੇ, ਇਸੇ ਤਰ੍ਹਾਂ ਅਸੀਂ ਪੰਜਾਬ ਦੀ ਅੱਜ ਦਸ਼ਾ ਕਹਿ ਲਓ ਅਤੇ ਦਿਸ਼ਾ ਦੋਨਾਂ 'ਤੇ ਗਾ ਜਿੰਨਾ ਕੁ ਸਾਨੂੰ ਪਰਮਾਤਮਾ ਨੇ ਬੁੱਧੀ ਬਖਸ਼ੀ ਆ ਉਹ ਸੰਸਾਰ ਅਸੀਂ ਜੋ ਅਸੀਂ ਦੇਖਦੇ ਹਾਂ ਆਪਦੀ ਸੋਚ ਅਨੁਸਾਰ, ਜੋ ਬਾਕੀ ਸਾਡੇ ਵੀਰ ਭੈਣ ਆ ਉਹਨਾਂ ਦੀ ਵੀ ਜੋ ਸੋਚ ਆ ਆਪਣੀ ਪ੍ਰਗਟ ਕਰਨ, ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ। ਹੁਣ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਜਿਵੇਂ ਇਹ ਕਹਿ ਲਓ ਵੀ ਮੁਗਲਾਂ ਵੇਲੇ ਵੀ ਫਰਮਾਨ ਆਉਂਦੇ ਸੀ ਜਾਂ ਜਿਵੇਂ ਕਹਿ ਦਿਉ ਇੱਕ ਤੁਗਲਕ ਰਾਜਾ ਹੋਇਆ, ਤੁਗਲਕ ਹੀ ਫਰਮਾਨ ਨਹੀਂ ਹੁੰਦੇ, ਉਹਨੂੰ ਕਹਿੰਦੇ ਸੀ ਤੁਗਲਕ ਹੀ ਫਰਮਾਨ, ਇੱਕ ਕਹਾਵਤ ਬਣੀ ਹੋਈ ਆ।
ਤੇ ਉਹ ਤੁਗਲਕੀ ਫਰਮਾਨ ਸਾਡੇ ਤੇ ਅੱਜ ਲਾਗੂ ਹੋ ਰਹੇ ਨੇ, ਇਤਿਹਾਸ ਦੁਹਰਾ ਰਿਹਾ। ਉਹ ਜਿਵੇਂ ਹੁਣ ਅਸੀਂ ਕਹਿ ਦਿੰਦੇ ਹਾਂ, ਅਸੀਂ ਗੱਲ ਕਰਦੇ ਹਾਂ ਵੀ ਪਹਿਲਾਂ ਸਾਨੂੰ ਇੱਕ ਜਦੋਂ ਆਜ਼ਾਦ ਹੋਣ ਤੋਂ ਬਾਅਦ ਜਦ ਹੀ ਭਾਈ ਕਪੂਰ ਸਿੰਘ ਜਿਹੜੇ ਸੀਗੇ ਉਹ ਜੀ ਜਦੋਂ ਸੀਗੇ ਔਫੀਸਰ, ਉਹਨਾਂ ਨੂੰ ਜੋ ਮਿਲਿਆ ਇੱਕ ਫਰਮਾਨ ਕਹਿ ਲਓ, ਉਹੀ ਤੁਗਲਕੀ ਫਰਮਾਨ ਵੀ ਜੀ ਜਿਹੜੀ ਸਿੱਖ ਕੌਮ ਆ ਇਹ ਜਰਾਇਮ ਪੇਸ਼ਾ ਕੌਮ ਆ ਅਤੇ ਇਹਨਾਂ 'ਤੇ ਤੱਕੜੀ ਨਜ਼ਰ ਰੱਖੀ ਜਾਵੇ। ਉਹ ਬਿਲਕੁਲ ਕਈ ਵਾਰ ਉਹ ਬਹੁਤ ਬਾਅਦ 'ਚ ਸਾਡੇ ਆਮ ਲੋਕਾਂ ਦੇ ਸਾਹਮਣੇ ਆਈ ਗੱਲ, ਇਹ ਆਮ ਪਤਾ ਨਹੀਂ ਸੀ ਪਹਿਲਾਂ ਇਹ ਗੱਲਾਂ। ਜਿਵੇਂ ਹੁਣ ਤਾਂ ਇਹ ਜੱਗ ਜਾਹਰ ਹੀ ਹੋ ਚੁੱਕਿਆ ਨੇ, ਇੰਨੇ ਸਮੇਂ ਬਾਅਦ ਅਸੀਂ ਕਹਿੰਦੇ ਹਾਂ ਜੀ ਇਹ ਬਦਲ ਗਏ ਜੀ, ਇਹਨਾਂ ਨੇ ਸਾਰਾ ਕੁਛ ਕਰ ਲਿਆ ਜੀ, ਹੁਣ ਤਾਂ ਜੀ ਕੌਮ ਨੂੰ ਬਹੁਤ ਜੀ ਅਸੀਂ ਆਜ਼ਾਦੀ ਨਾਲ ਰਹਿੰਦੇ ਹਾਂ, ਪਰ ਅੱਜ ਜੋ ਫਰਮਾਨ ਆ ਰਹੇ ਨੇ ਉਹ ਵੀ ਸਾਡੇ ਸਾਹਮਣੇ ਨੇ। ਹਾਲਾਂਕਿ ਜੋ ਤਸਵੀਰ ਆ ਪੰਜਾਬ ਦੀ ਕਹਿ ਲਓ ਜਾਂ ਸਾਰੇ ਹਿੰਦੁਸਤਾਨ ਦੀ, ਟੋਟਲੀ ਦੁਨੀਆ ਦੇ ਸਾਹਮਣੇ ਆ ਜਾਂ ਦੁਨੀਆ ਦੇ ਵਿੱਚ ਸਿੱਖਾਂ ਦੀ ਤਸਵੀਰ ਆ ਉਹ ਵੀ ਦੁਨੀਆ ਦੇ ਸਾਹਮਣੇ ਆ। ਜੋ ਸਾਡਾ ਵਿਦੇਸ਼ਾਂ ਦੇ ਵਿੱਚ ਅਸੀਂ ਅੱਗੇ ਇੱਕ ਦਿਨ ਗੱਲ ਕੀਤਾ ਸੀ, ਪ੍ਰਭਾਵ ਪੈ ਰਿਹਾ ਉਸ ਤੋਂ, ਜਾਣੀ ਕਈ ਗੱਲਾਂ ਉਜਾਗਰ ਹੋ ਰਹੀਆਂ ਵੀ ਜਿਹੜਾ ਹਿੰਦੁਸਤਾਨ ਕਹਿ ਲਓ, ਭਾਰਤ ਕਹਿ ਲਓ, ਆਪਾਂ ਅੱਗੇ ਕਹਿੰਦੇ ਹੁਣ ਆਪਾਂ ਟਰਾਈ ਕਰਿਆ ਕਰਾਂਗੇ। ਕਈ ਵੀਰਾਂ ਨੂੰ ਲੱਗਦਾ ਵੀ ਅਸੀਂ ਹਿੰਦੁਸਤਾਨ ਕਿਉਂ ਕਹਿੰਦੇ ਹਾਂ, ਕਿਉਂਕਿ ਉਹ ਹਿੰਦੁਸਤਾਨ ਅਸੀਂ ਪਹਿਲਾਂ ਵੀ ਇੱਕ ਦਿਨ ਗੱਲ ਕੀਤੀ ਸੀ, ਜਿਹੜਾ ਉਸ ਖਿੱਤੇ ਦੀ ਜਿਹੜੀ ਵੰਡ ਆ ਉਹ ਧਰਮ ਦੇ ਆਧਾਰ ਤੇ ਹੋਈ ਆ, ਇਹ ਸਾਨੂੰ ਬਿਲਕੁਲ ਮੰਨਣਾ ਪਊ। ਅਸੀਂ ਕਹਿ ਦਿੰਦੇ ਜੀ ਸੰਵਿਧਾਨ, ਹੁਣ ਜਿਵੇਂ ਸੰਵਿਧਾਨ ਵਾਲੇ ਵੀ ਸਾਡੀ ਗੱਲ ਕਈ ਵਾਰ ਕਈ ਪਾਸੇ ਚਲੀ ਜਾਂਦੀ ਹੈ, ਪਰ ਗੱਲਾਂ ਥੋੜੀਆਂ ਟੂਕ ਮਾਤਰ ਕੇ ਕਰਨੀਆਂ ਪੈਂਦੀਆਂ। ਇਹ ਕਹਿੰਦੇ ਵੀ ਜੀ ਸੰਵਿਧਾਨ ਅਸੀਂ ਤੇ ਅੰਬੇਦਕਰ ਜੀ ਨੇ ਘੜਿਆ ਜੀ, ਅਸੀਂ ਤਾਂ ਸੰਵਿਧਾਨ ਤੇ ਵਿਸ਼ਵਾਸ ਕਰਦੇ ਹਾਂ, ਜਿਹੜਾ ਵਿਰੋਧ ਕਰਨਗੇ ਅਸੀਂ ਉਹਨਾਂ ਵਿਰੋਧ। ਉਹ ਭਲਿਓ ਮਾਣ ਸੋ ਵੀ ਉਸ ਤੋਂ ਬਾਅਦ ਉਹ ਕਿੰਨੀਆਂ ਉਹਦੇ ਵਿੱਚ ਅਮੈਂਡਮੈਂਟ ਹੋ ਚੁੱਕੀਆਂ, ਉਹਦੇ ਵਿੱਚ ਤਬਦੀਲੀਆਂ ਹੋ ਚੁੱਕੀਆਂ, ਉਹ ਸੰਵਿਧਾਨ ਤਾਂ ਰਿਹਾ ਹੀ ਨਹੀਂ। ਕਿੰਨੇ ਬਿਲਕੁਲ ਕਿਹੋ ਜਿਹੇ ਕਾਲੇ ਕਾਨੂੰਨ ਬਣਾਤੇ ਤੇ ਉਹ ਤੁਸੀਂ ਕਹੋਗੇ ਅੰਬੇਦਕਰ ਸਾਹਿਬ ਨੇ ਬਣਾਏ ਨੇ, ਜਿਹੜੇ ਤੁਹਾਡੇ 'ਤੇ ਹੀ ਲਾਗੂ ਹੁੰਦੇ ਨੇ, ਤੁਹਾਡੇ ਨਾਲ ਦੇ ਹੀ ਆਗੂ ਜੇਲ੍ਹਾਂ ਵਿੱਚ ਉਹੀ ਕਾਨੂੰਨਾਂ ਦੇ ਥੱਲੇ ਨੇ। ਕੀ ਉਹ ਡਾਕਟਰ ਅੰਬੇਦਕਰ ਦੇ ਕਾਨੂੰਨ ਦੇ ਥੱਲੇ ਜੇਲ੍ਹਾਂ ਦੇ ਵਿੱਚ ਨੇ? ਇਸ ਨਹੀਂ ਕਰਕੇ ਜੋ ਕਹਿੰਦੇ ਵੀ ਉੱਥੋਂ ਜਿਹੜੇ ਉਹ ਕਾਨੂੰਨ ਅਨੁਸਾਰ ਸਾਡੇ ਤੇ ਤੁਗਲਕੀ ਫਰਮਾਨ ਜਾਰੀ ਹੁੰਦੇ ਨੇ, ਉਹਨਾਂ ਵਿੱਚ ਪਿਛਲੇ 2-3 ਹਫ਼ਤੇ ਦੇ ਵਿੱਚ ਲਗਾਤਾਰ ਪੰਜਾਬ ਨੂੰ ਟਾਰਗੇਟ ਕਹਿ ਲਓ ਜਾਂ ਕਿਸਾਨੀ ਦੇ ਸੰਘਰਸ਼ ਕਰਕੇ ਕਹਿ ਲਓ ਜਾਂ ਇੱਕ ਸਿੱਖਾਂ ਦੀ ਭੱਲ ਬਣੀ ਕਹਿ ਲਓ, ਭੱਲ ਨਹੀਂ ਕਹਿ ਸਕਦੇ, ਭੱਲ ਹੁੰਦੀ ਆ ਵੀ ਉਦਾਂ ਹੀ ਹਵਾ ਬਣ ਗਈ, ਹਵਾ ਨਹੀਂ ਜਿਹੜੇ ਸਾਨੂੰ ਗੁਰੂ ਨੇ ਇਹ ਕਹਿ ਲਓ ਸਿਧਾਂਤ ਬਖਸ਼ਿਆ, ਉਸ ਅਨੁਸਾਰ ਜਦੋਂ ਸਿੱਖ ਚੱਲਦਾ ਤਾਂ ਸਾਨੂੰ ਬਾਣੀ ਦੇ ਵਿੱਚ ਵੀ ਕਿਹਾ ਵੀ ਤੁਹਾਡੀ ਵਾਹ ਵਾਹ ਹੋਣੀ ਹੋਈ ਆ, ਉਹ ਤਾਂ ਪ੍ਰਤੱਖ ਜੇ ਚੰਗੇ ਕੰਮ ਕਰੋਗੇ ਵੀ ਉਹ ਤਾਂ ਜੋ ਹੈਗਾ ਉਹਦਾ ਤੁਹਾਨੂੰ ਕ੍ਰੈਡਿਟ ਮਿਲਣਾ ਦੁਨੀਆ ਤੇ ਕਹਿ ਲਓ ਜਾਂ ਭਾਰਤ 'ਚ ਕਹਿ ਲਓ ਜਾਂ ਉੱਥੇ ਦੇ ਜੋ ਹੁਣ ਅੱਜ ਕੱਲ੍ਹ ਹਿੰਦੂ ਕਹਿ ਲਓ ਜਿਹੜੇ ਸਹੀ ਟਰੈਕ ਤੇ ਜਿਹੜੇ ਇਨਸਾਨੀਅਤ ਨੂੰ ਮੰਨਣ ਵਾਲੇ ਹਿੰਦੂ ਵੀਰ ਵੀ ਨੇ ਉਹ ਵੀ ਜ਼ਿਕਰ ਕਰਦੇ ਆ, ਚਾਹੇ ਗੁਰੂ ਤੇਗ ਬਹਾਦਰ ਜੀ ਦਾ ਹੋ ਗਿਆ ਜਾਂ ਹੋਰ ਜੋ ਵੀ, ਚਾਹੇ ਉਹਨਾਂ ਖਾਤਰ ਕੀਤਾ। ਅਸੀਂ ਕਈ ਵਾਰ ਕਹਿੰਦੇ ਹਾਂ ਹਿੰਦ ਦੀ ਚਾਦਰ, ਹਿੰਦ ਦੀ ਚਾਦਰ ਨਹੀਂ, ਸਾਡੇ ਗੁਰੂ ਸਾਹਿਬ ਮਨੁੱਖਤਾ ਦੀ ਚਾਦਰ ਸੀਗੇ, ਉਹ ਕੋਈ ਵੀ ਧਰਮ ਹੁੰਦਾ ਉਹਨਾਂ ਨੇ ਜਾਣਾ ਸੀ। ਤਾਂ ਤੇ ਹੁਣ ਆਪਾਂ ਗੱਲ ਕਰਦੇ ਹਾਂ ਅੱਜ ਦਾ ਜੋ ਸਾਡਾ ਮੇਨ ਵਿਸ਼ਾ। ਪਰ ਮੈਂ ਉਸ ਤੋਂ ਪਹਿਲਾਂ ਇਹ ਗੱਲ ਜ਼ਰੂਰ ਕਹਿਣੀ ਚਾਹੁੰਦਾ, ਜਿਹੜੇ ਕਹਿੰਦੇ ਸੰਵਿਧਾਨ ਸਾਡੇ ਬਾਬਾ ਜੀ ਨੇ ਲਿਖਿਆ ਹੈਗਾ, ਬਹੁਤ ਚੰਗੀ ਗੱਲ, ਪਰ ਹਾਂਜੀ ਸਿਰਫ ਇੱਕੋ ਹੀ ਗੱਲ ਕੋਈ ਲੈ ਕੇ ਫੜ ਕੇ ਨਹੀਂ ਬਹਿ ਜਾਣਾ ਚਾਹੀਦਾ ਹੈਗਾ। ਉਸੇ ਸੰਵਿਧਾਨ ਦੇ ਵਿੱਚ ਇਹ ਹੁਣ ਤਬਦੀਲੀ ਕੀਤੀ ਗਈ ਹੈਗੀ ਆ ਕਿ ਜਿਹਨਾਂ ਲਈ ਉਹ ਬਣਾਇਆ ਸੀ, ਜਿਸ ਗੱਲ ਦੀ ਉਹ ਸ਼ਾਦੀ ਭਰਦੇ ਹੈਗੇ ਆ ਕਿ ਮਜ਼ਦੂਰਾਂ ਦੇ ਲਈ, ਗਰੀਬਾਂ ਦੇ ਲਈ, ਉਹਨਾਂ ਨੂੰ ਉੱਚਾ ਚੱਕਣ ਦੇ ਲਈ ਬਣਾਇਆ ਸੀ, ਉਹ ਹੀ ਸੰਵਿਧਾਨ ਕਹਿੰਦਾ ਹੈਗਾ ਕਿ ਮਜ਼ਦੂਰ ਤੋਂ ਜਿੰਨੇ ਮਰਜ਼ੀ ਘੰਟੇ ਕਰਾਓ, ਕੰਮ ਕਰਾਓ, 12 ਕਰਾਓ, ਜ਼ਿਆਦਾ ਕਰਾਉਣੇ ਜ਼ਿਆਦਾ ਕਰਾਓ, ਕੋਈ ਓਵਰ ਟਾਈਮ ਨਹੀਂ ਸੱਤੇ ਦੇਣ। ਜਿਹੜਾ ਜਿਹੜਾ ਸਭ ਤੋਂ ਮਜ਼ਦੂਰ ਵਰਗ ਆ ਉਹ ਹੀ ਇਹ ਗੱਲ ਕਹਿ ਰਿਹਾ ਹੈਗਾ ਕਿ ਸਾਡੇ ਬਾਬਾ ਜੀ ਨੇ ਬਣਾਇਆ ਹੈਗਾ, ਅਤੇ ਬਾਬਾ ਜੀ ਦਾ ਜਿਹੜਾ ਇਸ ਵੇਲੇ ਉਹਨੂੰ ਪੁੱਠਾ ਗੇੜਾ ਦਿੱਤਾ ਹੋਇਆ, ਉਹਦੇ ਖਿਲਾਫ ਬੋਲਣ ਨੂੰ ਉਹ ਤਿਆਰ ਤੱਕ ਨਹੀਂ ਹੈਗੇ। ਜੇ ਉਹਨਾਂ ਦੀ ਇੰਨੀ ਗਿਣਤੀ ਆ, ਇੰਨੀ ਵੱਡੀ ਗਿਣਤੀ ਦੇ ਵਿੱਚ ਉਹ ਵੱਸਦੇ ਆ ਉਸ ਖਿੱਤੇ ਦੇ ਵਿੱਚ, ਅਤੇ ਕਿਉਂ ਨਹੀਂ ਉਹਦੇ ਖਿਲਾਫ ਆਵਾਜ਼ ਉਠਾਉਂਦੇ? ਇਹ ਬਹੁਤ ਗੱਲਾਂ ਜਿਹੜੀਆਂ ਕਰਨ ਵਾਲੀਆਂ ਹੈਗੀਆਂ, ਪਰ ਆਪਾਂ ਉਸ ਵਿਸ਼ੇ ਵੱਲ ਹੀ ਆਈਏ ਤਾਂ ਵਧੀਆ ਗੱਲ ਆ। ਨਹੀਂ ਵਿਸ਼ਾ ਜਿਹੜੀ ਤੁਸੀਂ ਗੱਲ ਕੀਤੀ ਇਹਦੇ ਨਾਲ ਤਾਂ ਸਿੱਧਾ ਹੀ ਜੁੜ ਜਾਂਦਾ ਨਾ ਵਿਸ਼ਾ, ਜਿਹੜਾ 12 ਘੰਟੇ ਵਾਲੀ ਤੁਸੀਂ ਮਜ਼ਦੂਰਾਂ ਵਾਲੀ ਗੱਲ ਕੀਤੀ ਆ ਨਾ ਜੀ, ਜਿਹੜਾ ਅੱਜ ਦਾ ਸਾਡਾ ਵਿਸ਼ਾ, ਜਿਹੜੀਆਂ ਪੰਜਾਬ ਨੂੰ ਚਿੱਠੀਆਂ ਆ ਰਹੀਆਂ ਉਹਦੇ ਨਾਲ ਸਿੱਧਾ ਹੀ ਜੁੜਦਾ ਬਿਲਕੁਲ ਹੀ ਜੀ। ਅੱਜ ਜਿਹੜੀ ਆਪਾਂ ਮੇਨ ਚਿੱਠੀ ਦੀ ਗੱਲ ਕਰਾਂਗੇ, ਜੋ ਇੱਕ ਪਹਿਲਾਂ ਆਈ ਸੀ ਜਿਵੇਂ ਸਿੱਖ ਜਰਾਇਮ ਪੇਸ਼ਾ ਕੌਮ ਆ, ਉਹ ਅੱਜ ਸਾਰੇ ਵੀਰ ਜਾਣੂ ਹੋਣਗੇ, ਅਸੀਂ ਪਿੰਡਾਂ 'ਚੋਂ ਕਿਸਾਨੀ 'ਚੋਂ ਜ਼ਿਆਦਾ ਵੀਰ ਆਏ ਹਾਂ ਜੀ, ਵੀ ਸਾਡੇ ਘਰਾਂ ਦੇ ਵਿੱਚ ਜਿਹੜੇ ਬਿਹਾਰ ਤੋਂ ਮਜ਼ਦੂਰ ਆਉਂਦੇ ਸੀ ਉਹਨਾਂ ਨੂੰ ਕਿੰਨੇ ਕੁ ਲੋਕਾਂ ਨੇ ਬੰਦੀ ਬਣਾ ਕੇ ਕੰਮ ਲਿਆ ਜਾਂ ਕਿੰਨਿਆਂ ਕਿੰਨੇ ਪੈਸੇ ਦੱਬਿਆ ਹੋਣਗੇ, ਅਸੀਂ ਨਹੀਂ ਕਹਿੰਦੇ। 1-2% ਪਰਿਵਾਰ ਆਮ ਉਹ ਚਾਹੇ ਬਿਹਾਰ ਤੋਂ ਆਵੇ ਚਾਹੇ ਪਿੰਡ 'ਚੋਂ ਕੋਈ ਮਜ਼ਦੂਰੀ ਕਰਦਾ ਹੋਵੇ, ਕਈਆਂ ਦੇ ਪੈਸੇ ਦੱਬ ਲੈਂਦੇ ਨੇ, ਅਸੀਂ ਤਾਂ ਵਿਦੇਸ਼ਾਂ 'ਚ ਆ ਕੇ ਨਹੀਂ ਹਟੇ, ਇਹ ਵੀ ਮੰਨਣਾ ਪਊ। ਅਸੀਂ ਜਿਹੜੇ ਵਿਦੇਸ਼ਾਂ 'ਚ ਜਾ ਕੇ ਅਸੀਂ ਆਪਣਾ ਅਕਲ ਦਾ ਜਿੰਨੇ ਵੀ ਚਾਹੇ ਥੋੜੀ ਪਰਸੈਂਟੇਜ ਆ, ਅਸੀਂ ਜਨਾਜ਼ਾ ਕੱਢਦੇ ਹਾਂ, ਅਸੀਂ ਆਪਣੇ ਭਾਈਆਂ ਦੇ, ਉਹ ਤਾਂ ਬਿਹਾਰੀ ਨਹੀਂ ਨਾ ਹੈਗੇ, ਉਹ ਤਾਂ ਪੰਜਾਬ ਤੋਂ ਹੀ ਆਉਂਦੇ ਆ। ਚਾਹੇ ਹੁਣ ਅੱਜ ਇੱਕ ਸਟੂਡੈਂਟਾਂ ਦੀ ਗੱਲ ਕੀਤੀ ਜਾਂਦੀ ਆ, ਕਿੰਨਿਆਂ ਦੀ ਗੱਲ ਆਉਂਦੀ ਆ ਪੈਸੇ ਦਾ, ਪਰ ਪੰਜਾਬ ਕਿਸੇ ਸਟੇਟ ਦੇ ਆਧਾਰ ਤੇ ਸੈਂਟਰ ਵੱਲੋਂ ਇਹ ਚਿੱਠੀ ਪਾਈ ਜਾਣੀ DGP ਪੰਜਾਬ ਸਰਕਾਰ ਨੂੰ ਜਾਂ DGP ਨੂੰ ਵੀ ਇੱਥੇ ਜੋ ਸਰਹੱਦੀ ਇਲਾਕੇ ਨੇ ਉੱਥੇ ਜੋ ਬਿਹਾਰ ਤੋਂ ਮਜ਼ਦੂਰੀ ਕਰਨ ਆਉਂਦੇ ਲੋਕ ਨੇ
ਉਹਨਾਂ ਨੂੰ ਬੰਧੂਆ ਮਜ਼ਦੂਰ ਬਣਾ ਕੇ ਰੱਖਿਆ ਜਾ ਰਿਹਾ। ਜੀ ਇਹਦੇ ਵਿੱਚ ਬਦਨਾਮ ਕੌਣ ਹੁੰਦਾ? ਸਟੇਟ, ਤੇ ਸਟੇਟ ਦੇ ਲੋਕ ਉੱਥੇ ਬਹੁ ਗਿਣਤੀ ਕਿਹਨਾਂ ਦੀ ਆ? ਸਿੱਖਾਂ ਦੀ। ਜਾਂ ਜਿਹੜੇ ਤੇ ਇਹ ਖੇਤੀ ਦੱਸੋ ਕਰਦੇ ਆ। ਮੈਨੂੰ, ਹਾਂਜੀ, ਸਾਰੇ ਭਾਰਤ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿਸ ਤਰ੍ਹਾਂ ਦੀਆਂ ਸਟੋਰੀਆਂ ਸਾਡੇ ਸਾਹਮਣੇ ਆਉਂਦੀਆਂ, ਜਾਂ ਉਹਨਾਂ ਨੇ ਘਰਾਂ ਵਿੱਚ ਜੋ ਕੰਮ ਕਰਨ ਵਾਲੀਆਂ ਬੀਬੀਆਂ ਰੱਖੀਆਂ ਹੁੰਦੀਆਂ, ਜਾਂ ਛੋਟੇ ਜਵਾਕ ਵੀ ਬੱਚੇ ਵੀ ਰੱਖੇ ਹੁੰਦੇ ਆ, ਉਹਨਾਂ ਨਾਲ ਕਿਸ ਤਰ੍ਹਾਂ ਦਾ ਵਰਤਾਓ ਕੀਤਾ ਜਾਂਦਾ ਸਾਡੇ ਸਾਹਮਣੇ ਵੀਡੀਓ ਆਉਂਦੀਆਂ ਨੇ ਬਹੁਤ। ਉਹਨਾਂ ਨੂੰ ਘੁੱਟ ਘੁੱਟ ਬੁਰਾ ਹਾਲ ਕਰ, ਕਦੇ ਕਿਸੇ ਨੇ ਕਿਸੇ ਸਿਟੀ ਜਾ ਕੇ, ਐਡੇ ਵੱਡੇ ਸ਼ਹਿਰ ਬੰਬੇ ਵਗੈਰਾ, ਕਿਸੇ ਨੇ ਕੋਈ ਇਹੋ ਜਿਹਾ ਫਰਮਾਨ ਜਾਰੀ ਕੀਤਾ? ਬਿਲਕੁਲ ਨਹੀਂ, ਤੁਹਾਨੂੰ ਕਿਤੇ ਨਹੀਂ ਲੱਭੂ। ਹਾਲਾਂਕਿ ਪੰਜਾਬ ਦੇ ਵਿੱਚ ਇਹ ਬਹੁਤ ਘੱਟ ਗਿਣਤੀ ਹੋਣੀ ਆ, ਸਮਾਂ ਉਲਟੇ ਗਿਣਤੀ ਹੋਣੀ ਆ। ਮੈਂ ਆਪ ਅਸੀਂ ਖੇਤੀ ਕਰਦੇ ਰਹੇ ਹਾਂ, ਸਾਡੇ ਨਾਲ ਦੋ ਤਿੰਨ ਵਾਰ ਇਹ ਵਾਪਰਿਆ ਵੀ ਸਮਾਂ ਵੱਧ ਪੈਸੇ ਲੈ ਕੇ ਉਹ ਚਲੇ ਗਿਆ, ਤੇ ਕਈ ਵਾਰ ਬਹੁਤ ਲੰਮੇ ਟਾਈਮ ਬਾਅਦ ਉਹ ਆਏ ਕੰਮ ਕਰਨ, ਪਰ ਐਕਸਟਰਾ ਪੈਸੇ ਪਹਿਲਾਂ ਲੈ ਜਾਂਦੇ ਸੀ, ਜਾਂ ਪਹਿਲਾਂ ਕਹਿ ਦਿੰਦੇ ਸੀ ਸੀਜ਼ਨ ਆ ਗਿਆ ਵੀ ਪੈਸੇ ਦੇ ਦਿਓ ਜੀ, ਅਸੀਂ ਪਹਿਲਾਂ ਭੇਜਣੇ ਆ, ਉਹ ਪਹਿਲਾਂ ਲੈ ਜਾਂਦੇ ਸੀ। ਹਾਂ, ਤੇ ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ, ਪਰ ਇਹ ਜਿਹੜਾ ਫਰਮਾਨ ਆ, ਇਹ ਕਾਰਨ ਕੀ ਹੈ ਇਹ ਆਉਣ ਦਾ? ਹੋਰ ਵੀ ਬਹੁਤ ਫਰਮਾਨ ਨੇ, ਆਪਾਂ ਉਹਨਾਂ ਦਾ ਵੀ ਜ਼ਿਕਰ ਕਰਾਂਗੇ ਜਿਹੜੇ ਵਾਰੀ ਵਾਰੀ ਆ ਰਹੇ ਹਨ, ਜਾਂ ਆਪਾਂ 26 ਜਨਵਰੀ ਤੋਂ ਬਾਅਦ ਕਹਿ ਲਓ, ਕਿਵੇਂ ਦਿੱਲੀ ਤੋਂ ਧਾੜਾਂ ਦੀਆਂ ਧਾੜਾਂ ਸਾਡੇ ਨੌਜਵਾਨਾਂ ਨੂੰ ਚੱਕਣ ਲਈ ਪੰਜਾਬ 'ਚ ਹਰਲ ਹਰਲ ਕਰਦੀਆਂ ਫਿਰਨ ਲੱਗ ਗਈਆਂ ਸੀ। ਜਿਵੇਂ ਉਹ ਕਹਿ ਲਓ ਵੀ ਮੁਗਲਾਂ ਦੇ ਰਾਜ ਵੇਲੇ ਅਸੀਂ ਢਾਡੀ ਵਾਰਾਂ ਸੁਣਦੇ ਹੁੰਦੇ ਹਾਂ, ਵੀਰ ਸਿੰਘ ਜੰਗਲਾਂ 'ਚ ਚਲੇ ਗਿਆ, ਇੱਦਾਂ ਹੋ ਗਿਆ, ਇੱਧਰ ਲੁੱਕ, ਤੇ ਉਹ ਸਾਡੇ ਸਾਹਮਣੇ ਅੱਜ ਵੀ ਸੀਨ ਜਿਹੜਾ ਵੀ ਸੱਚ ਦੀ, ਹੱਕ ਦੀ, ਕਿਸੇ ਇਹ ਕਹਿ ਲਓ ਵੀ ਆਪਣੇ ਕੌਮ ਦੀ ਗੱਲ ਕਰੂਗਾ, ਤਾਂ ਉਹ ਧਾੜਾਂ ਉਦਾਂ ਹੀ ਫਿਰਦੀਆਂ ਨੇ, ਕੋਈ ਫਰਕ ਨਹੀਂ ਪਿਆ ਬਹੁਤਾ ਕਿ ਇਹਨਾਂ ਨੇ ਕੀ ਕੀ। ਬਾਕੀ ਜਿਵੇਂ ਲੋਕ ਸੀ ਉੱਥੇ, ਸਭ ਤੋਂ ਪਹਿਲਾਂ ਉਦਣ ਸਪਸ਼ਟ ਹੋ ਚੁੱਕਿਆ, ਜਿਹੜਾ ਉੱਧਰ ਯੂਪੀ ਵਾਲੇ ਪਾਸੇ ਬਾਰਡਰ ਆ, ਸਭ ਤੋਂ ਪਹਿਲਾਂ ਉਹ ਲੋਕ ਉੱਥੇ ਪਹੁੰਚੇ ਸੀ ਟਰੈਕਟਰਾਂ ਤੇ, ਜਿਹੜਾ ਲਾਲ ਕਿਲਾ ਸੀ। ਪਰ ਪੰਜਾਬ ਨੂੰ ਮੇਨ ਟਾਰਗੇਟ ਬਣਾਇਆ ਗਿਆ, ਸਿੱਖਾਂ ਨੂੰ ਮੇਨ ਟਾਰਗੇਟ ਬਣਾਇਆ ਗਿਆ। ਤੇ ਇਸੇ ਤਰ੍ਹਾਂ ਜਿਹੜੀ ਚਿੱਠੀ ਆ, ਇਹ ਨਹੀਂ ਕਹਿ ਦੇਣਾ ਚਾਹੀਦਾ ਜੀ ਇਹ ਇੱਕ ਚਿੱਠੀ ਆ ਗਈ। ਜਿਵੇਂ ਆਪਾਂ ਕਹਿ ਦਿੰਦੇ ਹਾਂ ਜੀ ਫਲਾਣੇ ਦਾ, ਇੱਕ ਇੱਕ ਗੱਲ ਕਰਕੇ ਛੋਟੇ ਛੋਟੇ ਕੇਸ ਪਾ ਕੇ ਆਪਣਾ ਤੇਰਾ ਤਾਂ ਰੈਕਡ ਹੀ ਖਰਾਬ ਆ, ਕਿਸੇ ਸਟੇਟ ਦਾ ਰੈਕਡ ਰਿਕਾਰਡ ਖਰਾਬ ਕਰਨ ਲਈ, ਇਹ ਕਹਿ ਲਓ ਵੀ ਇਹ ਸਾਰਾ ਕੁਛ ਲਿਖਤੀ ਵਿੱਚ ਚਲਿਆ ਜਾਂਦਾ, ਤੁਹਾਡੇ ਆਉਣ ਵਾਲੇ ਇਤਿਹਾਸ ਦੇ ਵਿੱਚ ਚਲਿਆ ਜਾਂਦਾ। ਜਿਵੇਂ ਕਹਿੰਦੇ ਵੀ ਪਾਰਲੀਮੈਂਟ 'ਚ ਜਾ ਕਿਤੇ ਕੋਰਟ ਦੇ ਵਿੱਚ ਬੋਲੇ ਬਿਆਨ ਸਾਰੇ ਦਰਜ ਹੁੰਦੇ ਨੇ, ਕੋਈ ਵੀ ਚਿੱਠੀ ਨਿਕਲਦੀ ਆ ਉਹ ਸਾਰੀ ਸਰਕਾਰੀ ਰਿਕਾਰਡ ਦੇ ਵਿੱਚ ਦਰਜ ਹੁੰਦੀ ਆ। ਜਿਵੇਂ ਆਪਾਂ ਹੁਣ ਇੰਗਲੈਂਡ ਤੋਂ ਪਿੱਛੇ, ਜੇ ਤੁਹਾਡੇ ਯਾਦ ਹੋਊ ਜਿਹੜਾ 84 ਤੇ ਅਟੈਕ ਹੋਇਆ ਸੀ, ਆਪਾਂ ਕਹਿੰਦੇ ਜੀ ਉਹਨਾਂ ਦੇ ਪੇਪਰ ਕਢਾਉਣੇ ਆ, ਜੀ ਉਹ ਰਿਕਾਰਡ ਆ ਉੱਥੇ, ਜਿਹੜੀ ਉਹਨਾਂ ਨੇ ਹੈਲਪ ਕੀਤੀ, ਚਾਹੇ ਲੁਕੋ ਕੇ ਕੀਤੀ, ਪਰ ਫਿਰ ਵੀ ਉਹ ਰਿਕਾਰਡ ਆ। ਤੇ ਉਹ ਰਿਕਾਰਡ ਦੇ ਵਿੱਚ ਤੁਹਾਨੂੰ ਇਤਿਹਾਸ ਕੀ ਦੁਹਰਾਊਗਾ ਵੀ ਇਹ ਖਿੱਤੇ ਦੇ ਵਿੱਚ ਕਿਵੇਂ ਲੋਕਾਂ ਨਾਲ ਧੱਕਾ ਹੁੰਦਾ ਸੀ? ਜਿਵੇਂ ਆਪਾਂ, ਤੁਸੀਂ ਦੇਖਿਆ ਕਿ ਇੰਡੀਆਨਾ ਜੋਨਸ ਫਿਲਮ ਆ ਇੰਗਲਿਸ਼, ਅਮਰੀਸ਼ ਪੁਰੀ ਦੀ ਆ ਉਹ, ਤੁਸੀਂ ਦੇਖੋ ਸ਼ਾਇਦ, ਤੇ ਉਹਦੇ ਵਿੱਚ ਕਿਵੇਂ ਉਹ ਬੰਧੂਆ ਬਣਾ ਕੇ ਉਹਨਾਂ ਤੋਂ ਕੰਮ ਲਿਆ ਜਾਂਦਾ ਸੀ, ਜਾਂ ਕੀ ਆ, ਉਹਨੂੰ ਬੰਧੂਆ ਮਜ਼ਦੂਰ ਕਹਿੰਦਾ ਵੀ ਕੰਮ ਕਰਵਾਉਣਾ, ਸਿਰਫ ਉਹਨੂੰ ਖਾਣਾ ਪੀਣਾ ਦੇਣਾ, ਤੇ ਉਹਨਾਂ ਨੂੰ ਕਿਤੇ ਬਾਹਰ ਦੀ ਹਵਾ ਵੀ ਨਹੀਂ ਲੱਗਣ ਦੇਣੀ। ਤੇ ਇਸੇ ਤਰ੍ਹਾਂ ਸਾਡੇ ਸਾਰੇ ਭਾਰਤ ਦੇ ਵਿੱਚ ਕਿੰਨੀ ਜਗ੍ਹਾ, ਪੰਜਾਬ ਨਾਲੋਂ ਤਾਂ ਮੈਂ ਕਹਿੰਦਾ ਵੀ 50% ਤੋਂ ਉੱਤੇ ਹੋ ਸਕਦਾ, ਪੰਜਾਬ ਦੇ ਵਿੱਚ ਤਾਂ 1% ਹੋ ਸਕਦਾ, ਪਰ ਬਾਕੀ ਸਟੇਟਾਂ 'ਚ। ਪਰ ਪੰਜਾਬ ਨੂੰ ਹੀ ਇਹੋ ਜਿਹੀਆਂ ਗੱਲਾਂ ਲਈ ਕਿਉਂ ਟਾਰਗੇਟ ਕੀਤਾ ਗਿਆ? ਜਿਹੜਾ ਪੰਜਾਬ, ਜਿਹੜੇ ਪੰਜਾਬ ਦੀ ਬਹੁ ਗਿਣਤੀ ਆਪਣੇ ਘਰਾਂ 'ਚੋਂ ਦਸਵੰਧ ਕੱਢ ਕੇ ਕਹਿ ਲਓ, ਜਾਂ ਜਿੰਨਾ ਵੀ ਸਰਦਾ ਬਣਦਾ ਕਹਿ ਲਓ, ਕੱਢ ਕੇ ਗੁਰਦੁਆਰਿਆਂ ਵਿੱਚ ਲੰਗਰ ਰਹੀ ਆ, ਜਾਂ ਭਾਰਤ ਵਿੱਚ ਵੀ ਕਿਤੇ ਲੋੜ ਪੈਂਦੀ ਆ ਉੱਥੇ ਵੀ ਜਾਂਦੀ ਆ, ਜੇ ਵਿਦੇਸ਼ਾਂ 'ਚ ਵੱਸਦੇ ਸਿੱਖ ਆ, ਜੇ ਉਹਨਾਂ ਦੀ ਸੋਚ ਇਹ ਆ, ਕੋਵਿਡ ਦੇ ਵਿੱਚ ਜਦੋਂ ਆਪਣੀਆਂ ਜਾਨਾਂ ਨੂੰ ਬਚਾਉਣ ਲਈ ਸਭ ਅੰਦਰੋਂ ਅੰਦਰ ਹੀ ਲੁਕੇ ਹੋਏ ਸੀ, ਤਾਂ ਇਸ ਕੌਮ ਨੇ ਸੜਕਾਂ ਤੇ ਜਾ ਕੇ ਲੰਗਰ ਲਾਏ। ਤੁਸੀਂ ਉਹਨਾਂ ਨੂੰ ਕਹਿ ਰਹੇ ਹੋ ਇਹ ਬੰਧੂਆ ਬਣਾ ਕੇ ਰੱਖ ਰਹੇ ਨੇ ਮਜ਼ਦੂਰਾਂ ਨੂੰ, ਤੇ ਫੇਰ ਕਹਿ ਰਹੇ ਹੋ ਬੰਧੂਆ ਕਿਵੇਂ ਬਣਾਤਾ ਜਦੋਂ ਆਪਦੀ ਸਟੇਟ ਛੱਡ ਕੇ ਉੱਥੋਂ ਦੁਬਾਰਾ ਫੇਰ ਉੱਥੇ ਆਉਂਦੇ ਨੇ, ਜੇ ਆਪਦੀ ਸਟੇਟ 'ਚ ਜਾਂਦੇ ਨੇ ਫੇਰ ਦੁਬਾਰਾ ਉੱਥੇ ਆਉਂਦੇ ਨੇ, ਬੰਧੂਆ ਮਜ਼ਦੂਰ ਕਿਵੇਂ ਹੋ ਗਏ? ਜੇ ਕੋਈ ਇੱਕ ਅੱਧੀ ਘਟਨਾ ਹੋਈ ਵੀ ਹੋਵੇ ਕਿਸੇ ਨੂੰ ਪੈਸੇ ਨਹੀਂ ਮਿਲੇ, ਯਾਨੀ ਇਹ ਬਹੁਤ ਵੱਡੀ ਗੱਲ ਹੈ। ਜਿਹੜੇ ਸ਼ਬਦ ਹੁੰਦੇ ਨੇ, ਜਿਵੇਂ ਅਸੀਂ ਕਹਿੰਦੇ ਹਾਂ ਸਾਨੂੰ ਸ਼ਬਦ ਦਿੱਤੇ ਗਏ, ਸਾਨੂੰ ਸਾਡੇ ਮੂੰਹ 'ਚ ਦੰਗੇ ਪਾ ਦਿੱਤਾ 84 ਦੇ, ਇਹ ਸ਼ਬਦ ਹੁੰਦੇ ਨੇ। ਸ਼ਬਦ ਬਹੁਤ ਵੱਡੀ ਚੀਜ਼ ਹੁੰਦੀ ਹੈ, ਜਦੋਂ ਸ਼ਬਦ ਨੇ ਇੰਟਰਨੈਸ਼ਨਲ ਪੱਧਰ 'ਤੇ ਜਾਣਾ, ਜਿਵੇਂ ਅਮੈਰੀਕਾ ਦੇ ਰਸਾਲੇ ਨੇ ਜਾਂ ਹੋਰ ਆ, ਜਦ ਉਹਨਾਂ ਦੇ ਵਿੱਚ ਇਹ ਸ਼ਬਦ ਨੇ ਜਾਣਾ, ਤਾਂ ਇਹਨੂੰ ਇੱਕ ਬਹੁਤ ਨੀਵੇਂ ਦਰਜੇ ਦੀ ਘਟੀਆ ਹਰਕਤ ਗਿਣਿਆ ਜਾਂਦਾ, ਜਿਸ ਤਰ੍ਹਾਂ ਦੰਗੇ ਕਹਿ ਕੇ ਸਾਨੂੰ ਕਹਿ ਲਓ ਦੋਨੇ ਪਾਸੇ ਵਾਲੇ ਲੜਾਕੇ ਬਣਾ ਦਿੱਤਾ ਗਿਆ। ਇਹ ਸ਼ਬਦਾਂ ਦੇ ਨਾਲ ਹੀ ਸਾਨੂੰ ਇੱਕ ਮੀਡੀਆ ਰਾਹੀਂ ਕਹਿ ਲਓ, ਜਾਂ ਇਹੋ ਜਿਹੀਆਂ ਜੋ ਸਾਡੇ ਰਿਕਾਰਡ ਬਣਾਏ ਜਾ ਰਹੇ ਨੇ, ਇਹਨਾਂ ਰਾਹੀਂ ਕਹਿ ਲਓ, ਜਿਵੇਂ ਪਹਿਲਾਂ ਅੱਤਵਾਦ ਦਾ ਅਟੈਕ ਲਾਤਾ, ਹਾਲਾਂਕਿ ਕੋਈ ਵੀ ਮੈਨੂੰ ਨਹੀਂ ਲੱਗਦਾ ਕੋਈ ਅੱਤਵਾਦ ਵਾਲਾ ਸਿਸਟਮ, ਆਪਣੇ ਹੱਕਾਂ ਨੂੰ ਮੰਗਣ ਵਾਲੇ ਵੀ ਅੱਤਵਾਦੀ, ਇਹ ਇੱਕ ਸਿਸਟਮ ਆ ਜਿਹੜਾ ਤੁਹਾਨੂੰ ਡੀਗ੍ਰੇਡ ਕਰਨ ਲਈ ਦੁਨੀਆ ਵਿੱਚ ਵਰਤਿਆ ਜਾਂਦਾ। ਸਾਨੂੰ ਬਹੁਤ ਧਿਆਨ ਦੇਣ ਦੀ ਲੋੜ ਹੈ ਇਸ ਪਾਸੇ।
ਤੁਹਾਨੂੰ ਇਦਾਂ ਨਹੀਂ ਲੱਗਦਾ ਹੈਗਾ ਕਿ ਜਿਹੜੇ ਲੋਕ ਇਹ ਗੱਲਾਂ ਕਹਿੰਦੇ ਸੀਗੇ ਕਿ ਸਰਦਾਰ ਕਪੂਰ ਸਿੰਘ ਨੇ ਐਵੇਂ ਹੀ ਛੱਡੀ ਆ ਜਾਂ ਪਤਾ ਨਹੀਂ ਇਹ ਗੱਲ ਹੋਈ ਆ ਜਾਂ ਨਹੀਂ ਹੋਈ, ਹੁਣ ਇਸ ਗੱਲ 'ਤੇ ਕੋਈ ਜਿਹੜਾ ਪ੍ਰਤੀਕਰਮ ਆ ਉਹ ਲੋਕਾਂ ਦਾ ਕਿਉਂ ਨਹੀਂ ਆ ਰਿਹਾ? ਜਿਹੜੇ ਬਹੁਤ ਵੱਡੇ ਪੱਤਰਕਾਰ ਸਮਝਦੇ ਆਪਣੇ ਆਪ ਨੂੰ, ਲੋਕ ਉਹਨਾਂ ਦੀ ਬੜੀ ਮਿਲੀਅਨਸ ਆਫ ਉਹਨਾਂ ਦੀ ਜਿਹੜੀ ਫੋਲੋਇੰਗ ਹੈਗੀ ਆ, ਅਤੇ ਉਹ ਕਦੀ ਨਹੀਂ ਇੱਦਾਂ ਦੀਆਂ ਮਸਲਿਆਂ 'ਤੇ ਬੋਲਦੇ ਹੈਗੇ ਵੀ ਪੰਜਾਬ ਦੇ ਨਾਲ ਕੀ ਹੋ ਰਿਹਾ ਹੈਗਾ ਆ। ਅਤੇ ਇਹਨੂੰ ਜਿਹੜੇ ਸਮਝਦੇ ਸੀਗੇ ਕਿ ਉਹ ਪਤਾ ਨਹੀਂ ਹੋਈ ਆ ਕਿ ਨਹੀਂ ਹੋਈ ਗੱਲ, ਪਰ ਹੁਣ ਤਾਂ ਹੋਈ ਆ ਨਾ, ਹੁਣ ਤਾਂ ਉਹ ਕਹਿ ਰਹੇ ਨਾ ਕਿ ਤੁਸੀਂ ਜਿਹੜੇ ਲੋਕ ਆ ਪੰਜਾਬ ਦੇ ਲੋਕ ਆ ਉਹ ਜਿਹੜੇ ਬਾਹਰੋਂ ਮਜ਼ਦੂਰ ਆਉਂਦੇ ਹੈਗੇ ਆ ਉਹਨਾਂ ਨੂੰ ਤੁਸੀਂ ਬੰਦੀ ਬਣਾ ਕੇ ਰੱਖਦੇ ਆ, ਇਹਦਾ ਮਤਲਬ ਉਹਨਾਂ ਨੇ ਸਟੈਂਪ ਲਾ ਦਿੱਤੀ ਹੈਗੀ ਆ ਅਤੇ ਇਹ ਦਸਤਾਵੇਜ਼ ਬਣ ਗਏ। ਕਿਸੇ ਨੂੰ ਤੁਸੀਂ ਕਿਤੇ ਕੋਰਟ 'ਚ ਘਸੀਟਣਾ ਹੋਵੇ, ਕਿਸੇ ਇੰਪਲੋਈ ਨੂੰ ਫਾਇਰ ਕਰਨਾ ਹੋਵੇ, ਤਾਂ ਤੁਸੀਂ ਉਹਦਾ ਡਾਟਾਬੇਸ ਬਣਾਉਂਦੇ ਆ ਜੀ, ਇਹਨੇ ਆਹ ਗਲਤੀ ਕੀਤੀ ਸੀ, ਇਹਨੇ ਆਹ ਗਲਤੀ ਕੀਤੀ ਸੀ, ਇਹਨੇ ਆਹ ਗਲਤੀ ਕੀਤੀ ਸੀ। ਸੋ ਦੈਨ ਉਹ ਜਦੋਂ ਪਾਇਲ ਅਪ ਹੋ ਜਾਂਦੀਆਂ ਸਾਰੀਆਂ ਚੀਜ਼ਾਂ, ਫਿਰ ਤੈਨੂੰ ਤੁਸੀਂ ਉਹਦਾ ਕੋਰਟ 'ਚ ਜਾਂ ਕਹਿ ਲਓ ਜਾਂ ਤੁਸੀਂ ਉਹ 'ਤੇ ਕੋਈ ਕਾਰਵਾਈ ਕਰਨੀ ਹੈ ਤਾਂ ਤੁਹਾਡਾ ਕੇਸ ਮਜ਼ਬੂਤ ਹੁੰਦਾ ਹੈ। ਸੋ ਕਿਤੇ ਇਹ ਤਾਂ ਨਹੀਂ ਚੱਲ ਰਿਹਾ ਸਾਰਾ ਕਿ ਕਿਸਾਨ ਉੱਧਰ ਬਿਜ਼ੀ ਆ ਆਪਣੇ ਸੰਘਰਸ਼ ਦੇ ਵਿੱਚ, ਅਤੇ ਇਹਨਾਂ ਦਾ ਪਿੱਛੋਂ ਪਲੰਦਾ ਬੰਨ ਦਿੱਤਾ ਜਾਵੇ ਅਤੇ ਫਿਰ ਮੁੜ ਕੇ ਕੋਈ ਜਿਹੜਾ ਐਕਸ਼ਨ ਕਰਨਾ ਉਹ ਸੌਖਾ ਹੋ ਜਾਊਗਾ? ਬਿਲਕੁਲ, ਹੁਣ ਜਿਨ੍ਹਾਂ ਦੇ ਅਸੀਂ ਜੇ ਕਹਿ ਲਓ ਜੇ ਸ਼ਰੇਆਮ ਕਹਿੰਦੇ ਹਾਂ ਵੀ ਅਸੀਂ ਆਪਦੀ ਆਪਣੀ ਜੋ ਵੀ ਇਹਨਾਂ ਸਿਮਰਤੀਆਂ ਨੇ ਉਹਨਾਂ ਵਿੱਚੋਂ ਮਨੂ ਸਿਮਰਤੀ ਆ ਜਾਂਦੀ ਆ, ਜਿਵੇਂ ਕਹਿੰਦੇ ਵੀ ਪਸ਼ੂ ਸੁਧਰ ਅਤੇ ਨਾਰੀ ਤਿੰਨੋਂ ਤਾੜਨ ਕੇ ਅਧਿਕਾਰੀ, ਜਿਵੇਂ ਉਹ ਸਿਸਟਮ 'ਤੇ ਜੇ ਆਪਾਂ ਤੁਸੀਂ ਪਹਿਲਾਂ ਗੱਲ ਸ਼ੁਰੂਆਤ ਕੀਤੀ ਸੀ ਵੀ ਇਹਨਾਂ ਨੇ 12 ਘੰਟੇ ਵਾਲਾ ਬੰਧੂਆ ਮਜ਼ਦੂਰ ਤਾਂ ਇਹ ਸਾਰੇ ਭਾਰਤ ਦੇ ਵਿੱਚ ਆਪ ਬਣਾ ਕੇ ਜਿਹੜਾ ਉਹ ਇਹਨਾਂ ਨੇ ਜਿਹਦੇ ਲਈ ਜ਼ਮੀਨਾਂ ਸਾਡੀਆਂ ਹੜੱਪਣ ਲੱਗੇ ਨੇ ਇੰਡਸਟਰੀਅਲ ਸਿਸਟਮ ਜੋ ਕਾਰਪੋਰੇਟ ਸਿਸਟਮ ਆ ਉਹਨੂੰ ਬੰਧੂਆ ਮਜ਼ਦੂਰ ਤਾਂ ਆਪ ਬਣਾ ਕੇ ਦੇ ਰਹੇ ਨੇ ਇਹ, ਹਾਲਾਂਕਿ ਜਿਹੜਾ ਆਪ ਕੰਮ ਕਰਨ ਆਉਂਦਾ ਦਿਹਾੜੀਦਾਰ ਆ ਜਾਂ ਹੋਰ ਆ ਉਹ ਬੰਧੂਆ ਮਜ਼ਦੂਰ ਕਦੇ ਵੀ ਬਣ ਕੇ ਨਹੀਂ ਰਹੂਗਾ, ਪਰ ਉਹ ਕਹਿੰਦੇ ਵੀ ਤਨਖਾਹ ਵੀ ਤੁਸੀਂ ਆਪਣੀ ਮਰਜ਼ੀ ਨਾਲ ਦਿਓ ਅਤੇ ਘੰਟੇ ਤੁਸੀਂ 12 ਘੰਟੇ ਤਾਂ ਕੋਈ ਟਾਈਮ ਫਿਕਸ ਹੀ ਨਹੀਂ, ਤੁਸੀਂ 12 ਘੰਟੇ ਲਵਾ ਸਕਦੇ ਹੋ। ਅਤੇ ਬੰਧੂਆ ਮਜ਼ਦੂਰ ਵਾਲਾ ਸਿਸਟਮ ਤਾਂ ਆਪ ਖੜਾ ਕਰ ਰਹੀ ਹੈ, ਗੌਰਮੈਂਟ ਲੈਟਰ ਪੰਜਾਬ ਨੂੰ ਲਿਖ ਰਹੀ ਆ, ਕਿੱਡੀ ਵੱਡੀ ਗੱਲ ਆ। ਮੈਂ ਤਾਂ ਕਹਿੰਦਾ ਸੀ ਇਹ ਉਹੀ ਵਿਸ਼ੇ ਦੇ ਨਾਲ ਜੁੜਿਆ ਹੋਇਆ, ਮੇਨ ਉਹੀ ਆ ਵੀ ਜਿਹੜਾ ਤੁਸੀਂ ਕਿਸਾਨੀ ਸੰਘਰਸ਼ ਦੀ ਗੱਲ ਕੀਤੀ ਆ ਇਹਦੇ ਥੱਲੇ, ਜਿਵੇਂ ਪਹਿਲਾਂ ਕੋਵਿਡ ਦੇ ਥੱਲੇ ਇਹਨਾਂ ਨੇ ਇਸ ਤਰ੍ਹਾਂ ਦੇ ਕਾਨੂੰਨ ਇੱਕਦਮ ਦਾ ਬਣਾਉਣਾ, ਲਾਗੂ ਕਰਨ ਦਾ ਮਤਲਬ ਇਹ ਹੁੰਦਾ ਵੀ ਸਾਰੀਆਂ ਤਰ੍ਹਾਂ ਦੀ ਸਹਿਮਤੀ ਕਹਿ ਲਓ ਜਾਂ ਥੋੜ੍ਹਾ ਮੋਟਾ ਨਾ, ਪਰ ਇੱਥੇ ਤਾਂ ਆਰਡੀਨੈਂਸ ਵੀ ਹੁਕਮ ਉਹੀ ਤੁਹਾਨੂੰ ਦੱਸਿਆ ਨਾ ਵੀ ਤੁਗਲ ਕੀ ਫਰਮਾਨ, ਇੱਥੇ ਫਰਮਾਨ ਆ ਰਹੇ ਨੇ, ਕੋਈ ਕਾਨੂੰਨ ਲਾਗੂ ਨਹੀਂ ਕੀਤੇ ਜਾ ਰਹੇ, ਇਹ ਫਰਮਾਨ ਆ ਰਹੇ ਨੇ, ਇਹ ਮੰਨਣਾ ਪਊ ਸਾਨੂੰ। ਕਿਵੇਂ ਹੌਲੀ ਹੌਲੀ ਕਰਕੇ ਇਹਨਾਂ ਨੇ ਸਟੇਟਾਂ ਤੋਂ ਸਾਰੇ ਅਧਿਕਾਰ ਆਪਣੇ ਹੱਥ 'ਚ ਲੈ ਲਏ ਨੇ, ਹੁਣ ਇਹਨਾਂ ਨੂੰ ਕੀ ਆ ਇੱਥੇ ਇਹ ਕਹਿ ਲਓ ਵੀ ਜਿਹੜਾ ਕੋਈ ਵੀ ਸਟੇਟ ਕਹਿ ਲਓ ਜਾਂ ਭਾਰਤ ਦੇ ਤੌਰ 'ਤੇ ਕਹਿ ਲਓ, ਵੋਟਾਂ ਜੇ ਉਹਦੇ ਆਧਾਰ 'ਤੇ ਨਹੀਂ ਲਈਆਂ ਜਾਂਦੀਆਂ ਵੀ ਅਸੀਂ ਤੁਹਾਡਾ ਆਹ ਕੰਮ ਕਰਾਂਗੇ ਜਾਂ ਤੁਹਾਨੂੰ ਆਹ ਸਹੂਲਤਾਂ ਦੇਵਾਂਗੇ, ਹੁਣ ਵੋਟਾਂ ਲਈਆਂ ਜਾਂਦੀਆਂ ਧਰਮ ਦੇ ਆਧਾਰ 'ਤੇ ਦੇਖਿਆ ਜਾਂਦਾ ਵੀ ਕਿੱਥੋਂ ਜ਼ਿਆਦਾ ਵੋਟਾਂ, ਵੋਟਾਂ ਲਈ ਸਭ ਕੁਝ ਕੀਤਾ ਜਾਂਦਾ। ਹੁਣ ਆਪਾਂ ਜਿਹੜਾ ਮੇਨ ਹੈਗਾ ਵੀ ਪੰਜਾਬ ਦੀ ਦਸ਼ਾ ਕਿਉਂ ਦੂਜੇ ਪਾਸੇ ਨੂੰ ਜਾ ਰਹੀ ਹੈ, ਜਿਹੜੇ ਫਰਮਾਨ ਵਾਲੇ ਪਾਸੇ ਨੂੰ, ਹਾਂਜੀ ਵੋਟਾਂ ਦੇ ਆਧਾਰ 'ਤੇ ਹੀ ਸਾਰਾ ਕੁਝ ਕੀਤਾ ਜਾਂਦਾ। ਹੁਣ ਆਪਾਂ ਜੇ ਪੰਜਾਬ ਨਾਲ ਕਿਉਂ ਜਿਹੜੀ ਦਿਸ਼ਾ ਸਾਡੀ ਕਿੱਧਰ ਨੂੰ ਜਾਣੀ ਆ, ਦਸ਼ਾ ਜੋ ਬਣ ਚੁੱਕੀ ਆ ਸਾਡੇ ਸਾਰਿਆਂ ਦੇ ਸਾਹਮਣੇ ਆ ਜਿਹੋ ਜਿਹੇ ਫਰਮਾਨ ਆ ਰਹੇ ਆ। ਇੱਕ ਫਰਮਾਨ ਹੁਣ ਕਾਨੂੰਨ ਨੇ ਤਿੰਨੇ, ਤੁਸੀਂ ਕਿਸਾਨੀ ਸੰਘਰਸ਼ ਦੀ ਗੱਲ ਕੀਤੀ ਆ, ਤਿੰਨੇ ਕਾਨੂੰਨ ਨੇ, ਤਿੰਨੇ ਕਾਨੂੰਨਾਂ ਦਾ ਮਤਾ ਪਾਸ ਕਰਦੀ ਆ ਪੰਜਾਬ ਸਰਕਾਰ ਵੀ ਅਸੀਂ ਲਾਗੂ ਨਹੀਂ ਕਰਨੇ ਜੀ ਇੱਥੇ ਜੀ। ਜਦੋਂ ਉਹਨਾਂ ਵਿੱਚੋਂ ਇੱਕ ਹੀ ਆਉਂਦਾ ਵੀ ਤੁਸੀਂ ਆ ਜਿਹੜੀ ਹੁਣ ਫਸਲਾਂ ਦਾ ਆਉਣਾ ਵਾ ਹਿਸਾਬ ਕਿਤਾਬ ਤੁਸੀਂ ਸਿੱਧਾ ਕਿਸਾਨਾਂ ਦੇ ਖਾਤਿਆਂ 'ਚ ਪਾਉਣਾ, ਉਹਦਾ ਇਹ ਕਹਿਣ ਦੀ ਬਜਾਏ ਵੀ ਅਸੀਂ ਦੇਖਾਂਗੇ ਵੀ ਸਾਡੇ ਆਪਦੀ ਸਟੇਟ ਦਾ ਮੁੱਦਾ ਇਹ ਅਸੀਂ ਆਪ ਦੇਖਾਂਗੇ, ਉਹਨਾਂ ਨੂੰ ਇਹ ਕਹਿਣਾ ਮੂਹਰਿਓਂ ਵੀ ਠੀਕ ਆ ਸਾਨੂੰ ਸਮਾਂ ਦਿਓ। ਇੱਕ ਪਾਸੇ ਤਾਂ ਤੁਸੀਂ ਮਤਾ ਪਾ ਰਹੇ ਹੋ ਵੀ ਅਸੀਂ ਕਾਨੂੰਨ ਰੱਦ ਕਰਦੇ ਹਾਂ, ਦੂਜੇ ਪਾਸੇ ਸੈਂਟਰ ਸਰਕਾਰ ਤੁਹਾਨੂੰ ਧਮਕੀ ਦਿੰਦੀ ਹੈ। ਕਾਰਨ ਕੀ, ਉਹਨਾਂ ਨੇ ਬਹੁਤ ਪੱਖਾਂ ਤੋਂ ਕਹਿ ਲਓ ਸਾਨੂੰ ਗੋਡਿਆਂ ਥੱਲੇ ਕਰ ਲਿਆ ਸਟੇਟਾਂ ਨੂੰ, ਜਿਵੇਂ ਮਰਜ਼ੀ ਇਹ ਹੁਣ ਸ਼ਬਦ ਮੈਨੂੰ ਵਰਤਣੇ ਪੈ ਰਹੇ ਆ, ਜਿਹੜੇ ਸਾਡੇ ਨੇਤਾ ਲੋਕ ਨੇ ਜਾਂ ਹੋਰ ਆ ਉਹ ਇਹੋ ਜਿਹੀਆਂ ਘੁੰਡੀਆਂ ਦੇ ਸੱਲੇ ਉਹਨਾਂ ਨਾਲ ਦੱਬੇ ਹੋਏ ਨੇ, ਉਹ ਸਾਨੂੰ ਸਮਝ ਨਹੀਂ ਆ ਰਹੀ ਅਸੀਂ ਬਣਾ ਕਿਉਂ ਰਹੇ ਹਾਂ, ਕਿਉਂਕਿ ਸਾਡੀ ਬਾਣੀ ਨੇ ਸਾਨੂੰ ਕਿਹਾ ਸੀ ਇਹ ਧੋਖਾ ਹੀ ਇੱਥੋਂ ਖਾਂਦੇ ਹਾਂ, ਅੱਗੋਂ ਦੇ ਜੇ ਚੇਤੀਏ ਕਾਇਤ ਮਿਲੇ ਸਜਾਏ। ਜੇ ਅਸੀਂ ਗਾਂਹ ਵਾਲਾ ਭਵਿੱਖ ਸੋਚ ਕੇ ਨਾ ਜਿਹੜਾ ਸਿਸਟਮ ਆ ਆਪਦਾ ਕੰਮ ਕਰੀਏ ਤਾਂ ਸਾਨੂੰ ਸਜ਼ਾ ਕਿਉਂ ਮਿਲੇ? ਅੱਜ ਅਸੀਂ ਸਜ਼ਾ ਫਿਰ ਬਾਣੀ ਦੀ ਧੋਖਾ ਜਾਂਦੀ ਆ, ਦੱਦਾ ਦੋਸ ਨਾ ਦਿਓ ਕਿਸੇ ਦੋਸ ਕਰਮਾਂ ਆਪਣੇ ਆ, ਹੈ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੇ ਅਵਰ ਜਨਾ, ਦੂਜੇ ਨੂੰ ਸਮਝ, ਕਿਉਂਕਿ ਅਸੀਂ ਕਹਿੰਦੇ ਹਾਂ ਜੀ ਫਲਾਣਾ ਸਾਨੂੰ ਆਰ ਐਸ ਐਸ, ਹੁਣ ਆਪਾਂ ਅਗਲੇ ਹਫ਼ਤੇ ਜਿਹੜਾ ਸਾਡਾ ਟਾਸਕ ਹੋਇਆ ਅਸੀਂ ਆਰ ਐਸ ਐਸ ਨੂੰ ਬਹੁਤ ਉਹ ਕਰਦੇ ਹਾਂ, ਅਸੀਂ ਆਪਣੀਆਂ ਵੀ ਖਾਮੀਆਂ ਕੱਢਣੀਆਂ ਸ਼ੁਰੂ ਕਰੀਏ, ਸਾਡੇ 'ਚ ਕੀ ਨੇ ਵਿੱਚ ਹੀ ਅਸੀਂ ਆਉਂਦੇ ਹਾਂ ਸਾਰੇ ਹੀ,
ਗੱਲਾਂ ਤਾਂ ਬਹੁਤ ਵੱਡੀਆਂ ਵੱਡੀਆਂ ਮਾਰ ਲੈਂਦੇ ਅਸੀਂ ਬਹਿ ਕੇ, ਵਿੱਚ ਹੀ ਸਾਰੇ ਅਸੀਂ ਉਹਨਾਂ ਵੀ ਇਹ ਜੋ ਅਸੀਂ ਸਟੇਟਾਂ ਦੇ ਮੰਤਰੀ ਬਣਾ ਕੇ ਭੇਜਦੇ ਹਾਂ, ਪਹਿਲਾਂ ਹੀ ਇੰਨੇ ਨੀਵੇਂ ਹੁੰਦੇ ਆ, ਉਹਨਾਂ ਦੇ ਥੱਲੇ ਬੋਲ ਹੀ ਨਹੀਂ ਸਕਦੇ ਕਿਸੇ ਤਰੀਕੇ ਨਾਲ, ਉਹਨਾਂ ਨੂੰ ਇਹੋ ਜਿਹੀ ਧਮਕੀ ਦਿੰਦੇ। ਹੁਣ ਪਿੱਛੇ ਜੇ ਕਿਸਾਨਾਂ ਦਾ ਸਾਥ ਦੇਣ ਦੀ ਟਰਾਈ ਕਰੀ ਤੇ ਉਹਨੇ ਮਿੰਟ 'ਚ ਦਬਕਾ ਲਿਆ, ਕੈਪਟਨ ਤੇ ਈਡੀ ਦੀ ਰੇਡ ਮਾਰ ਦਿਆ। ਜੇ ਸੁਖਪਾਲ ਖਹਿਰਾ ਨਵਰੀਤ ਸਿੰਘ ਦੇ ਹੱਕ 'ਚ ਬੋਲੂ, ਉਹਦੇ ਘਰ ਦੂਜੇ ਦਿਨ ਈਡੀ ਦੀ। ਸਿਸਟਮ ਦੇਖੋ ਤੁਸੀਂ ਕੀ ਆ, ਦੁਨੀਆਂ ਨੂੰ ਦਿਖ ਵੀ ਰਿਹਾ, ਸਮਝ ਵੀ ਆ ਰਿਹਾ ਵੀ ਸਾਨੂੰ ਕੁੱਟਣਾ ਵੀ ਆ ਤੇ ਬੋਲਣ ਵੀ ਨਹੀਂ ਦੇਣਾ। ਤੇ ਹੁਣ ਜੇ ਅਸੀਂ ਕਹਿੰਦੇ ਵੀ ਅਸੀਂ 84 ਵੇਲੇ ਜਾਂ ਹੋਰ ਵੀ ਜਿਵੇਂ ਨੇ ਪੁਰਾਣੇ ਆ ਉਦੋਂ ਭੱਜੇ ਜਾਂ ਕੀ ਹੋਇਆ ਉੱਥੋਂ ਸਾਡ ਤੇ ਹੁਣ ਦੇਖੋ ਤੁਸੀਂ ਪੰਜਾਬ ਖਾਲੀ ਹੋ ਰਿਹਾ। ਜਿਹੜਾ ਆਉਣ ਵਾਲਾ ਭਵਿੱਖ ਆ ਇਹੋ ਜਿਹੇ ਫਰਮਾਨ ਉਹ ਹੁਕਮ ਕਰਦੇ, ਆਰਡੀਨੈਂਸ ਨਾਲ ਧਮਕੀ ਵੀ ਦਿੰਦੇ, ਬੋਲੀ ਇਹੋ ਜਿਹੀ ਹੁੰਦੀ ਆ ਲੈਟਰਾਂ ਦੇ ਵਿੱਚ। ਇੱਕ ਨਹੀਂ ਹੋਰ ਬਹੁਤ ਸਮੇਂ ਸਮੇਂ ਤੇ ਆਉਂਦੇ ਰਹਿੰਦੇ ਆ ਜੋ ਸਾਡੇ ਸਾਹਮਣੇ ਨਹੀਂ ਆਉਂਦੇ, ਪਰ ਅਸੀਂ ਇਹਨਾਂ ਨੂੰ ਨਾ ਪੂਰੀ ਗੰਭੀਰਤਾ ਨਾਲ ਨਹੀਂ ਲੈਂਦੇ। ਜਿਵੇਂ ਗੱਲ ਉਹੀ ਆ ਨਾ, ਅਸੀਂ ਵੀ ਸੱਪ ਲੰਘਣ ਦੇ ਪਿੱਛੋਂ ਲਕੀਰ ਤੇ ਸੋਟੀਆਂ ਮਾਰਦੇ ਹਾਂ, ਬਹੁਤ ਗੱਲਾਂ ਇਹੋ ਜਿਹੀਆਂ ਕਰਦੇ ਹਾਂ, ਪਰ ਉਹਦੇ 'ਤੇ ਅਮਲ ਸਾਡਾ ਬਹੁਤ ਘੱਟ ਆ। ਕਾਰਨ ਕੀ ਆ, ਅਸੀਂ ਨੇਤਾ ਪੰਜਾਬ ਦੇ ਤੌਰ 'ਤੇ ਕਹਿ ਲਓ ਜਿਵੇਂ ਇਹੋ ਜਿਹੇ ਚੁਣਦੇ ਹਾਂ ਜਿਹੜੇ ਪਹਿਲਾਂ ਹੀ ਉਹਨਾਂ ਸਰਕਾਰਾਂ ਦੇ ਥੱਲੇ ਲੱਗ ਕੇ ਕੰਮ ਕਰਨ ਨੂੰ ਤਿਆਰ ਆ। ਇਹ ਕਹਿ ਲਓ ਜਿਵੇਂ ਹੁਣ ਅਸੀਂ ਕਹਿੰਦੇ ਹਾਂ ਜੀ ਲੋਕਤੰਤਰ, ਹੁਣ ਉਹਦਾ ਲੋਕਤੰਤਰ ਦਾ ਜਨਾਜ਼ਾ ਆਸਾਮ ਦੇ ਵਿੱਚ ਤੁਹਾਡੇ ਸਾਹਮਣੇ ਆ, ਜਿਹੜਾ ਉੱਥੋਂ MLA ਖੜਾ ਉਹਦੀ ਗੱਡੀ 'ਚ ਮਸ਼ੀਨਾਂ ਤੁਰੀਆਂ ਫਿਰਦੀਆਂ ਵੋਟਾਂ ਲੈ ਕੇ। ਇਹ ਹੁਣ ਤੁਸੀਂ ਕਹਿੰਦੇ, ਫਿਰ ਅਸੀਂ ਕਹਿੰਦੇ ਜੀ ਕਾਨੂੰਨ ਤੇ ਵਿਸ਼ਵਾਸ, ਕਾਨੂੰਨ ਕਿਹਨੇ ਬਣਾਉਣਾ ਜਿਹੜੇ MLA ਦੀ ਗੱਡੀ 'ਚ ਮਸ਼ੀਨਾਂ ਤੁਰੀਆਂ ਫਿਰਦੀਆਂ? ਯੈਸ, ਤੇ ਫਿਰ ਤੁਸੀਂ ਜਸਟਿਸ ਆ ਉਹ ਕਿਸ ਚੀਜ਼ ਤੋਂ ਭਾਲਦੇ ਹੋ? ਹੁਣ ਮੈਂ ਤੁਹਾਨੂੰ ਅੱਗੇ ਲੈ ਕੇ ਜਾਣਾ ਚਾਹੁੰਦਾ ਇੱਕ ਪੁਆਇੰਟ ਤੇ, ਫਿਰ ਤੁਸੀਂ ਗੱਲ ਉੱਥੋਂ ਗਾਂਹ ਅੱਗੇ ਕਰਾਂਗੇ ਜੀ। ਹੁਣ ਪੰਜਾਬ ਵਾਲੇ ਦੀਆਂ ਸਿਰਫ 13 ਸੀਟਾਂ ਜੇ ਆਪਾਂ ਕਹਿ ਦਈਏ, ਉਹਨਾਂ ਨੂੰ ਇਹਦੀ ਕੋਈ ਲੋੜ ਨਹੀਂ। ਬਿਲਕੁਲ, ਜਦਕਿ ਸਾਰਾ ਜੋ ਭਾਰਤ ਆ ਉਹਨੂੰ ਧਰਮ ਦੇ ਆਧਾਰ ਤੇ ਵੋਟਾਂ ਲੈ ਕੇ ਜਿਹੜੀ ਉਹ BJP ਅੱਜ ਬਹੁਮਤ ਦੇ ਵਿੱਚ ਆ, ਜਿਹੜਾ ਮਰਜ਼ੀ ਕਾਨੂੰਨ ਘੜੇ ਪਰ ਪੰਜਾਬ ਉਹਦੇ ਵਿੱਚ ਸ਼ਾਮਲ ਨਹੀਂ, ਪਰ ਉਹ ਥੋਪਿਆ ਜਾਣਾ। ਇਸੇ ਤਰ੍ਹਾਂ ਸਾਡੇ ਤੇ ਯੂਅੱਪਾ ਵਰਗੇ ਜਾਂ ਹੋਰ ਕਿੰਨੇ ਕਾਨੂੰਨ ਸਰੇਆਮ ਜਦੋਂ ਮਰਜ਼ੀ ਥੋਪੀ ਜਾਣ, ਸਾਡਾ ਮੁੱਲ ਹੀ ਕੋਈ ਨਹੀਂ। ਅਸੀਂ ਕਹਿੰਦੇ ਵੋਟਾਂ ਜੀ ਲੋਕਤੰਤਰ, ਸਾਡਾ ਤਾਂ ਲੋਕਤੰਤਰ 0 ਆ, ਸਾਡੀਆਂ 13 ਸੀਟਾਂ ਉੱਥੇ ਕੰਮ ਨਹੀਂ ਕਰਦੀਆਂ, ਨਾ ਕਿਸੇ ਨੂੰ ਲੋੜ ਆ ਤੇ ਨਾ ਉਹਨਾਂ ਲਈ ਗੁਣ ਪਾਉਂਦਾ। ਹੁਣ ਪਹਿਲਾਂ ਇੱਥੋਂ ਹੀ ਸ਼ੁਰੂ ਕਰ ਲਓ ਵੀ ਤੁਹਾਡੇ ਤੇ ਲੋਕਤੰਤਰ ਲਾਗੂ ਕਿੰਨਾ ਕੁ ਹੁੰਦਾ ਜਦੋਂ ਤੁਹਾਡੇ ਤੇ ਹਰੇਕ ਚੀਜ਼ ਥੋਪੀ ਜਾਣੀ ਆ। ਇਹ ਕਦੀ ਵੀ ਨਹੀਂ ਹੋ ਸਕਣਾ ਕਿ ਸਾਡੇ ਜਿਹੜੇ ਪੰਜਾਬ ਦੇ ਲੀਡਰ ਆ ਉਹ ਕੁਛ ਕਰ ਸਕਣ, ਕਦੀ ਵੀ ਨਹੀਂ ਹੋਣਾ ਗਾ। ਭਾਵੇਂ ਪੰਜਾਬ ਦੇ ਲੋਕ ਲੱਖ ਕਹੀ ਜਾਣ ਕਿ ਵਧੀਆ ਬੰਦੇ ਸੀ ਚੁਣ ਕੇ ਭੇਜ ਦਈਏ, ਅਸੀਂ ਵਧੀਆ ਲੀਡਰ ਚੁਣੀਏ, ਸਾਡੇ 'ਚ ਆਪ 'ਚ ਕਮੀਆਂ ਹੈਗੀਆਂ, ਤੁਸੀਂ ਲੱਖ ਕਰ ਲਓ, ਤੁਹਾਡੀ ਕੋਈ ਗਿਣਤੀ ਨਹੀਂ ਹੈਗੀ, ਕਿਉਂਕਿ ਉਹਨਾਂ ਨੇ ਸਾਰਾ ਕੁਛ ਜਿਹੜਾ ਸੈਂਟਰਲਾਈਜ਼ ਕਰ ਦਿੱਤਾ ਹੈਗਾ। ਤੁਹਾਡੀ ਕੈਲਕੂਲੇਟ ਕੀਤਾ ਉਹਨਾਂ ਨੇ, ਬਿਲਕੁਲ ਉਹਨਾਂ ਨੇ ਕੈਲਕੂਲੇਟ ਕੀਤਾ ਹੈਗਾ, ਔਰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਇਸ ਤਰੀਕੇ ਨਾਲ ਵੰਡਣਗੇ ਕਿ ਤੁਸੀਂ ਬਿਲਕੁਲ ਕਹਿ ਲਓ ਭਈ ਤੁਹਾਨੂੰ ਮਾਰਨ ਦੇ ਕਿਨਾਰੇ ਲੈ ਜਾਣਾ ਹੈਗਾ, ਜਿਹੜੇ ਉੱਥੇ ਰਹਿੰਦੇ ਵੀ ਹੈਗੇ ਆ। ਚਲੋ, ਅਸੀਂ ਤਾਂ ਉੱਥੋਂ ਆ ਗਏ ਹੈਗੇ ਹਾਂ। ਇੱਕ ਹੋਰ ਦੱਸੋ ਕਿ ਜਿਹੜੇ 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 ਹਿੰਦੂ ਲੀਡਰ ਆ ਕੁਛ, ਉਹ ਕਿਰਪਾਨ 'ਤੇ ਪਾਬੰਦੀ ਲਾਉਣ ਲਈ ਉਹਨਾਂ ਨੇ ਆਵਾਜ਼ ਉਠਾਈ ਆ, ਅਤੇ ਸਾਡੇ ਜਿਹੜੇ ਲੀਡਰ ਆ ਉਹਨਾਂ ਦਾ ਕੋਈ ਪ੍ਰਤੀਕਰਮ ਨਹੀਂ ਹੈਗਾ, ਔਰ ਇੱਕ ਮਤਾ ਜਿਹੜਾ ਉਹ SGPC ਨੇ ਵੀ ਪਾਇਆ ਹੈਗਾ, ਉਹਦੇ ਬਾਰੇ ਵੀ ਆਪਾਂ ਗੱਲ ਕਰਨੀ ਹੈਗੀ ਆ ਕਿ ਉਹਨਾਂ ਨੂੰ ਕੀ ਲੋੜ ਪੈ ਗਈ ਸੀ ਉਹ ਮਤਾ ਪਾਉਣ ਦੀ, ਅਤੇ ਉਹਦਾ ਪ੍ਰਤੀਕਰਮ ਕੀ ਹੋਇਆ? ਜੀ, SGPC ਦੀ ਗੱਲ ਆ, ਤੇ ਜਿਹੜੇ ਤੁਸੀਂ ਉਹ ਸ਼ਿਵ ਸੈਨਾ ਦੇ ਜੋ ਵੀ ਉਸ ਅਕੌਤੀ ਪ੍ਰਧਾਨ ਬਣੇ ਨੇ, ਵਟ ਐਵਰ ਜੋ ਵੀ ਹੈਗੇ ਉਹ ਕਈ ਨੇ, ਉਹ ਇਹ ਕਹਿ ਲਓ ਵੀ ਕਈ ਨਹੀਂ ਅਖੌਤੀ, ਅਸੀਂ ਅਖੌਤੀ ਆਪਾਂ ਪਤਾ ਕੀ ਗੱਲ ਆ, ਇਹ ਵੀ ਇੱਕ ਸਾਡੀ ਪ੍ਰੋਬਲਮ ਹੈਗੀ ਆ, ਜਦੋਂ ਅਸੀਂ ਕਹਿ ਦਿੰਦੇ ਹਾਂ ਨਾ ਕਿ ਉਹ 2-4 ਹੀ ਆ ਜੀ, ਉਹ ਕਾਂਗਰਸ ਦੇ ਆ ਬੰਦਾ, ਉਹ ਫਲਾਨੇ ਦਾ, ਉਹ ਧਿਮਕੜੇ ਦਾ ਹੈਗਾ, ਔਰ ਕਈ ਵਾਰੀ ਇਹ ਕਹਿ ਦਿੰਦੇ ਸਾਰੇ ਉਹ ਮਾੜੇ ਨਹੀਂ ਹੈਗੇ। ਜੇ ਸਾਰੇ ਮਾੜੇ ਨਹੀਂ ਹੈਗੇ ਤਾਂ ਜਿਹੜੇ ਉਹਨਾਂ ਨਾਲ ਰਿਲੇਟਡ ਆ, ਜੇ ਹਿੰਦੂਆਂ ਦੀ ਗੱਲ ਕਰੀਏ ਤਾਂ ਹਿੰਦੂ ਫਿਰ ਆਵਾਜ਼ ਕਿਉਂ ਨਹੀਂ ਉਠਾਉਂਦੇ? ਹਿੰਦੂ ਕਿਉਂ ਨਹੀਂ ਉਹਨਾਂ ਨੂੰ ਉਠਾਉਂਦੇ? ਸਾਡੇ ਦਾ ਸਿੱਖ ਜੇ ਕੋਈ ਮਾੜਾ ਉਹ ਬੋਲੇ, ਝੱਟ ਸਾਡੇ ਲਈ ਉਹ ਫਤਵਾ ਜਾਰੀ ਕਰ ਦਿੰਦੇ ਆ ਕਿ ਇਹ ਸਿੱਖੀ ਅਨੁਸਾਰ ਨਹੀਂ ਹੈਗਾ, ਇੱਦਾਂ ਨਹੀਂ ਹੈਗਾ, ਉੱਦਾਂ ਨਹੀਂ ਹੈਗਾ, ਉਹਨਾਂ ਨੂੰ ਕੋਈ ਵੀ ਨਹੀਂ ਕਹਿੰਦਾ। ਉੱਦਾਂ ਗੱਲ 'ਚ ਅਸੀਂ ਕਹਿ ਦਿੰਦੇ ਉਹ ਜੀ 2-4 ਹੀ ਆ। ਇਹ ਗੱਲਾਂ ਮੈਂ ਤੁਹਾਡੇ ਨਾਲ ਐਗਰੀ ਨਹੀਂ ਹੈਗਾ ਕਿ ਜਦੋਂ ਆਪਾਂ ਇਹ ਗੱਲ ਕਹਿ ਕੇ, ਮੈਂ ਕਹਿੰਦਾ ਕਈ ਵਾਰੀ ਅਸੀਂ ਉਹ ਪ੍ਰੋਬਲਮ ਨੂੰ ਟਾਲਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਪਾਸਾ ਵੱਟ ਲਈਏ, ਇਹ ਗੱਲ ਨਹੀਂ ਹੈ। ਜੇ ਉਹ 2% ਵੀ ਆ, 2 ਜਣੇ ਵੀ ਆ, ਜਾਂ 1 ਬੰਦਾ ਵੀ ਆ, ਜੇ ਉਹਨੂੰ ਉਹ ਨੱਥ ਨਹੀਂ ਪਾਉਂਦੇ ਹੈਗੇ, ਦੈਨ ਇਸ ਪ੍ਰੋਬਲਮ ਉਹ ਸਾਰਿਆਂ 'ਤੇ ਬਲੇਮ ਜਾਣਾ ਚਾਹੀਦਾ ਮੇਰੇ ਹਿਸਾਬ ਦੇ ਨਾਲ। ਜਦੋਂ ਆਪਾਂ ਉਹਨੂੰ ਵਾਸ਼ ਆਊਟ ਕਰ ਦਿੰਦੇ ਹਾਂ ਕਿ ਜੀ ਉਹ 2-4 ਹੀ ਆ, ਆਈ ਥਿੰਕ ਦੈਟਸ ਨਾਟ ਰਾਈਟ। ਜੇ 2-4 ਆ ਤਾਂ ਫਿਰ ਉਹਨੂੰ ਨੱਥ ਪਾਉਣ, ਉਹ ਬਿਲਕੁਲ, ਮੈਂ 2-4 ਨਹੀਂ ਕਹਿ ਰਿਹਾ, ਕਿਉਂਕਿ ਸਾਡੇ ਸਾਹਮਣੇ ਉਦਾਹਰਨ ਹੈ ਜਦੋਂ 84 ਦੇ ਵਿੱਚ ਕਾਂਗਰਸ ਨੇ ਸਿੱਖਾਂ ਨੂੰ ਜੋ ਕੀਤਾ ਉਹਨਾਂ ਨੂੰ ਬਹੁਮਤ ਦੇ ਕੇ ਜਿਤਾਇਆ, ਜਾਂ ਮੋਦੀ ਨੇ ਮੁਸਲਮਾਨਾਂ ਨਾਲ ਕੀਤਾ, ਉਹਨਾਂ ਨੇ ਉਹਨੂੰ ਪ੍ਰਧਾਨ ਮੰਤਰੀ ਦੀ ਚੇਅਰ ਤੇ ਬਿਠਾਤਾ ਲਿਆ ਕੇ, ਇਹ ਮੈਂ ਤੁਹਾਡੇ ਨਾਲ ਸਹਿਮਤ ਹਾਂ, ਪਰ ਕੁਝ ਪਰਸੈਂਟ ਕਹਿ ਸਕਦੇ ਹਾਂ ਵੀ ਹਾਂ
ਜਿਹੜੇ ਇਨਸਾਨੀਅਤ ਨੂੰ ਪਿਆਰ ਕਰਦੇ ਆ, ਚਾਹੇ ਉਹ ਕਿਸੇ ਵੀ ਧਰਮ 'ਚ ਹੋਣ, ਆਪਾਂ ਕਹਿ ਦਿੰਦੇ ਹਾਂ ਕਈ ਵਾਰ, ਜੀ ਉਹ ਹੁਣ ਉਹ ਹੈਗੇ ਆ ਹਿੰਦੂਆਂ ਵਿੱਚ ਵੀ, ਆਪਾਂ ਨੂੰ ਇਹ ਤਾਂ ਗੱਲ ਮੰਨ ਕੇ ਚੱਲਣੀ, ਬੋਲਦੇ ਵੀ ਆ, ਬਹੁਤ ਬੋਲਦੇ ਆ, ਇਹ ਆਪਾਂ ਕਿਨਾਰਾ ਨਹੀਂ ਕਰ ਸਕਦੇ, ਪਰ ਘੱਟ ਆ ਪਰਸੈਂਟੇਜ, ਘੱਟ ਬੋਲਦੇ ਆ ਨਾ, ਗੱਲ ਤੇ ਇਹ ਨਾ ਉਹਨਾਂ ਨੇ ਉਹ ਜਿਹੜੇ ਬੋਲਦੇ ਆ ਸਾਨੂੰ ਬਚਾ ਨਹੀਂ ਨਾ ਸਕਦੇ, ਜਦੋਂ ਅਸੀਂ ਇਹ ਸਹਾਰਾ ਲੱਭਦੇ ਹਾਂ, ਜਦੋਂ ਅਸੀਂ ਇਹ ਕਮੈਂਟ ਕਰਦੇ ਹਾਂ ਕਿ ਨਹੀਂ ਕੋਈ ਗੱਲ ਨਹੀਂ ਹੈਗੀ ਗੀ, ਉਦੋਂ ਇਹ ਪ੍ਰੋਬਲਮ ਇਹ ਹੁੰਦੀ ਹੈ ਕਿ ਉਹ ਫਿਰ ਸਾਡਾ ਜਿਹੜਾ ਉਹ ਕੰਮ ਕਰ ਰਿਹਾ ਉਹ ਆਪਣਾ ਲਗਾਤਾਰ ਕੰਮ ਕਰ ਰਿਹਾ ਹੈਗਾ, ਉਹਨਾਂ ਨੂੰ ਕੋਈ ਬੰਦਿਸ਼ ਨਹੀਂ ਹੈਗੀ, ਨਾ ਉਹਨਾਂ ਦੇ ਆਪਣੇ ਉਹਨਾਂ ਨੂੰ ਕੋਈ ਲਾਹਣਤਾਂ ਪਾਉਂਦੇ ਆ, ਮੈਂ ਤਾਂ ਕਹਿੰਦਾ ਫੜ ਕੇ ਜੁੱਤੀ ਫੇਰਨੀ ਚਾਹੀਦੀ ਆ। ਅੱਜ ਜਿਹੜਾ ਮਸਲਾ ਹਿੰਦੂ ਸਿੱਖ ਦਾ ਪੰਜਾਬ 'ਚ ਬਣਾਇਆ ਜਾ ਰਿਹਾ ਹੈਗਾ, ਇਹ ਤਾਂ ਕਦੀ ਵੀ ਨਹੀਂ ਬਣਿਆ ਸੀਗਾ। ਬਿਲਕੁਲ, ਜਦੋਂ ਇਹ ਕਹਿ ਲਓ ਵੀ ਇੰਨਾ ਟਾਈਮ ਹਥਿਆਰਾਂ ਦਾ ਜੋ ਚੱਲਦਾ ਰਿਹਾ, ਸੰਘਰਸ਼ ਚੱਲਦਾ ਰਿਹਾ, ਉਦੋਂ ਪਿੰਡਾਂ ਵਿੱਚ ਮੈਂ ਕਹਿੰਦਾ ਸਾਡੇ ਬਹੁਤ ਇੰਨੇ ਅਹਿਮ ਆਪਣੇ ਸ਼ਹਿਰਾਂ 'ਚ ਜਾਈਦਾ ਸੀ, ਜਾਂ ਪਿੰਡਾਂ 'ਚ ਸਾਡੇ ਐਡੇ ਦੋਸਤ ਨੇ, ਹੁਣ ਵੀ ਨੇ, ਚਾਹੇ ਉਹ ਕਈ ਉਹਨਾਂ 'ਚੋਂ ਬੀਜੇਪੀ ਨਾਲ ਜਾ ਵਾਲੇ, ਉਹ ਸਾਡੇ ਐਡੇ ਵਧੀਆ ਦੋਸਤ ਸੀ, ਸਾਡੇ ਵਿਆਹਾਂ 'ਚ ਅਸੀਂ ਇੱਕ ਦੂਜੇ ਦੇ ਘਰੇ ਆਉਂਦੇ ਜਾਂਦੇ ਸੀ, ਇਹ ਕਹਿ ਲਓ ਵੀ ਅਸੀਂ ਹਾਲਾਂਕਿ ਪੱਕੇ ਅਸੀਂ ਕਹਿ ਲਓ ਸੰਘਰਸ਼ ਪੱਖੀ ਲੋਕ ਹਾਂ ਉਦੋਂ ਵੀ ਸੀਗੇ, ਅਤੇ ਪਰ ਉਹ ਫਿਰ ਵੀ ਸਾਡੀ ਉਹਨਾਂ ਨਾਲ ਯਾਰੀ ਸੀ, ਇੱਥੋਂ ਜਾ ਕੇ ਬਾਹਰੋਂ ਜਾ ਕੇ ਜਦੋਂ ਵੀ ਜਾਈਦਾ ਉਹਨਾਂ ਨੂੰ ਪਹਿਲਾਂ ਮਿਲਣ ਜਾਈਦਾ। ਤੁਸੀਂ ਕਿਵੇਂ ਕਹਿ ਦੋਗੇ ਪੰਜਾਬ ਦੇ ਵਿੱਚ, ਤੁਸੀਂ ਚਲੋ ਦੂਰ ਨਾ ਜਾਓ, ਆਪਣੇ 84 ਦਾ ਨਵੰਬਰ ਦਾ ਜੋ ਵਰਤਿਆ, ਉਦੋਂ ਬਾਅਦ ਮੈਨੂੰ ਨਹੀਂ ਲੱਗਦਾ ਵੀ ਇੱਕ ਵੀ ਘਟਨਾ ਹੋਈ ਹੋਣੀ ਆ, ਜੇ ਵੀ ਆਮ ਕਹਿ ਲਓ ਵੀ ਹਾਂ ਉੱਧਰ ਦਿੱਲੀ 'ਚ ਸਾਨੂੰ ਮਾਰ ਰਿਹਾ ਸੀ ਸਿੱਖਾਂ ਨੂੰ, ਵੀ ਇੱਧਰ ਪੰਜਾਬ 'ਚ ਸਿੱਖਾਂ ਨੂੰ ਮਾਰਨਾ ਸ਼ੁਰੂ ਕਰਤਾ ਹੋਵੇ, ਪੰਜਾਬ ਤਾਂ ਇੱਥੋਂ ਤੱਕ ਵੀ ਜਰ ਸਕਦਾ, ਸਬਰ ਕਰ ਸਕਦਾ, ਵੀ ਤੁਸੀਂ ਦੇਖੋ ਅਸੀਂ ਕਦੇ ਵੀ ਪੰਜਾਬ 'ਚ ਧਰਮ ਦੇ ਆਧਾਰ 'ਤੇ, ਹੁਣ ਜੇ ਆਪਾਂ ਕਹਿੰਦੇ 47 'ਚ ਹੋਇਆ, 47 'ਚ ਵੀ ਇੱਕ ਕਿਸਮ ਦੀ ਇਹ ਕਹਿ ਲਓ ਵੀ ਕਿਸੇ ਕੌਮ ਨੂੰ ਕਿਸੇ ਤਰੀਕੇ ਨਾਲ ਖਤਮ ਕਰਨ ਦੀ ਸਾਜ਼ਿਸ਼ ਸੀਗੀ, ਇਹ ਮੰਨਣਾ ਪਊਗਾ। ਓਦਾਂ ਹੀ ਹੁਣ ਜਿਵੇਂ ਘੜੀਆਂ ਜਾ ਰਹੀਆਂ, ਇਹ ਕਹਿ ਲਓ ਵੀ ਜਿਹੜੇ ਹਿੰਦੂ ਆ ਜਾਂ ਵੋਟਾਂ ਲੈਣ ਲਈ ਕਹਿ ਲਓ, ਜਾਂ ਸਾਡੇ ਅਕਾਲੀ ਲੀਡਰ ਵੀ ਵੋਟਾਂ ਲੈਣ ਲਈ ਸ਼ਹਿਰਾਂ ਦੀਆਂ ਆਪਦੀ ਸਿੱਖਾਂ ਨੂੰ ਅੱਤਵਾਦੀ ਅੱਤਵਾਦੀ ਕਹਿ ਕਹਿ ਕੇ ਉੱਥੇ ਪਲਾਈ ਜਾਣਗੇ, ਜਿਹੜੇ ਉਹੀ ਉਹਨਾਂ ਦੇ ਭੋਗਾਂ 'ਤੇ ਜਾਂਦੇ ਰਹੇ ਨੇ। ਕਾਰਨ ਕੀ, ਜਿਵੇਂ ਆਪਾਂ ਪਹਿਲਾਂ ਮੈਂ ਤੁਹਾਨੂੰ ਗੱਲ ਕੀਤੀ ਆ, ਰਾਜਨੀਤੀ ਹੀ ਵੋਟਾਂ ਦੀ ਬਣ ਚੁੱਕੀ ਆ, ਹੁਣ ਜੇ ਅਕਾਲੀ ਲੀਡਰ ਆ ਉੱਦਾਂ ਸਿੱਖ ਸਿਰ ਉਹ ਆ, ਤੇ ਫਿਰ ਪੰਜਾਬ ਦਿਸ਼ਾ ਹੋਊਗੀ। ਚਲੋ ਘੱਟੋ ਘੱਟ ਪਹਿਲਾਂ ਲੋਕ ਜਿਹੜੇ ਸੀਗੇ, ਚਾਹੇ ਉਹ ਕੋਈ ਨਾ ਕੋਈ ਨੈਤਿਕਤਾ ਸੀਗੀ ਉਹਨਾਂ ਦੇ ਵਿੱਚ, ਕੁਛ ਨਾ ਕੁਛ ਉਹ ਸੋਚਦੇ ਸੀਗੇ ਕਿ ਆਪਣਾ ਕਰੈਕਟਰ ਕੀ ਆ, ਆਪਾਂ ਕਿਹੜੀ ਜਥੇਬੰਦੀ ਨਾਲ ਹੈਗੇ ਹਾਂ। ਹੁਣ ਜੇ ਸਿਰਫ ਇਕੱਲਾ ਮਸਲਾ ਵੋਟਾਂ ਦਾ ਹੀ ਰਹਿ ਗਿਆ ਆ, ਫਿਰ ਪੰਜਾਬ ਦੀ ਦਿਸ਼ਾ ਤਾਂ ਫਿਰ ਬਹੁਤ ਮਾੜੀ ਹੋਊਗੀ। ਜੀ ਬਿਲਕੁਲ, ਉਹੀ ਆਪਾਂ ਗੱਲ ਕਰਨੀ ਚਾਹੁੰਦੇ ਹਾਂ। ਹੁਣ ਜਿਹੜਾ ਆਹ ਹੈਗੇ ਸੰਜੀਵ ਘਨੌਲੀ ਵਰਗੇ, ਜਾਂ ਆਹ ਜਿਹੜੇ ਫੜੇ ਆ ਇਹ ਸ਼ਰਮਾ, ਜਿਹਨਾਂ ਦੇ ਹਵਾਰਾ ਸਾਹਿਬ ਨੇ ਥੱਪੜ ਮਾਰਿਆ ਸੀਗਾ, ਉਹ ਮੁੱਲਾ ਹਜੇ ਵੀ ਕੰਨ ਟੀ ਟੀ ਕਰਨ ਲੱਗਦੇ ਰਹਿੰਦੇ ਹੋਣਗੇ, ਤੇ ਨਾਲ ਜਿਹੜੇ ਦੂਜੇ ਇਹਨਾਂ ਦੇ ਦੋ ਜਿੰਨੇ ਵੀ ਫੜੇ ਇਹਨਾਂ ਤੇ ਕੇਸ ਪਾਏ ਆ, ਉਹ ਸੁਖਬੀਰ ਬਾਦਲ ਨਾਲ ਕੈਪਟਨ ਸਾਹਿਬ ਨਾਲ ਉਹ ਇੱਦਾਂ ਤੁਰੇ ਫਿਰਦੇ ਜਿਵੇਂ ਸੱਜੀ ਖੱਬੀ ਬਾਂਹ ਹੁੰਦੇ ਆ। ਬਿਲਕੁਲ ਬਿਲਕੁਲ, ਸਮਝ ਗਏ ਨਾ। ਹੁਣ ਜਿਵੇਂ ਤੁਸੀਂ ਗੱਲ ਕੀਤੀ ਸੀ ਵੀ ਜੇ ਇਹ ਦੋ ਚਾਰ ਨੇ, ਇੱਥੇ ਤੱਕ ਇਹਨਾਂ ਦੀ ਪਹੁੰਚ ਕਿਵੇਂ ਆ, ਇਹਨਾਂ ਨੂੰ ਕੁਛ ਨਾ ਕੁਛ ਤਾਂ ਉਹ ਮੰਨਦੇ ਹੀ ਆ ਨਾ। ਉਹ ਜੇ ਆਪਾਂ ਹੁਣ ਦੇਖੀਏ ਇਹਨਾਂ ਨੇ ਜੋ ਆਪਾਂ ਤੁਸੀਂ ਗੱਲ ਕੀਤੀ ਆ, ਹੁਣ ਆਪਾਂ ਪੁਆਇੰਟ 'ਤੇ ਆਈਏ, ਹੁਣ ਦੇਖੋ ਜਿਹੜਾ ਰਵਾਇਤੀ ਸਿਸਟਮ ਸਾਨੂੰ ਜਦੋਂ ਆਜ਼ਾਦ ਹੋਇਆ ਭਾਰਤ, ਸਾਨੂੰ ਕਿਹਾ ਗਿਆ ਸੀ ਤੁਸੀਂ ਆਪਣੇ ਖਿੱਤੇ ਵਿੱਚ ਆਪਣੇ ਤੌਰ 'ਤੇ ਜੋ ਵੀ ਤੁਹਾਡਾ ਹੈਗਾ ਉਸ ਅਨੁਸਾਰ ਤੁਸੀਂ ਸੁਖੀ ਰਹਿ ਸਕੋ, ਤੁਹਾਨੂੰ ਹੱਕ ਹੋਣਗੇ ਜੀ, ਸਮਝ ਗਏ ਨਾ। ਹਾਲਾਂਕਿ ਉਸ ਤੋਂ ਬਾਅਦ ਇਹ ਕਹਿ ਲਓ ਵੀ 9 ਇੰਚੀ ਕਿਰਪਾਨ ਜਾਂ ਹੋਰ ਇੱਦਾਂ, ਪਰ ਜਿਹੜੇ ਨਿਹੰਗ ਜਥੇਬੰਦੀਆਂ, ਕਿਉਂਕਿ ਅਸੀਂ ਕਈ ਵਾਰ ਕਹਿ ਦਿੰਦੇ ਹਾਂ ਜੀ ਇਹਨਾਂ ਨੇ ਆਹ ਲਾ ਲਿਆ, ਬਾਣਾ ਬਦਲਤਾ, ਉਹ ਕਰਤਾ, ਪਰ ਸਾਨੂੰ ਜਿਹੜੀਆਂ ਪੁਰਾਣੀਆਂ ਤਸਵੀਰਾਂ ਜਦੋਂ ਅੰਗਰੇਜ਼ਾਂ ਨੇ ਜਦੋਂ ਕੈਮਰਾ ਆਜ਼ਾਦ ਹੋਇਆ ਵੀ ਕਹਿ ਲਓ, ਉਦੋਂ ਵੀ ਨਿਹੰਗਾਂ ਦੀਆਂ ਜਿਹੜੀਆਂ ਤਸਵੀਰਾਂ ਮਿਲਣਗੀਆਂ, ਹੂ ਬਹੂ ਉਹੀ ਮਿਲਣਗੀਆਂ ਜੋ ਪੁਰਾਣਾ ਸਿਸਟਮ ਆ। ਸਾਡੇ ਹਰਿਮੰਦਰ ਸਾਹਿਬ ਤੋਂ ਕੋਈ ਤਸਵੀਰਾਂ ਆਉਂਦੀਆਂ ਨੇ, ਉਹਨੂੰ ਸ਼ਰੇਆਮ ਆਪ ਤਾਂ ਇਹ ਹਥਿਆਰਾਂ ਦੀ RSS ਕੇਡਰ ਆ, ਕਿੱਥੇ ਕਿੱਥੇ ਨਹੀਂ ਟ੍ਰੇਨਿੰਗ ਦੇ ਰਿਹਾ ਜੀ, ਉਹ ਆਪਣੀ ਬੋਲੀ ਦੇ ਵਿੱਚ ਕਹਿ ਰਿਹਾ ਜੀ ਜਿੱਥੇ ਲੱਗਦਾ ਜੀ ਉੱਥੇ ਜੀ ਖੇਡਣ ਲੱਗ ਜਾਂਦੇ ਨੇ ਜੀ, ਜਿੱਥੇ ਜੀ ਕਰ ਉੱਦਾਂ ਕਹਿ ਰਿਹਾ ਜੀ ਅਖੌਤੀ ਨਿਹੰਗਾ ਨਾ, ਪਰ ਉਹ ਗੱਲ ਦੇ ਵਿੱਚ ਸਾਰਿਆਂ ਨੂੰ ਲਵੇਟ ਰਿਹਾ ਵੀ ਇਹ ਜੀ 3 ਫੁੱਟੀਆਂ ਕਿਰਪਾਨਾਂ ਚੱਕੀ ਫਿਰਦੇ ਨੇ, ਰੇ ਜਗਾ ਇਹਨਾਂ ਦੇ ਪ੍ਰਭਾਵ। ਮੈਨੂੰ ਇਹ ਦੱਸੋ ਜਿਹੜਾ ਆਮ ਜਨਤਾ ਅਤੇ ਨਿਹੰਗ, ਇਹਨਾਂ ਦੇ ਵਿੱਚ ਕਿੰਨੇ ਕੁ ਪਰਸੈਂਟ ਇਹੋ ਜਿਹੇ ਮਸਲੇ ਹੋਏ, ਜੇ ਮਸਲਾ ਹੋਇਆ ਵੀ ਕੋਈ ਨਾ ਕੋਈ ਉੱਥੇ ਗੱਲ ਹੋਈ ਹੋਊ ਕੋਈ ਨਾ ਕੋਈ ਦੁਪਾਸੜ, ਉੱਦਾਂ ਹੀ ਤਾਂ ਨਹੀਂ ਵੱਢਦੇ ਫਿਰਦੇ ਉਹ, ਮੈਨੂੰ ਦਿਖਾ ਦਿਓ ਕੋਈ ਘਟਨਾ ਵੀ ਉੱਦਾਂ ਹੀ ਉਹ ਵੱਢਦੇ ਫਿਰਦੇ ਆ, ਮਾਰਦੇ ਫਿਰਦੇ ਆ ਕਿਰਪਾਨਾਂ ਨਾਲ, ਵੀ ਇਹ ਬਹੁਤ ਵੱਡਾ ਤੁਹਾਡਾ। ਫਿਰ ਉਹ ਇਹ ਨਹੀਂ ਕਹਿ ਰਿਹਾ, ਮੈਂ ਪੰਜਾਬ ਸਰਕਾਰ ਨੂੰ ਵੀ ਉਹ ਕਹਿ ਰਿਹਾ, ਅਤੇ ਉਹ ਸਿੱਧੀ ਧਮਕੀ ਦੇ ਰਿਹਾ, ਮੈਂ ਸੈਂਟਰ ਨੂੰ ਲਿਖੂੰਗਾ, ਅਸੀਂ ਸੈਂਟਰ ਨੂੰ ਲਿਖਾਂਗੇ ਅਸੀਂ, ਇਹ ਕੀ ਵੀ ਗੱਲ ਉਹੀ ਤੁਹਾਡੀ ਜਿਹੜੀ ਆਪਾਂ ਪਹਿਲਾਂ ਤੁਗਲਕੀ ਫਰਮਾਣਾ ਦੀ ਕੀਤੀ ਆ, ਇਹ ਤੁਹਾਡੇ 'ਤੇ ਤੁਗਲਕੀ ਫਰਮਾਣ ਆਏ ਲਓ,
ਕਿਉਂਕਿ ਉਹ ਤਾਂ ਸਿਰਫ ਇੱਕ ਉਹ ਇਸ਼ਾਰਾ ਚਾਹੁੰਦੇ ਆ ਵੀ ਕਿੱਧਰੋਂ ਦੱਬਣ ਦਾ ਸਾਨੂੰ ਇਸ਼ਾਰਾ ਮਿਲੇ ਜਾਂ ਕਿਹੜਾ ਪੁਆਇੰਟ ਮਿਲੇ। ਇਹ ਫਿਰ ਉਹਨਾਂ ਨੇ ਵਿੱਚ ਨੰਦੇੜ ਸਾਹਿਬ ਦੀ ਘਟਨਾ ਲਿਆਂਦੀ, ਉੱਥੇ ਜੀ ਹੋਲਾ ਮਹੱਲਾ ਨਹੀਂ ਖੇਡਣ ਦਿੱਤਾ ਜੀ, ਉੱਥੇ ਵੀ ਪੁਲਿਸ ਦੇ ਹਮਲਾ ਕਰਤਾ, ਇਹਨਾਂ ਨੇ ਕਿਰਪਾਨਾਂ ਨੰਗੀਆਂ ਲਈ ਫਿਰਦੇ ਨੇ। ਜਿਹੜਾ ਨੰਦੇੜ ਸਾਹਿਬ ਦੇ ਵਿੱਚ ਹੋਲਾ ਮਹੱਲਾ ਕੱਢਿਆ ਜਾਂਦਾ, ਉੱਥੇ ਕੱਢਿਆ ਹੀ ਇੱਦਾਂ ਜਾਂਦਾ, ਅੰਦਰੋਂ ਨੰਗੀਆਂ ਕਿਰਪਾਨਾਂ ਲੈ ਕੇ ਉਹ ਜਿਹੜਾ ਸਹਿਰ ਆ ਉਹਦੇ ਵਿੱਚ ਭੱਜਦੇ ਨੇ, ਉਹ ਮਹੱਲਾ ਕੱਢਦੇ ਨੇ। ਉਹ ਐਂ ਨਹੀਂ ਵੀ ਉਹ ਸਪੈਸ਼ਲ ਪੁਲਿਸ ਵਾਲਿਆਂ ਦੇ ਮਗਰ ਲੈ ਕੇ ਪਏ, ਉਹ ਪੁਲਿਸ ਵਾਲੇ ਮੂਹਰੇ ਸੀਗੇ, ਉਹਨਾਂ ਨੇ ਪਰੇ ਕਰਤੇ ਆਪ ਭੱਜ ਲਏ ਸ਼ਹਿਰ ਦੇ ਵਿੱਚ ਦੀ, ਹਾਲਾਂਕਿ ਨਾ ਕਿ ਉੱਥੇ ਗੜ ਕੇ ਪੁਲਿਸ ਵਾਲਿਆਂ ਨੂੰ ਕੁੱਟਣ ਲੱਗ ਉਹ। ਪਰ ਉਹ ਗੱਲ ਉਹੀ ਆ ਵੀ ਇੱਕ ਮਸਲਾ ਇੱਦਾਂ ਬਣਾਇਆ ਜਾਂਦਾ, ਖਹੂਆ ਬਣਾਇਆ ਜਾਂਦਾ ਵੀ ਇਹ ਸਾਰੀਆਂ ਉਹਨੇ ਇਕੱਲੀ ਇਕੱਲੀ ਘਟਨਾ ਇਕੱਠੀ ਕਰ ਲਈ, ਵਿੱਚੇ ਹਰਜੀਤ ਸਿੰਘ ਵਾਲੀ ਗੁੱਟ ਵਾਲੀ ਘਟਨਾ ਇਕੱਠੀ ਕਰ ਲਈ, ਵਿੱਚੇ ਅੰਮ੍ਰਿਤਸਰ ਵਾਲੀ ਇਕੱਠੀ ਕਰ ਲਈ, ਵਿੱਚੇ ਹੀ ਉਹਨੇ ਜਿਹੜੀ ਟਿੱਕਰੀ ਬਾਰਡਰ ਤੇ ਘਟਨਾ ਆਪਣੇ ਸਿੰਘੂ ਬਾਰਡਰ ਤੇ ਘਟਨਾ ਹੋਈ ਸੀ ਬੀਬੀਆਂ ਨੂੰ ਬਚਾਉਣ ਕਰਕੇ, ਉਹ ਜਿਹੜੇ ਸਿੰਘ ਨੇ ਆਪਣੇ ਰਣਜੀਤ ਸਿੰਘ ਨੇ ਕਿਰਪਾਨ ਕੱਢ ਕੇ ਪੁਲਿਸ ਵਾਲਾ, ਉਹ ਵਿੱਚ ਘਟਨਾ ਲੈ ਕੇ ਉਲਟਾ, ਜਦੋਂ ਕਿ ਉਹ ਘਟਨਾ ਟੋਟਲੀ ਉਲਟਾ, ਤੁਸੀਂ ਦੇਖੋ ਤੁਹਾਡੇ ਤੋਂ ਕਿਵੇਂ ਥੋਪਿਆ ਜਾਂਦਾ ਸਿਸਟਮ ਤੁਹਾਡੇ ਤੇ। ਹਾਲਾਂਕਿ ਜਿਹੜੇ ਉਹ ਜਿਹੜੇ ਹਮਲਾ ਕਰਨੇ ਸੀ ਉਹਨਾਂ ਚੋਂ ਇੱਕ ਤੇ ਵੀ ਕੇਸ ਨਹੀਂ ਹੋਇਆ, ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ। ਹੁਣ ਤੁਸੀਂ ਨੂੰ ਇਦੋਂ ਅੰਨਾ ਸਿਸਟਮ ਹੋਰ ਕੀ ਕਹੋਗੇ ਜਦੋਂ ਇੱਦਾਂ ਤੁਹਾਡੇ ਤੇ ਮਸਲੇ ਖੜੇ ਕਰਕੇ ਤੁਹਾਨੂੰ ਦੱਬਣ ਦੀਆਂ ਸਕੀਮਾਂ ਘੜੀਆਂ ਜਾਂਦੀਆਂ। ਇਹ ਨਹੀਂ ਬਿਆਨ ਦੇ ਰਹੇ, ਇਹ ਇੱਕ ਹਿੰਦੂਆਂ ਵੱਲੋਂ ਇੱਕ ਸਿਸਟਮ ਆ ਉਹਨਾਂ ਦੇ ਮਰ ਕ੍ਰੀਏਟ ਕੀਤਾ। ਹੁਣ RSS ਦੀ ਆਪਾਂ ਗੱਲ ਕੀਤੀ ਆ, ਕਿੱਡਾ ਸਿਸਟਮ ਉਹ ਖੜਾ ਕਰ ਰਹੇ ਨੇ। ਹੁਣ ਮੈਂ ਤੁਹਾਨੂੰ ਪੁਆਇੰਟ ਦੇਣ ਲੱਗਿਆ, ਜਿਹੜਾ ਰਕੇਸ਼ ਡਕੈਤ ਦੀ ਗੱਡੀ 'ਤੇ ਹਮਲਾ ਹੁੰਦਾ, ਜਿਹੜੇ ਉਹ ਅਧਿਆਕਸ ਜਾਂ ਨੌਜਵਾਨ ਹੈਗੇ ਆ, ਜਿਹੜਾ ਉਹਨਾਂ ਨੇ ਦੱਸਿਆ ਵੀ ਇਲਾਕੇ ਦਾ ਅਧਿਆਕਸ ਆ, ਇੱਕ ਸਰਕਾਰੀ ਗੱਡੀਆਂ ਹੁੰਦੀਆਂ ਜਿਵੇਂ DC ਜਾਂ ਹੋਰ ਆ, ਉਹਨਾਂ ਦੀ ਥੱਲੇ ਨੰਬਰ ਪਲੇਟ ਹੁੰਦੀ ਆ, ਉੱਤੇ ਇੱਕ ਲਾਲ ਅੱਖਰਾਂ 'ਚ ਪਲੇਟ ਲੱਗੀ ਹੁੰਦੀ ਆ ਜਿਹਦੇ 'ਤੇ ਉਹਦਾ ਅਹੁਦਾ ਲਿਖਿਆ ਹੁੰਦਾ ਜੀ। ਉਹ RSS ਵਾਲਿਆਂ ਦੇ ਜਿੰਨੇ ਉਹ ਹੈਗੇ ਆ, ਉਹਨਾਂ ਨੂੰ ਇੱਕ ਕਿਸਮ ਦਾ ਗੌਰਮੈਂਟ ਹੀ ਸਿਸਟਮ ਦੇ ਕੇ ਉਹਨੇ ਉੱਤੇ ਲਿਖਿਆ ਹੋਇਆ, ਤੁਹਾਨੂੰ ਸਬੂਤ ਮਿਲੂ ਗੱਡੀ ਦੀ ਫੋਟੋ ਆ ਵੀ ਲਾਲ ਪਲੇਟ ਉੱਦਾਂ ਹੀ ਲਾ ਕੇ ਵੀ ਜਿਵੇਂ ਸਰਕਾਰੀ ਬੰਦਾ ਹੁੰਦਾ ਵੀ ਅਧਿਆਕਸ ਆ ਅਤੇ ਉਹਦੀ ਇਹ ਗੱਡੀ ਆ। ਦੇਖੋ ਕਿੱਥੇ ਤੱਕ ਇਹ ਸਿਸਟਮ ਨੂੰ ਲੈ ਗਏ ਨੇ, ਅਤੇ ਅਸੀਂ ਕਹਿ ਲਓ ਆਪਣੀ ਦਸ਼ਾ ਕੀ ਬਣ ਚੁੱਕੀ ਆ ਅਤੇ ਉਹਨਾਂ ਦੀ ਦਸ਼ਾ ਕੀ ਬਣ ਚੁੱਕੀ ਆ, ਇਹ ਸਾਨੂੰ ਸੋਚਣਾ ਪਊ। ਸਾਡੇ ਭਵਿੱਖ ਨੂੰ, ਸਾਡੇ ਲੋਕਾਂ ਨੂੰ, ਸਾਡੇ ਪੰਜਾਬ ਦੇ ਲੋਕਾਂ ਨੂੰ ਵੀ, ਸਾਡਾ ਆਉਣ ਵਾਲਾ ਭਵਿੱਖ, ਅਸੀਂ ਅੱਗੇ ਇੱਕ ਦਿਨ ਭਵਿੱਖ ਦੀ ਗੱਲ ਕੀਤੀ ਸੀ, ਸਾਨੂੰ ਦਿਸ਼ਾ ਬਾਰੇ ਜ਼ਰੂਰ ਸੋਚਣਾ ਪਊ, ਅਸੀਂ ਆਪਣੇ ਆਪ ਹੀ ਕਿੱਧਰ ਨੂੰ ਲੈ ਗਏ ਆਪਣੀ ਦਿਸ਼ਾ ਨੂੰ। ਦਿਸ਼ਾ ਦੇ ਵਿੱਚ ਇੱਕ ਮੈਂ ਚੀਜ਼ ਹੋਰ ਸ਼ਾਮਿਲ ਕਰਨੀ ਚਾਹੁੰਦਾ ਹੈਗਾ ਕਿ ਬਹੁਤ ਸਾਡੀ ਗਿਣਤੀ ਉਹਨਾਂ ਸਿੰਘਾਂ ਦੀ ਹੈਗੀ ਆ ਜਿਹੜੇ ਬਹੁਤ ਬਾਣੀ ਪੜ੍ਹਦੇ ਆ, ਵਿਚ ਇਜ਼ ਵੈਰੀ ਗੁੱਡ, ਸਾਡਾ ਮੂਲ ਜਿਹੜਾ ਉਹ ਬਾਣੀ ਹੈ। ਅਤੇ ਪਰ ਜਦੋਂ ਆਹ ਜਿਹੜੀਆਂ ਦੁਸ਼ਵਾਰੀਆਂ ਸਾਡੇ ਨਾਲ ਹੋ ਰਹੀਆਂ ਹੈਗੀਆਂ, ਜੋ ਤਾਣਾ ਬਾਣਾ ਬੁਣਿਆ ਜਾ ਰਿਹਾ ਹੈਗਾ ਆ, ਉਹ ਕਹਿੰਦੇ ਬਸ ਵਾਹਿਗੁਰੂ ਵਾਹਿਗੁਰੂ ਕਰੋ, ਇਹ ਕਿੱਥੋਂ ਦਾ ਇਨਸਾਫ ਆ? ਜੇ ਮਤਲਬ ਵਾਹਿਗੁਰੂ ਹੀ ਕਰਨਾ ਆ ਤਾਂ ਫਿਰ ਤਾਂ ਕੋਈ ਪ੍ਰੋਬਲਮ ਨਹੀਂ ਸੀਗੀ। ਮੈਂ ਇਹ ਸਮਝਦਾ ਹੈਗਾ ਕਿ ਗੁਰੂ ਨਾਨਕ ਪਾਤਸ਼ਾਹ ਜਿਹੜੇ ਸੀ ਉਹਨਾਂ ਨੇ ਇੱਕ ਵੱਖਰਾ ਕੀਤਾ, ਉਹ ਵੱਖਰਾ ਇਹ ਸੀ ਕਿ ਪਹਿਲਾਂ ਵੀ ਲੋਕ ਜਿਹੜਾ ਰੱਬ ਨੂੰ ਮਿਲਦੇ ਸੀਗੇ, ਰੱਬ ਦੇ ਨਾਲ ਅਭੇਦ ਹੁੰਦੇ ਸੀਗੇ, ਸਾਰਾ ਕੁਛ ਸੀਗਾ ਸਿਸਟਮ। ਪਰ ਗੁਰੂ ਸਾਹਿਬ ਨੇ ਜਿਹੜੀ ਨਵੀਂ ਚੀਜ਼ ਕੀਤੀ ਉਹ ਇਹ ਕੀਤੀ ਕਿ ਸ਼ਕਤੀ ਅਤੇ ਭਗਤੀ ਦੋਨਾਂ ਨੂੰ ਆ ਸੁਮੇਲ ਕੀਤਾ। ਜਿਹੜਾ ਜਾਬਰ ਸੀ ਉਹਦੀ ਅੱਖ 'ਚ ਅੱਖ ਪਾ ਕੇ ਗੱਲ ਕੀਤੀ। ਜੇ ਅਸੀਂ ਉਹ ਗੱਲ ਅਧੂਰੀ ਉਹ ਕਰਦੇ ਨਹੀਂ ਹੈਗੇ ਫਿਰ ਮਤਲਬ ਅਸੀਂ ਅਧੂਰੇ ਸਿੱਖ ਹਾਂ। ਮੈਂ ਸਮਝਦਾ, ਹੋ ਸਕਦਾ ਮੈਂ ਰੋਂਗ ਹੋਵਾਂ, ਬਾਣੀ ਪੜ੍ਹਨੀ ਬਹੁਤ ਚੰਗੀ ਗੱਲ ਹੈਗੀ ਆ, ਬਹੁਤ ਵਧੀਆ ਸਿੱਖ ਆ ਜਿਹੜਾ ਬੰਦਾ ਬਾਣੀ ਪੜ੍ਹਦਾ ਹੈਗਾ, ਸਾਡਾ ਮੂਲ ਆ ਗਿਆ ਮੈਂ ਕਹਿ ਰਿਹਾ ਹਾਂ। ਪਰ ਜਦੋਂ ਅਸੀਂ ਜਿਹੜੀ ਸਾਡੀ ਦਿਸ਼ਾ ਹੋਣ ਜਾ ਰਹੀ ਹੈਗੀ ਆ ਉਹਦੇ ਪ੍ਰਤੀ ਅਸੀਂ ਚਿੰਤਿਤ ਨਹੀਂ ਹੈਗੇ ਗੇ, ਘਰੇ ਬੈਠ ਕੇ ਵਾਹਿਗੁਰੂ ਵਾਹਿਗੁਰੂ ਕਿੰਨਾ ਕੁ ਚ ਸਾਨੂੰ ਕਰਨ ਦੇਣਗੇ ਉਹ, ਜੇ ਉਹ ਅੱਜ ਪੰਜਾਬ ਦੇ ਵਿੱਚ ਰਹਿ ਕੇ ਇਹ ਚੈਲੰਜ ਕਰ ਰਿਹਾ ਕਿ ਇਹਨਾਂ ਦੀਆਂ ਕਿਰਪਾਨਾਂ 'ਤੇ ਬੈਨ ਹੋਣਾ ਚਾਹੀਦਾ ਹੈਗਾ, ਇਹ ਕਿਰਪਾਨਾਂ ਕਿਉਂ ਪਾ ਰਹੇ ਹੈਗੇ ਆ? ਵਾਟ ਯੂ ਐਕਸਪੈਕਟ ਫਰੋਮ 10 ਸਾਲ ਹੋਣ ਤੋਂ ਗਾਂਹ ਜਾਂ 15 ਸਾਲ ਗਾਂਹ ਤੁਸੀਂ ਕੀ ਐਕਸਪੈਕਟ ਕਰਦੇ ਆ? ਜਿਸ ਖਿੱਤੇ ਦੇ ਵਿੱਚ ਤੁਹਾਡੀ ਸ਼ੁਰੂਆਤ ਹੋਈ ਆ, ਜਿਸ ਖਿੱਤੇ ਨੂੰ ਤੁਸੀਂ ਆਪਣੀਆਂ ਜੜ੍ਹਾਂ ਮੰਨਦੇ ਹੈਗੇ ਆ, ਉਸ ਖਿੱਤੇ ਦੇ ਵਿੱਚ ਇਹ ਤੁਹਾਡੇ ਹਾਲਾਤ ਆ ਕਿ ਤੁਹਾਨੂੰ ਅੱਜ ਚੈਲੰਜ ਕਰ ਰਿਹਾ। ਇਕੱਲਾ ਇਹ ਨਹੀਂ ਹੈਗਾ, ਜਿਹੜੀ ਦਿਸ਼ਾ ਜਿਹੜੀ ਬਣਦੀ ਜਾ ਰਹੀ ਆ ਉਹ ਹੈ ਕਿ ਕਿਸੇ ਵੀ ਸਾਡੇ ਧਾਰਮਿਕ ਲੀਡਰ ਦਾ, ਕਿਸੇ ਵੀ ਪੋਲੀਟੀਕਲ ਲੀਡਰ ਦਾ, ਕਿਸੇ ਵੀ ਚੰਗੇ ਸਿੱਖ ਦਾ, ਮਾੜੇ ਦਾ ਕੋਈ ਬਿਆਨ ਨਹੀਂ ਆਉਂਦਾ। ਬਿਲਕੁਲ, ਹੁਣ ਜਿਵੇਂ ਤੁਸੀਂ ਗੱਲ ਕੀਤੀ ਆ ਵੀ ਸਿਮਰਨ ਦਾ ਮਤਲਬ ਹੀ ਇਹ ਆ, ਜੋ ਗੁਣ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਜੇ ਅਸੀਂ ਕਹਿੰਦੇ ਹਾਂ ਬਾਣੀ ਆ ਤੁਹਾਡੀ ਜੀਵਨ ਸੇਧ ਆ, ਤਾਂ ਉੱਥੇ ਬਾਬਰ ਨੂੰ ਜਾਬਰ ਕਹਿਣ ਵਾਲਾ ਵੀ ਅਸੀਂ ਬਾਬਰ ਬਾਣੀ ਕਹਿ ਦਿੰਦੇ ਹਾਂ, ਜਾਂ ਜਿਵੇਂ ਬਾਬਾ ਜਰਨੈਲ ਸਿੰਘ ਨੂੰ ਆ ਕੇ ਕਹਿੰਦੇ ਪੱਤਰਕਾਰ ਜੀ ਠੰਡੀ ਪਾਣੀ ਪੜਿਆ ਕਰੋ, ਤੇ ਫਿਰ ਕਹਿੰਦੇ ਜੀ ਉਹਨਾਂ ਨੇ ਵੀ ਚਲੋ ਭਾਈ ਗੁਰੂ ਗ੍ਰੰਥ ਸਾਹਿਬ 'ਚ ਵੀ ਪੜਿਆ ਕਰੋ, ਹਨਾ ਉਹਨਾਂ ਨੂੰ ਇੱਦਾਂ ਵੀ ਗੁਰੂ ਨਾਨਕ ਦੇਵ ਜੀ ਨੇ ਜਾਂ ਗੁਰੂ ਗ੍ਰੰਥ ਸਾਹਿਬ ਉਹਨੂੰ ਆਪਾਂ ਕਹਿੰਦੇ ਚਲੋ ਭਾਈ ਭਗਤ ਕਬੀਰ ਦੇ, ਉਹਨਾਂ ਨੇ ਕਿਹਾ ਵੀ ਭਗਤ ਕਬੀਰ, ਜਦੋਂ ਭਗਤ ਕਬੀਰ ਨਾਂ ਲੱਗ ਗਿਆ ਵੀ ਇਹ ਤਾਂ ਠੀਕ ਹੀ ਹੋਣੀ ਆ। ਉਹ ਕਹਿੰਦੇ ਸੂਰਾ ਸੋ ਪਹਿਚਾਨੀ ਹੈ ਜੋ ਲੜੇ ਦੀਨ ਕਿਹੇ, ਤਾਂ ਪੁਰਜਾ ਪੁਰਜਾ ਕੱਟ ਮਰਿਆ ਕਬ ਨੂੰ ਸਾਡੇ ਖੇਤ ਨਹੀਂ, ਕਹਿੰਦੇ ਇਹ ਵੀ ਤੱਤੀ ਆ। ਗੱਲ ਉਹੀ ਆ ਨਾ,
ਅਸੀਂ ਉਹੀ ਸਿਸਟਮ ਅਸੀਂ ਅੱਗੇ ਤਾਂ ਉਹ ਸਾਡਾ ਇਹ ਕਹਿ ਲਓ ਵੀ ਸਾਡੇ ਵਿਰੋਧੀ ਸੀ ਉਹ ਅਪਣਾਉਂਦੇ ਸੀ ਜਿਹੜੀ ਤੁਸੀਂ ਸਿਮਰਾਂ ਲਈ ਅੱਜ ਅਸੀਂ ਉਹ ਆਪ ਅਪਣਾ ਲਿਆ ਇਹ ਸਾਨੂੰ ਮੰਨਣਾ ਪਊ ਜਿਵੇਂ ਅਸੀਂ ਕਥਾਵਾਚ ਕਹਿ ਲਓ ਜਾਂ ਹੋਰ ਉਹਨੂੰ ਕਹਿੰਦੇ ਜੀ ਆਹ ਵੇਸੇ ਤੇ ਗੱਲ ਨਾ ਕਰਿਓ ਸਟੇਜਾਂ ਤੇ ਚੜ੍ਹਨ ਲੱਗੇ ਜਾਂ ਆਹ ਹਾਂ ਵੇਸੇ ਉਹੀ ਵੀ ਸਾਡੇ ਅਨੁਸਾਰ ਹੀ ਕਰੋ ਹੁਣ ਇਦਾਂ ਹੀ ਮੈਂ ਆਪਾਂ ਕਈ ਵਾਰ ਕਹਿੰਦੇ ਵੀ ਚਲੋ ਸੰਤ ਮਹਾਤਮਾ ਕਹਿੰਦੇ ਜਾਂ ਹੋਰ ਮੈਂ ਕਿ ਵਿਚਾਰ ਸੁਣ ਰਿਹਾ ਸੀ ਸੁਣੇ ਵੀ ਹੋਣਗੇ ਬਹੁਤਿਆਂ ਨੇ ਕਹਿੰਦੇ ਇਦਾਂ ਹੀ ਨਾ ਕੋਈ ਸੀਗਾ ਉਦਾਹਰਨ ਕਿਉਂਕਿ ਕਈ ਵਾਰ ਉਦਾਹਰਨ ਬਹੁਤ ਢੁੱਕ ਜਾਂਦੀ ਹੈ ਸਾਡੇ ਤੇ ਵੀ ਉਹ ਬਹੁਤ ਰੱਬ ਦੀ ਰਜ਼ਾ ਦੇ ਵਿੱਚ ਰਹਿਣ ਵਾਲਾ ਬੰਦਾ ਕਹਿ ਲਓ ਵੀ ਜੋ ਪ੍ਰਮਾਤਮਾ ਨੇ ਜੋ ਕਰਤਾ ਵੀ ਬਸ ਠੀਕ ਆ ਵੀ ਮੈਂ ਬਸ ਉਹਦੀ ਰਜ਼ਾ 'ਚ ਹੀ ਰਹਿਣਾ ਜੀ ਵੀ ਇਹਨੂੰ ਮੈਂ ਪੈਰ ਬਾਹਰ ਨਹੀਂ ਧਰਨਾ ਉਹ ਕਿਤੇ ਜਾ ਰਿਹਾ ਸੀ ਆਪਣਾ ਜਿਵੇਂ ਸਿਮਰਨ ਕਰਦਾ ਤੇ ਉਹ ਜਾਨੂ ਮਗਰੋਂ ਕੋਈ ਮਸਤ ਹਾਥੀ ਆ ਗਿਆ ਉਹ ਜਿਹੜਾ ਉਹਦੇ ਤੇ ਮਹਾਵਤ ਬੈਠਾ ਸੀ ਉਹ ਰੌਲਾ ਪਾ ਰਿਹਾ ਸੀ ਵੀ ਭਾਈ ਪਰੇ ਹੋ ਜਾਓ ਇਹ ਹੰਕਾਰ ਗਿਆ ਜਾਂ ਮਸਤ ਵੀ ਇਹਨੇ ਦੈੜ ਦੇਣਾ ਤੁਹਾਨੂੰ ਲੋਕ ਪਰੇ ਹੋ ਗਏ ਉਹ ਆਪਦਾ ਸਿਮਰਨ ਕਰਦਾ ਤੁਰਿਆ ਜਾਵੇ ਵੀ ਜੋ ਪ੍ਰਮਾਤਮਾ ਨੂੰ ਮਨਜ਼ੂਰ ਹੋਊ ਵੀ ਉਹ ਆਪੇ ਹੀ ਦੇਖੀ ਜਾਊ ਹੁਣ ਮੈਂ ਤਾਂ ਲੋਕ ਇਦਾਂ ਹੀ ਡਰੀ ਜਾਂਦੇ ਨੇ ਮੈਂ ਤਾਂ ਪ੍ਰਮਾਤਮਾ ਦੇ ਆਸਰੇ ਤੇ ਹੀ ਚੱਲਣਾ ਜੀ ਜਦੋਂ ਉਹ ਕਿਤੇ ਉਹ ਮਾੜਾ ਮੋਟਾ ਦੈੜ ਆਇਆ ਉਹਦੇ ਸੱਟ ਲੱਗੀ ਉਹਨੇ ਰੋਸਾ ਕੀਤਾ ਵੀ ਇੱਕ ਉਦਾਹਰਨ ਬਣਾਈ ਹੋਈ ਹੈ ਜਿਵੇਂ ਆਪਾਂ ਕਹਿ ਸਕਦੇ ਹਾਂ ਵੀ ਉਹ ਕਹਿੰਦੇ ਵੀ ਪ੍ਰਮਾਤਮਾ ਵੀ ਮੈਂ ਤਾਂ ਤੇਰੀ ਰਜ਼ਾ ਦੇ ਵਿੱਚ ਚੱਲ ਰਿਹਾ ਸੀ ਤੇਰੇ ਹਿਸਾਬ ਨਾਲ ਹੀ ਮੈਂ ਤਾਂ ਪ੍ਰਕਿਰਤੀ ਦੇ ਜੋ ਹੈਗਾ ਮੈਂ ਤਾਂ ਹਰੇਕ ਚੀਜ਼ ਨੂੰ ਤੇਰਾ ਭਾਣਾ ਕਰਕੇ ਮੰਨ ਕੇ ਚੱਲ ਰਿਹਾ ਜਾਂ ਜੋ ਵੀ ਹੈਗਾ ਵੀ ਤੇਰੇ ਜੋ ਵੀ ਕਰੇਗਾ ਠੀਕ ਕਰੇਗਾ ਪਰ ਤੂੰ ਆ ਕੀ ਮੈਨੂੰ ਸਜ਼ਾ ਦਿੱਤੀ ਆ ਵੀ ਇਹ ਮੇਰੇ ਮੇਰੇ ਸੱਟ ਲੱਗ ਗਈ ਉਹ ਕਹਿੰਦਾ ਵੀ ਪਰਮਾਤਮਾ ਦੇ ਪੱਖੋਂ ਇੱਕ ਆਵਾਜ਼ ਆਉਂਦੀ ਆ ਵੀ ਜਿਹੜੇ ਕੰਨ ਆ ਤੈਨੂੰ ਸੁਣਨ ਨੂੰ ਦਿੱਤੇ ਸੀ ਜਿਹੜਾ ਮਹਾਵਤ ਆ ਉਹਨੂੰ ਮੂੰਹ ਬੋਲਣ ਲਈ ਦਿੱਤਾ ਸੀ ਪਰਮਾਤਮਾ ਨੇ ਇਹ ਇੱਕ ਕਿਸਮ ਦਾ ਉਹ ਪਰਮਾਤਮਾ ਹੀ ਬੋਲ ਰਿਹਾ ਸੀ ਉਹਦੇ ਮੂੰਹ 'ਚ ਬੈਠਾ ਵੀ ਭਾਈ ਪਰੇ ਹੋ ਜਾਓ ਆਪਦੀ ਸੇਫਟੀ ਲਈ ਬਚਾ ਲਈ ਤੇ ਉਹ ਤੂੰ ਉਹ ਜੋ ਸਿਸਟਮ ਆ ਕੁਦਰਤ ਦਾ ਜੋ ਪਰਮਾਤਮਾ ਦਾ ਸਿਸਟਮ ਆ ਉਹ ਤਾਂ ਵਰਤਣਾ ਸੀ ਸੁਣਨਾ ਸੀ ਜਿਹੜਾ ਉਹਨੇ ਬੋਲਿਆ ਸੀ ਤਾਂ ਪਰੇ ਹੋਣਾ ਸੀ ਜੀ ਵਿਵੇਕ ਬੁੱਧੀ ਜੇ ਕਿਸੇ ਨੂੰ ਕੋਈ ਸਿਆਣਪ ਵਾਲੀ ਗੱਲ ਕਹਿਤੀ ਤਾਂ ਪਰੇ ਹੋ ਜਾਓ ਤੇ ਇਸੇ ਤਰ੍ਹਾਂ ਅਸੀਂ ਵਾਹਿਗੁਰੂ ਜੀ ਅਕਾਲ ਪੁਰਖ ਦੀ ਸਿਮਰਨ ਦੇ ਨਾਲ ਨਾਲ ਜੋ ਸਾਡੇ ਜੀਵਨ ਦੇ ਵਿੱਚ ਆਲੇ ਦੁਆਲੇ ਹੈਗਾ ਜੋ ਉਹਨੂੰ ਵਿਵੇਕ ਬੁੱਧੀ ਦੇ ਨਾਲ ਰੱਖ ਕੇ ਨਹੀਂ ਚੱਲਾਂਗੇ ਤਾਂ ਉਹਦੇ ਕਹਿਣਗੇ ਸੱਪ ਆ ਜਿਵੇਂ ਆਪਾਂ ਕਹਿੰਦਾ ਨੋ ਰੋਜ਼ ਵਿਦਾਊਟ ਥੋਰਨ ਅੰਗਰੇਜ਼ੀ ਦੀ ਘਟਨਾ ਆਪਣੇ ਆਪਣੇ ਕੋ ਕਾਲ ਆਪਣੇ ਕਾਲ ਆਉਂਦੀ ਹੈ। ਹਾਂ ਉਹ ਗੱਲ ਸਹੀ ਆ। ਯਾ ਜਿਹੜਾ ਸਾਰਾ ਕੁਛ ਉਹ ਠੀਕ ਆ, ਪਰ ਆਪਾਂ ਜਿਹੜੀ ਕਾਲ ਆ ਆਸਟ੍ਰੇਲੀਆ ਤੋਂ, ਆਪਾਂ ਨੂੰ ਬੜੇ ਚਿਰਾਂ ਤੋਂ ਹੋਲਡ ਸੀ, ਮੈਂ ਸੋਚਦਾ ਸੀ ਤੁਹਾਡੀ ਗੱਲ ਖਤਮ ਹੋ ਜਾਵੇ ਤਾਂ ਉਹਨਾਂ ਨੂੰ ਕਾਲ ਲਈਏ। ਗੁਰਜੀਤ ਸਿੰਘ ਜੀ ਸਵਾਗਤ ਆ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਹਾਂਜੀ ਸਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਫਤਿਹ। ਕੀ ਵਾਹਿਗੁਰੂ ਵਿਚਾਰ ਦੇਣਾ ਜੀ ਚਾਹੁੰਦੇ ਹੋ ਜੀ? ਸਰ ਮੈਂ ਇੱਕ ਸਵਾਲ ਹੈਗਾ ਕਿ ਤੁਸੀਂ ਜਿਹੜੀ ਗੱਲ ਕਰ ਰਹੇ ਸੀਗੇ ਕਿ ਹੌਲੀ ਹੌਲੀ ਸਾਰੇ ਹੱਕ ਸੈਂਟਰ ਨੇ ਵਾਪਸ ਲਾਈਕ ਲੈ ਰਹੇ ਨੇ ਪੰਜਾਬ ਤੋਂ ਜਾਂ ਲੈ ਰਹੇ ਆ, ਹਾਂਜੀ, ਪਰ ਮੈਨੂੰ ਮੇਰਾ ਸਵਾਲ ਇਹ ਹੈ ਕਿ ਸਰ ਆਜ਼ਾਦੀ ਤੋਂ ਬਾਅਦ 47 ਤੋਂ ਬਾਅਦ ਸੰਵਿਧਾਨ 50 ਚ ਬਣਿਆ, 50 ਦੇ ਵਿੱਚ ਜਦੋਂ ਸੰਵਿਧਾਨ ਬਣਿਆ ਤਾਂ ਬੜੇ ਜਿਹੜਾ ਸੰਵਿਧਾਨ ਦੇ ਵਿੱਚ ਲਿਖਿਆ ਸੀਗਾ ਕਿ ਸਟੇਟਾਂ ਦੇ ਆਹ ਹੱਕ ਨੇ ਤੇ ਉਹ ਜਿਹੜੇ ਹੱਕ ਲਿਖੇ ਸੀਗੇ ਉਹ ਸਟੇਟਾਂ ਨੂੰ ਦਿੱਤੇ ਕਦੋਂ ਸੀਗੇ ਜਿਹੜੇ ਉਹ ਵਾਪਸ ਲੈ ਲੈਣਗੇ? ਨਹੀਂ ਚਲੋ ਥੋੜੇ ਬਹੁਤੇ ਸੀਗੇ, ਜਿੱਦਾਂ ਕਹਿ ਲਓ ਕਿ ਖੇਤੀ ਕਾਨੂੰਨ ਦੀ ਗੱਲ ਲਾ ਲਓ ਤੁਸੀਂ, ਜਾਂ ਸਕੂਲਾਂ 'ਚ ਕੀ ਪੜ੍ਹਾਉਣਾ ਤੁਸੀਂ ਕੀ ਨਹੀਂ ਪੜ੍ਹਾਉਣਾ, ਹੁਣ ਉਹ ਦੱਸਦੇ ਆ ਕਿ ਕਿਹੜੇ ਸਟੇਟ ਦੇ ਵਿੱਚ ਕਿਹੜੀ ਬੋਲੀ ਜਿਹੜੀ ਆ ਉਹ ਅਫੀਸ਼ੀਅਲ ਬੋਲੀ ਆ, ਕਿਹੜੀ ਨਹੀਂ ਬੋਲੀ ਹੈਗੀ। ਸੋ ਬਿਲਕੁਲ ਮਾੜੀਆਂ ਮਾੜੀਆਂ ਜਿਹੜੀਆਂ ਛੋਟੀਆਂ ਛੋਟੀਆਂ ਪਾਵਰਾਂ ਸੀ ਹੁਣ ਤਾਂ ਉਹ ਵੀ ਨਹੀਂ ਹੈਗੀਆਂ। ਸਾਡੀ ਬੇਸਿਕਲੀ ਇਹ ਕਹਿਣਾ ਚਾਹੁੰਦੇ ਅਸੀਂ, ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਕਦੀ ਵੀ ਨਹੀਂ ਦਿੱਤੀਆਂ ਗਈਆਂ ਸੀਗੀਆਂ, ਪਰ ਹੁਣ ਤਾਂ ਜਿਹੜੀਆਂ ਸੀਗੀਆਂ ਵੀ ਜਾਂ ਜਿਹੜੀਆਂ ਅਸੀਂ ਮਰਜ਼ੀ ਨਾਲ ਕਰਦੇ ਸੀਗੇ, ਫਰਜ਼ ਕਰ ਲਓ ਇਹ ਵੀ ਕਹਿ ਲਓ ਕਿ ਚਾਹੇ ਸਹੀ ਨਹੀਂ ਵੀ ਸੀ ਸੰਵਿਧਾਨ ਦੇ ਵਿੱਚ ਸਟੇਟਾਂ ਨੂੰ ਹੱਕ, ਪਰ ਅਸੀਂ ਕਰਦੇ ਸੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਹੁਣ ਤਾਂ ਉਹ ਵੀ ਖੋਲਿਆ ਜਾ ਰਿਹਾ। ਉਹਦੇ ਪ੍ਰਤੀ ਅਸੀਂ ਸੋਚ ਰਹੇ ਹਾਂ ਕਿ ਆਉਣ ਵਾਲਾ ਸਮਾਂ ਕੀ ਹੋਊਗਾ। ਹਾਂਜੀ, ਸੰਵਿਧਾਨ ਦੇ ਵਿੱਚ ਦੇਖੋ ਜਿਹੜਾ ਭਾਰਤ ਦਾ ਸੰਵਿਧਾਨ ਹੈਗਾ ਉਹਦੇ ਵਿੱਚ ਤਾਂ ਹੱਕ ਦਿੱਤੇ ਹੋਏ ਆ, ਪਰ ਐਕਚੁਅਲੀ ਦੇਖੋ ਮੈਂ ਤੁਹਾਨੂੰ ਥੋੜੀ ਜਿਹੀ ਆਪਣੀ ਰਾਏ ਦੱਸਦਾ। ਸੰਵਿਧਾਨ ਦੇ ਵਿੱਚ ਜਿਹੜੇ ਹੱਕ ਦਿੱਤੇ ਸਟੇਟਸ ਨੂੰ, ਉਹ ਜਿਹੜੇ ਹੱਕ ਦਿੱਤੇ ਹੋਏ ਨਾ, ਉਹ ਜਿਹੜੀ ਪੰਜਾਬ ਦੀ ਵਿਧਾਨ ਸਭਾ ਹੈਗੀ ਹੈ ਨਾ, ਉਹਦੇ ਵਿੱਚ ਕਾਨੂੰਨ ਜਦੋਂ ਬਣਨਗੇ ਨਾ, ਫਿਰ ਉਹ ਜਿਹੜੇ ਹੱਕ ਹੈਗੇ ਆ ਸੰਵਿਧਾਨ ਦੇ ਵਿੱਚ ਜਿਹੜੇ ਦਿੱਤੇ ਹੋਏ ਆ, ਉਹ ਸਟੇਟ ਨੂੰ ਟ੍ਰਾਂਸਫਰ ਹੋਣਗੇ, ਹੈ ਨਾ। ਹੁਣ ਜਿਹੜੀ ਪੰਜਾਬ ਦੀ ਵਿਧਾਨ ਸਭਾ 47 ਤੋਂ ਬਾਅਦ ਲੈ ਕੇ ਹੁਣ ਤੱਕ ਮੈਨੂੰ ਕੋਈ ਇਹੋ ਜਿਹੀ ਟਰਮ ਨਹੀਂ ਦਿਖੀ ਜਿਹਦੇ ਵਿੱਚ ਉਹਨਾਂ ਨੇ ਕੋਈ ਇਹੋ ਜਿਹਾ ਕਾਨੂੰਨ ਬਣਾਇਆ ਹੋਵੇ ਜਿਹੜਾ ਪੰਜਾਬੀਆਂ ਵਾਸਤੇ ਹੋਵੇ, ਰਾਈਟ? ਉਹਨਾਂ ਨੇ ਚਲੋ ਜਿਹੜੇ ਆਹ ਕਾਨੂੰਨ ਬਣੇ ਆ ਸਿਰਫ ਮੰਡੀਕਰਨ ਵਾਲਾ
ਇਹੀ ਕਾਨੂੰਨ ਆ ਜਿਹੜਾ ਥੋੜਾ ਜਿਹਾ ਕਿਸਾਨਾਂ ਨੂੰ ਫਰੀਡਮ ਦਿੰਦਾ ਹੈਗਾ ਤੇ ਹੁਣ ਉਹ ਵਾਪਸ ਲੈਣ ਲੱਗੇ ਉਹ ਵੀ ਰਾਈਟ। ਪਰ ਜਿਹੜਾ ਮੈਂ ਤੁਹਾਨੂੰ ਗੱਲ ਦੱਸ ਰਿਹਾ ਸੀਗਾ ਕਿ ਜਿਹੜਾ ਡੈਮੋਕ੍ਰੈਟਿਕ ਮਾਡਲ ਹੁੰਦਾ ਨਾ ਕਿਸੇ ਵੀ ਕੰਟਰੀ ਦਾ ਉਹ ਥੋੜਾ ਬਹੁਤਾ ਡਿਫਰੈਂਟ ਹੁੰਦਾ ਪਰ ਜ਼ਿਆਦਾਤਰ ਸੇਮ ਹੀ ਹੁੰਦੇ ਸਾਰੇ ਹਨਾ। ਪਰ ਇੰਡੀਆ ਦਾ ਜਿਹੜਾ ਡੈਮੋਕ੍ਰੈਟਿਕ ਮਾਡਲ ਆ ਉਹ ਵਿਧਾਨ ਸਭ ਜਿਹੜੀ ਜਿਹੜਾ ਸੰਵਿਧਾਨ ਹੈਗਾ ਉਹਦੇ ਚ ਲਿਖਿਆ ਵੀ ਆਹ ਸਟੇਟਸ ਕਰ ਸਕਦੀਆਂ ਆਹ ਸੈਂਟਰ ਕਰ ਸਕਦੀ ਆਹ ਦੋਨੋਂ ਪਾਰਟੀਆਂ ਕਰ ਸਕਦੀਆਂ। ਪਰ ਜਿਹੜੀ ਓਵਰ ਰਾਈਡਿੰਗ ਪਾਵਰ ਹੈ ਨਾ ਉਹ ਨਹੀਂ ਹੈਗੀ ਦੋਨਾਂ ਦੇ ਕੋਲ, ਪਰ ਸੈਂਟਰ ਹਮੇਸ਼ਾ ਆਪਣੀ ਗੁੰਡਾਗਰਦੀ ਕਰਦੀ ਹੈ ਰਾਈਟ। ਉਹ ਗੁੰਡਾਗਰਦੀ ਕਰਦੀ ਆ ਆਪਣੇ ਜਿਹੜੇ ਹੁੰਦੇ ਆ ਗਵਰਨਰ, ਜਿਹੜੇ ਪੰਜਾਬ ਦਾ ਗਵਰਨਰ ਲਾਤਾ ਉਹਨੇ ਕਾਨੂੰਨ ਨਹੀਂ ਪਾਸ ਕਰਨਾ ਕੋਈ। ਸੋ ਮੈਨੂੰ ਇਹ ਚੀਜ਼ ਸਮਝ ਨਹੀਂ ਆਉਂਦੀ ਵੀ ਜਿਹੜੀ ਲੜਾਈ ਵਿਧਾਨ ਸਭਾ ਦੇ ਜਿਹੜੇ ਲੀਡਰ ਹੈ ਜਿਹੜੇ ਐਮ ਐਲ ਏ ਹੈਗੇ ਆ, ਚਲੋ ਠੀਕ ਹੈ ਮੈਂ ਮੰਨਦਾ ਖਹਿਰਾ ਸਾਹਿਬ ਬੋਲਦੇ ਆ ਜਾਂ ਯੂ ਨੋ ਕੋਈ ਹੋਰ ਬੋਲਦਾ, ਪਰ ਜਿਹੜੀਆਂ ਗੱਲਾਂ ਜਿਹੜੀ ਜਿਹੜਾ ਡਿਬੇਟ ਜਿਹੜੀ ਟੋਪਿਕ ਤੇ ਹੋਣਾ ਚਾਹੀਦਾ ਨਾ ਉਸ ਟੋਪਿਕ ਤੇ ਡਿਬੇਟ ਨਹੀਂ ਹੋ ਪਾ ਰਿਹਾ ਉੱਥੇ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ, ਕਿਉਂਕਿ ਜਿਹੜੀ ਵਿਧਾਨ ਸਭਾ ਦੇ ਵਿੱਚ ਕਾਨੂੰਨ ਪਾਸ ਹੋਣਾ ਚਾਹੀਦੇ ਆ ਹਨਾ। ਫੋਰ ਐਗਜ਼ਾਮਪਲ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ, ਆਪਾਂ ਪੰਜਾਬ ਦੇ ਵਿੱਚ ਕਿੰਨਾ ਟੋਰਚਰ ਲੋਕਾਂ ਨੂੰ ਸਹਿਣਾ ਪਿਆ, ਕਿੰਨੀਆਂ ਪੁਲਿਸ ਨੇ ਕਿੰਨੀਆਂ ਯੂ ਨੋ ਫਾਲਸ ਐਨਕਾਊਂਟਰਸ ਕੀਤੇ, ਕਿੰਨੀ ਕਿਲਿੰਗਸ ਕੀਤੀਆਂ ਪੁਲਿਸ ਨੇ ਜੀ। ਪੰਜਾਬ ਦੇ ਵਿੱਚ ਇੱਕ ਵੀ ਕਾਨੂੰਨ ਨਹੀਂ ਬਣਿਆ ਅੱਜ ਤੱਕ ਵੀ ਕਿ ਪੁਲਿਸ ਟੋਰਚਰ ਨਹੀਂ ਕਰ ਸਕਦੀ। ਉਹਦੇ ਚ ਲਿਖਿਆ ਕਿ ਤੁਸੀਂ ਤੁਹਾਨੂੰ ਆਜ਼ਾਦੀ ਨਾਲ ਰਹਿਣ ਦਾ ਹੱਕ ਹੈਗਾ ਰਾਈਟ। ਹੁਣ ਆਜ਼ਾਦੀ ਨਾਲ ਰਹਿਣ ਦਾ ਹੱਕ ਤਾਂ ਹੈਗਾ ਪਰ ਉਹਦੇ ਨਾਲ ਫਿਰ ਕਾਨੂੰਨ ਵੀ ਕ੍ਰੀਏਟ ਹੁੰਦਾ ਕਿਉਂਕਿ ਤੁਹਾਡੀ ਆਜ਼ਾਦੀ ਖੋ ਕੌਣ ਸਕਦਾ, ਪੁਲਿਸ ਖੋ ਸਕਦੀ ਹੈ ਨਾ, ਉਹ ਖੋ ਰਹੀ ਆ, ਪੁਲਿਸ ਦੇ ਉੱਤੇ ਕੋਈ ਕਾਨੂੰਨ ਨਹੀਂ ਹੈਗਾ। ਸੋ ਸੰਵਿਧਾਨ ਇਕੱਲਾ ਕੁਛ ਨਹੀਂ ਕਰ ਸਕਦਾ ਸਰ, ਇਹੀ ਚੀਜ਼ ਲੋਕਾਂ ਨੂੰ ਸਮਝ ਨਹੀਂ ਆ ਰਹੀ ਉੱਥੇ ਨਾ। ਨਹੀਂ ਮੈਂ ਕਹਿੰਦਾ ਸਮਝ ਆ ਰਹੀ ਹੈਗੀ ਆ, ਤੁਹਾਡਾ ਕੀ ਖਿਆਲ ਆ ਕਿ ਜਦੋਂ ਖਹਿਰਾ ਇਹ ਗੱਲ ਕਹਿੰਦਾ ਹੈਗਾ ਕਿ ਕਿਉਂਕਿ ਜੇ ਤੁਹਾਡੀ ਗੱਲ ਜਿਹੜੀ ਤੁਸੀਂ ਗੱਲ ਮੂੰਹ ਤੋਂ ਬੋਲਦੇ ਆ ਜੇ ਉਹ ਐਕਸੈਪਟ ਹੋਵੇ ਲੋਕਾਂ ਦੇ ਵਿੱਚ ਤੇ ਕੰਟਰੀ ਦੇ ਵਿੱਚ, ਫਿਰ ਹੀ ਗਾਂਹ ਅਗਲਾ ਜਦੋਂ ਉਹ ਅਹੁਦੇ ਤੇ ਪਹੁੰਚੂਗਾ ਤੇ ਉਹਦੇ 'ਚ ਉਹ ਕਾਨੂੰਨ ਦੀ ਗੱਲ ਕਰੂਗਾ ਜਾਂ ਉਹਦੇ 'ਤੇ ਡਿਬੇਟ ਕਰੂਗਾ। ਜਦੋਂ ਖਹਿਰਾ ਇਹ ਕਹਿੰਦਾ ਹੈਗਾ ਕਿ ਜੇ ਖਾਲਿਸਤਾਨ ਮੰਗਿਆ ਜਾ ਰਿਹਾ ਤੇ ਉੱਤੇ ਡਿਬੇਟ ਹੋਣੀ ਚਾਹੀਦੀ, ਉੱਤੇ ਗੱਲ ਹੋਣੀ ਚਾਹੀਦੀ ਆ, ਤੇ ਉਹਦਾ ਰਿਐਕਸ਼ਨ ਕੀ ਹੋ ਰਿਹਾ, ਕੀ ਹੁੰਦਾ, ਸਟੇਟ ਕੀ ਕਰਦੀ ਹੈ ਅਤੇ ਲੋਕ ਕੀ ਕਰਦੇ ਹੈਗੇ ਆ ਅਤੇ ਹੋਰ ਪੋਲੀਟੀਕਲ ਪਾਰਟੀਆਂ ਕੀ ਕਰਦੀਆਂ ਹੈਗੀਆਂ, ਅਤੇ ਉਹ ਕਿੱਦਾਂ ਬੰਦਾ ਹਿੰਮਤ ਕਰੂਗਾ ਕਿ ਜਾ ਕੇ ਉਹ ਕਾਨੂੰਨ ਦੀ ਗੱਲ ਕਰੂਗਾ ਜਾਂ ਉੱਤੇ ਡਿਬੇਟ ਕਰੂਗਾ ਜਾਂ ਉੱਤੇ ਕਾਨੂੰਨ ਬਣਾਊਗਾ। ਸਰ ਮੈਂ ਉਹੀ ਗੱਲ ਕਹਿ ਰਿਹਾ ਨਾ ਕਿ ਜਿਹੜੀ ਜਿਹੜੀ ਡਿਬੇਟਸ ਹੋ ਰਹੀਆਂ ਨਾ ਉਹ ਜਾਣ ਕੇ ਰੋਂਗ ਟੋਪਿਕਸ 'ਤੇ ਹੋ ਰਹੀਆਂ ਰਾਈਟ। ਹੁਣ ਤੁਸੀਂ ਮੈਨੂੰ ਡਿਬੇਟ ਇਹਦੇ 'ਤੇ ਹੋਣੀ ਚਾਹੀਦੀ, ਹੋਣੀ ਨਹੀਂ ਚਾਹੀਦੀ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਕਾਨੂੰਨ ਕਿਉਂ ਨਹੀਂ ਬਣਦਾ ਕਿ ਪੁਲਿਸ ਕਿਸੇ ਨੂੰ ਟੋਰਚਰ ਨਹੀਂ ਕਰ ਸਕਦੀ ਰਾਈਟ। ਜੇ ਟੋਰਚਰ ਕਰੇਗਾ ਤਾਂ ਉਹਦੀ ਸਜ਼ਾ ਆ ਹੋਏਗੀ। ਪੁਲਿਸ ਕਿਸੇ ਨੂੰ ਬਿਨਾਂ ਕੋਰਟ ਦੇ ਆਰਡਰ ਤੋਂ 8 ਘੰਟੇ ਤੋਂ ਬਾਅਦ ਥਾਣੇ ਨਹੀਂ ਰੱਖ ਸਕਦੀ, ਜੇ ਰੱਖੇਗੀ ਤਾਂ ਉਹਦੀ ਸਜ਼ਾ ਆ ਹੋਏਗੀ। ਇਹ ਛੋਟੇ ਛੋਟੀਆਂ ਗੱਲਾਂ ਤਾਂ ਛੋਟੀਆਂ ਪਰ ਇਹਦੇ ਨਾਲ ਜਿਹੜੀ ਚੇਂਜ ਆਉਂਦੀ ਹੈ ਨਾ ਉਹ ਬਹੁਤ ਵੱਡੀ ਆਉਂਦੀ ਆ। ਪਰ ਇਹਨਾਂ ਗੱਲਾਂ 'ਤੇ ਕਿਉਂਕਿ ਆਪਾਂ ਕੀ ਜੇ ਆਪਾਂ ਖਾਲਿਸਤਾਨ ਦੀ ਗੱਲ ਉਦੋਂ ਕਰਾਂਗੇ ਜਦੋਂ ਆਪਾਂ ਇਹ ਚੀਜ਼ਾਂ ਸੈਟਲ ਹੋਣਗੀਆਂ, ਲੋਕਾਂ ਨੂੰ ਸੁਰੱਖਿਆ ਮਹਿਸੂਸ ਹੋਊਗੀ ਨਾ। ਜੋ ਕੁਛ ਵੀ ਕਰਨਾ ਹੁੰਦਾ ਆ ਉਹ 8 ਘੰਟਿਆਂ ਦੇ ਵਿੱਚ ਕਰਕੇ ਫਿਰ ਹੀ ਪੇਸ਼ ਕਰਦੇ ਬੰਦੇ ਨੂੰ, ਤਾਂ ਕਰਦੇ ਹੀ ਨਹੀਂ ਹੈ। ਉਹਨੂੰ ਚੱਕਿਆ ਤਾਂ ਕੱਲ ਦਾ ਹੁੰਦਾ ਆ ਤੇ ਸ਼ੋ ਕਰਨਾ ਅੱਜ ਕੀਤਾ, ਅੱਜ ਚੱਕਿਆ ਹੈਗਾ, ਉਦੋਂ ਬਾਅਦ 8 ਘੰਟਿਆਂ ਜੋ ਜਿਹੜੀ ਉਹਨਾਂ ਦੀ ਪ੍ਰੋਸੈਸ ਹੈ ਉਹਨੂੰ ਫੋਲੋ ਕਰਦੇ, ਕਿਉਂ ਨਹੀਂ ਕਰਦੇ ਉਹ ਕਰਦੇ। ਹਾਂਜੀ ਪਰ ਪ੍ਰੋਬਲਮ ਇਹੀ ਹੈ ਨਾ, ਦੇਖੋ ਜਿਹੜੀ ਲਾਅ ਐਂਡ ਆਰਡਰ ਹੈ ਨਾ ਉਹ ਸਟੇਟ ਦੇ ਅੰਡਰ ਤਾਂ ਹੈਗਾ ਰਾਈਟ, ਪਰ ਸਟੇਟ ਵੱਲੋਂ ਕੋਈ ਕਾਨੂੰਨ ਤਾਂ ਕ੍ਰੀਏਟ ਹੀ ਨਹੀਂ ਹੋਇਆ ਕਦੀ ਵੀ ਸਿਟੀਜ਼ਨਸ ਦੇ ਰਾਈਟ ਨੂੰ ਪ੍ਰੋਟੈਕਟ ਕਰਨ ਲਈ। ਸਿਰਫ ਤੇ ਸਿਰਫ ਪੁਲਿਸ ਨੂੰ ਖੁੱਲ੍ਹੀ ਛੁੱਟੀ ਦਿੱਤੀ ਹੋਈ ਆ ਵੀ ਤੁਸੀਂ ਚੱਕੋ, ਉਧਰੋਂ ਜੁਡੀਸ਼ਰੀ ਜਿਹੜੀ ਹੈਗੀ ਆ ਉਹ ਵੀ ਕਰਪਟ ਹੈਗੀ ਆ, ਉਹ ਵੀ ਸਟੇਟ ਵੱਲ ਬਾਇਸਡ ਹੈਗੀ ਆ। ਹੁਣ ਉਹਦੇ ਲਈ ਵੀ ਤਾਂ ਫੋਰਨ ਆਪਣੇ ਆਸਟ੍ਰੇਲੀਆ ਦੇ ਵਿੱਚ ਵੀ ਜੁਡੀਸ਼ੀਅਲ ਮਿਸਕੋਂਡਕਟ ਹੈਗਾ। ਚਲੋ ਖੈਰ ਵੀ ਪਰਫੈਕਟ ਕੋਈ ਸਿਸਟਮ ਨਹੀਂ ਹੁੰਦਾ, ਪਰ ਜਿੰਨੀ ਨੇਰਗਰਦੀ ਇੰਡੀਆ 'ਚ ਚੱਲਦੀ ਆ ਓਨੀ ਨਹੀਂ ਚੱਲਦੀ ਘੱਟੋ ਘੱਟ ਇੱਥੇ ਨਾ। ਵੀ ਜਿੱਦਾਂ ਦੱਸਿਆ ਕਿ ਠੀਕ ਹੈ ਆਪਾਂ ਜੇ ਗੱਲ ਲਾਗੇ ਕਰਨੀ ਹੋਵੇ ਛੋਟੀ ਕਰਨੀ ਹੋਵੇ ਤੇ ਜਿਹੜੀ ਪੰਜਾਬ ਦੀ, ਕਿਉਂਕਿ ਸਾਡਾ ਵਿਸ਼ਾ ਇਹ ਹੈਗਾ ਕਿ ਜਿਹੜੀ ਦਸ਼ਾ ਅਤੇ ਦਿਸ਼ਾ, ਅਤੇ ਦਸ਼ਾ ਤਾਂ ਤੁਸੀਂ ਦੱਸਤੀ ਆਪਾਂ ਸਾਰਿਆਂ ਨੂੰ ਲਗਭਗ ਪਤਾ ਹੈਗੀ ਆ, ਤੁਸੀਂ ਇਸ ਗੱਲ 'ਤੇ ਕਮੈਂਟ ਕਰੋ ਕਿ ਦਿਸ਼ਾ ਕੀ ਹੋਊਗੀ ਆਉਣ ਵਾਲੇ ਸਮੇਂ 'ਚ ਜੇ ਆਹ ਸਾਰਾ ਕੁਛ ਚੱਲਦਾ ਰਿਹਾ। ਦਿਸ਼ਾ
दिशा की होनी चाहिए है। मैं तो तुहानू यह दसदा कि मेरी राय की है, मेरी राय है कि जे भारत दे नाल भारत तो अड होना हर पंजाबी दे हक च हैगा ते भारत दे नाल रहना हर पंजाबी दे यानी कि उहदे हक हक च नहीं हैगा, क्योंकि भारत दे नाल रहण दा मतलब तुसीं जिहड़ी एक इनकॉम्पिटेंट गवर्नमेंट है ना उहदे जिहड़े इफेक्ट्स आ तुहानू सफर करने पैणगे है ना, जिहड़े कर रहे 70 साल। सो मेरा यह बॉटम लाइन है, हुण तुसीं इहनू आजादी कह लो या तुसीं इहनू अलग होना कह लो या इहनू खालिस्तान कह लो, पर मैनू एक भी रीजन समझ नहीं आता कि क्यों असीं इहो जिही गवर्नमेंट दे नाल लोकी रहना चाहुणगे जिहड़ी उहनां दा भला नहीं सोचदी। यह है मेरा बस। गुड गुड, बहुत तुहाडा धन्नवाद गुरजीत सिंह जी, तुसीं ਸਾਡੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਇੱਕ ਗੱਲ ਹੋਰ ਕਹਿਣੀ ਚਾਹੂੰਗਾ। ਹਾਂਜੀ ਜ਼ਰੂਰ ਕਹੋ ਜੀ। ਇੱਕ ਗੱਲ ਹੋਰ ਕਹਿਣੀ ਚਾਹੂੰਗਾ, ਜਿਹੜੀ ਹਿੰਦੂਜ਼ ਬਾਰੇ ਤੁਸੀਂ ਗੱਲ ਕਰਦੇ ਪਏ ਸੀਗੇ ਕਿ ਵੀ ਹਿੰਦੂਜ਼ ਕਿਉਂ ਨਹੀਂ ਬੋਲਦੇ, ਸਰ ਇੱਕ ਨਾ ਮੇਰੀ ਪਰਸਨਲ ਇੱਕ ਕਹਿ ਲਓ ਵੀ ਉਹਨਾਂ ਦੇ ਨਾਲ ਨਾ ਇੰਟਰੈਕਸ਼ਨ ਦਾ ਜਿਹੜਾ ਰੀਜ਼ਨ ਮੈਨੂੰ ਲੱਗਦਾ ਉਹ ਇਹ ਹੈਗਾ ਕਿ ਈਵਨ RSS ਵੀ ਕਹਿੰਦੇ ਆ ਵੀ ਹਿੰਦੂਜ਼ ਜਿਹੜੇ ਆ ਉਹ ਜ਼ਿਆਦਾ ਵੀਰ ਨਹੀਂ ਹੈਗੇ, ਡਰਪੋਕ ਹੈਗੇ ਆ, ਉਹ ਤਾਂ ਡਰਾਵ ਰੋਂਦੇ ਆ। ਤੇ ਇੱਕ ਗੱਲ ਇਹ ਵੀ ਹੈਗੀ ਕਿ ਉਹਨਾਂ ਦਾ ਜਿਹੜਾ ਇੱਕ ਦੇਖੋ ਹਰ ਰੇਸ ਦੇ ਨਾ ਇੱਕ ਹਿਊਮਨ ਰੇਸ ਆ, ਆਪਣੀਆਂ ਅਲੱਗ ਅਲੱਗ ਰੇਸ ਹੁੰਦੀਆਂ ਜਿੱਦਾਂ ਬਲੈਕਸ ਹੈਗੇ ਆ, ਵਾਈਟਸ ਹੈਗੇ, ਯੂ ਨੋ ਲਾਈਕ ਅਲੱਗ ਅਲੱਗ ਹੈਗੇ। ਚਲੋ ਹੁਣ ਹਰ ਇੱਕ ਦੀ ਆਪਣੀ ਆਪਣੀ ਕੁਆਲਿਟੀਜ਼ ਹੁੰਦੀਆਂ ਨਾ, ਉਹਨਾਂ ਦੇ ਵਿੱਚ ਕੁਆਲਿਟੀ ਨਹੀਂ ਹੈਗੀ ਕਿ ਉਹ ਪ੍ਰੋਟੈਸਟ ਲਾਈਕ ਆਪਣੀ ਉਹਨਾਂ ਨੂੰ ਸਿਰਫ ਆਪਣੀ ਰੋਜ਼ੀ ਰੋਟੀ ਦੇ ਨਾਲ ਦੁਕਾਨਦਾਰੀ ਦੇ ਨਾਲ ਇੱਥੇ ਤੱਕ ਹੀ ਉਹਨਾਂ ਦਾ ਲਿਮਿਟਿਡ ਹੁੰਦਾ ਹਮੇਸ਼ਾ ਹੈ ਨਾ। ਇੱਕ ਰੀਜ਼ਨ ਇਹ ਵੀ ਬਹੁਤ ਵੱਡਾ ਕਿ ਉਹ ਕਦੀ ਵੀ ਕਿਸੇ ਵੀ ਇੰਡੀਆ ਦੇ ਵਿੱਚ ਕੁਛ ਵੀ ਹੋ ਜਾਵੇ ਨਾ, ਜੇ ਈਵਨ ਖਾਲਿਸਤਾਨ ਵੀ ਬਣ ਜੂਗਾ ਉਹਦੇ ਵਿੱਚ ਵੀ ਉੱਦਾਂ ਹੀ ਰਹਿਣਗੇ ਜਿੱਦਾਂ ਅੱਜ ਰਹਿ ਰਹੇ ਆ, ਉਹ ਰੌਲਾ ਨਹੀਂ ਪਾਉਣਗੇ। ਠੀਕ ਹੈ ਠੀਕ ਹੈ, ਸਮਝ ਗਿਆ, ਗੱਲ ਸਪਸ਼ਟ ਹੋ ਗਈ ਜੀ ਤੁਹਾਡੀ, ਅਤੇ ਬਹੁਤ ਧੰਨਵਾਦ ਤੁਸੀਂ ਕਾਲ ਕੀਤੀ, ਸਾਨੂੰ ਜ਼ਰੂਰ ਕਾਲ ਕਰਦੇ ਰਿਹਾ ਕਰੋ। ਨਰਿੰਦਰ ਸਿੰਘ ਜੀ, ਕੀ ਇਹਨਾਂ ਦੀ ਗੱਲਬਾਤ 'ਤੇ ਤੁਸੀਂ ਕਮੈਂਟ ਦੇਣਾ ਚਾਹੁੰਦੇ ਹੋ? ਹਾਂਜੀ, ਆਪਾਂ ਸ਼ੁਰੂ 'ਚ ਗੱਲ ਕੀਤੀ ਜਿਹੜੀ ਉੱਥੇ ਰਾਜਨੀਤੀ ਹੈ, ਸਿਰਫ ਵੋਟਾਂ ਦੀ ਰਾਜਨੀਤੀ ਆ, ਵੋਟਾਂ ਦੇ ਵਿੱਚ ਖੜ ਕੇ ਆਪਣੀਆਂ ਤਨਖਾਹਾਂ ਪੱਕੀਆਂ ਕਰਕੇ ਜਾਂ ਸਟੇਟ ਦੇ ਵਿੱਚੋਂ ਧਨ ਲੁੱਟ ਕੇ ਕਹਿ ਲਓ ਆਪਣੇ ਪਰਿਵਾਰਾਂ ਲਈ ਇਕੱਠਾ ਕਰਨਾ, ਇਸ ਤੋਂ ਉੱਤੇ ਉੱਥੇ ਕੋਈ ਰਾਜਨੀਤੀ ਨਹੀਂ ਹੈਗੀ। ਜਾਂ ਜਿਹੜਾ ਲੁੱਟਿਆ ਹੋਇਆ ਧਨ ਆ ਇਹ ਉੱਥੇ ਦਾ ਜਿਹੜੀ ਲੁੱਟੀ ਹੋਈ ਸੰਪੱਤੀ ਆ ਉਹਦੇ ਵਿੱਚ ਫਸ ਨਾ ਜਾਈਏ, ਉਹਦੇ ਥੱਲੇ ਰਹਿ ਕੇ ਸਟੇਟ ਉੱਤੇ ਸੈਂਟਰ ਤੋਂ ਬਚਣ ਲਈ ਉਹਨਾਂ ਦੇ ਥੱਲੇ ਲੱਗ ਕੇ ਚੱਲਣਾ, ਇੱਦੋਂ ਉੱਤੇ ਉੱਥੇ ਕੋਈ ਰਾਜਨੀਤੀ ਨਹੀਂ ਜਾਂ ਸਟੇਟ ਲਈ ਸਟੇਟ ਦੇ ਲੋਕਾਂ ਲਈ। ਹੁਣ ਮੈਂ ਦੂਰ ਨਾ ਜਾਓ, ਜਿਹੜੀ ਹੁਣ ਹਰੇਕ ਸਾਲ ਜੋ ਹੁੰਦਾ ਆ PK ਕਿਸਮ ਦਾ ਨਾਂ ਬੰਦਾ ਇੱਕ PK ਉਹਦਾ ਮੈਂ ਪੂਰਾ ਨਾਂ ਭੁੱਲ ਗਿਆ, ਜਿਹੜਾ ਹੁਣ ਕੈਪਟਨ ਨੇ ਦੁਬਾਰਾ ਰੱਖਿਆ ਉਹ 1 ਰੁਪਈਆ ਤਨਖਾਹ 'ਤੇ ਰੱਖਿਆ ਸੀ, ਜਦਕਿ ਉਹ ਕਰੋੜਾਂ ਰੁਪਈਆ ਲੈਂਦਾ ਹਰੇਕ ਬੰਦੇ ਤੋਂ। ਪਰ ਕਦੇ BJP ਨੂੰ ਜਿਤਾ ਦਿੰਦਾ ਕਿਸੇ ਸਟੇਟ 'ਚ, ਪਹਿਲਾਂ ਆਪਣੇ ਸਿਆਣੇ ਲੋਕ ਆ ਜਾਂ ਜਿਹੜੇ ਕੈਪਟਨ ਨਾਲ ਜਿੰਦਾਬਾਦ ਕਰਨ ਵਾਲੇ ਜਾਂ ਬਾਦਲ ਨਾਲ ਜਿੰਦਾਬਾਦ ਕਰਨ ਵਾਲੇ, ਕਿਉਂਕਿ ਬਾਦਲ ਦੀ ਵੀ ਤਾਂਘ ਰਹਿੰਦੀ ਆ, ਉਹਨੂੰ ਆਪਦੇ 'ਚ ਲਿਆਉਣ ਦੀ ਵੀ ਅਸੀਂ ਉਹ ਤੋਂ ਅਸੀਂ ਵੀ ਫਾਇਦਾ ਉਠਾ ਸਕੀਏ ਮੌਕੇ ਦਾ। ਤੁਸੀਂ ਇਹ ਦੇਖੋ, ਤੁਸੀਂ ਪਹਿਲਾਂ ਉਹਨੇ ਫੋਨਾਂ ਦਾ ਝਾਂਸਾ ਦੇ ਕੇ ਸਾਡੇ ਨੌਜਵਾਨਾਂ ਦੀਆਂ ਵੋਟਾਂ ਪਵਾ ਲਈਆਂ, ਹੁਣ ਦੇਖੋ ਆਹ ਬੀਬੀਆਂ ਦਾ ਝਾਂਸਾ, ਉਹਨਾਂ ਨੂੰ ਮੁਫ਼ਤ ਬੱਸ ਸੇਵਾ ਕਰਕੇ ਘਾਟਾ ਕਿਹਨੂੰ ਪੈਣਾ? ਸਟੇਟ ਨੂੰ। ਨੌਕਰੀਆਂ ਕਿਹਦੀਆਂ ਜਾਣੀਆਂ? ਸਰਕਾਰੀ। ਅਤੇ ਬਣਿਆ ਕੀ ਤੁਹਾਡੀ ਸਟੇਟ ਨਾਲ? 19 ਕੁ ਸਫ਼ਰ ਨਾਲ ਜਾਂ ਮੁਫ਼ਤ ਸਫ਼ਰ ਨਾਲ? ਉਹ ਹੌਲੀ ਹੌਲੀ ਜਿਹੜਾ ਉਹ ਤੁਹਾਡੇ ਦਿਮਾਗਾਂ ਨੂੰ ਪੜ੍ਹਦੇ ਨੇ, ਜਿਵੇਂ ਆਪਾਂ ਕਹਿ ਲਓ ਜੋਤਸ਼ੀ ਨਹੀਂ ਹੁੰਦੇ, ਉਹ ਇੱਕ ਕਿਸਮ ਦਾ ਜਿਹੜੀ ਰਾਜਨੀਤੀ ਆ ਉਹਦਾ ਜੋਤਸ਼ੀ ਆ ਉਹ। ਉਹ ਲੋਕਾਂ ਦੀਆਂ ਦੇਖਦੇ ਆ ਕਿ ਲੋਕ ਕਿਹੜੇ ਵਰਗ ਨੂੰ ਖੁਸ਼ ਕਰਨਾ, ਕਿਹੜੇ ਨੂੰ ਨਾਰਾਜ਼ ਕੀਤਿਆਂ ਸਾਨੂੰ ਕੋਈ ਪ੍ਰੋਬਲਮ ਨਹੀਂ ਆਉਣੀ ਹੈਗੀ। ਪਰ ਮੈਂ ਕਹਿੰਦਾ ਲੋਕ ਯਾਰ ਬਾਹਲੇ ਮੂਰਖ ਆ ਉੱਥੇ, ਜਿੱਦਾਂ ਹੁਣ ਆਪਾਂ ਜਦੋਂ ਆਪਾਂ ਪੜ੍ਹਦੇ ਹੁੰਦੇ ਸੀਗੇ ਜਿੱਥੇ ਆਪਾਂ 10 ਬੰਦੇ ਖੜ੍ਹੇ ਮੁੰਡੇ ਖੜ੍ਹੇ ਹੋਈਏ ਕਾਲਜ ਜਾਣ ਨੂੰ, ਉੱਥੇ ਬੱਸ ਨਹੀਂ ਸੀ ਰੁਕਦੀ, ਜੇ ਰੋਕਣੀ ਉਹਨੇ ਗਾਂਹ ਜਾ ਕੇ ਅੱਡੇ ਤੋਂ ਰੋਕਣੀ, ਰਾਈਟ? ਓਨਲੀ ਬਿਕੋਜ਼ ਉਹਨੂੰ ਪਤਾ ਕਿ ਯਾਰ ਅਸੀਂ ਤਾਂ ਸਵਾਰੀਆਂ, ਅਸੀਂ ਬਿਜ਼ਨਸ ਕਰ ਰਹੇ ਹੈਗੇ, ਇਹ ਪਾਸਾਂ ਵਾਲੇ ਮੁੰਡੇ, ਇਹਨਾਂ ਨੇ ਫ੍ਰੀ ਚੜ੍ਹਨਾ ਹੈਗਾ, ਰਾਈਟ? ਹੁਣ ਜਦੋਂ ਬੀਬੀਆਂ ਵਿਚਾਰੀਆਂ ਅੱਡੇ 'ਤੇ ਖੜ੍ਹੀਆਂ ਰਹਿ ਜਾ ਕਰਨਗੀਆਂ, ਉਹਨਾਂ ਨੂੰ ਚੜ੍ਹਾਊਗਾ ਹੁਣ? ਉਹ ਬਣਾ ਕੇ ਦੇ ਲਈ ਆ, ਹਾਲਾਂਕਿ ਉਹ ਟਿਕਟ ਦੇ ਕੇ ਆਪਣਾ ਟਿਕਟ ਲਾ ਕੇ ਉਹ ਆਪਣੇ ਅੱਡੇ ਜਿੱਥੇ ਤੱਕ ਉਹਨਾਂ ਦਾ ਡੈਸਟੀਨੇਸ਼ਨ ਉੱਥੇ ਪਹੁੰਚ ਸਕਦੀਆਂ, ਹੁਣ ਤਾਂ ਉਹਨਾਂ ਦਾ ਉਹ ਕੰਮ ਹੀ ਖਤਮ ਕਰਦਾ ਕਿ ਪਹੁੰਚ ਹੀ ਨਹੀਂ ਸਕਦੀਆਂ। ਨਹੀਂ ਨਹੀਂ ਮੈਂ ਹੁਣ ਤੁਹਾਡੇ ਸਾਹਮਣੇ ਸਿਸਟਮ ਦੇਖੋ ਕੀ ਹੁੰਦਾ ਜਾ ਰਿਹਾ ਉੱਥੇ ਰਾਜਨੀਤੀ ਦਾ, ਵੀ ਪੈਸਾ ਲੈ ਕੇ ਜਾਂ ਪੈਸਾ ਵੰਡ ਕੇ ਕਹਿ ਲਓ ਜਾਂ ਪੈਸੇ ਦੇ ਤੌਰ 'ਤੇ ਕਹਿ ਲਓ ਵੋਟਾਂ ਜਿੱਤ ਕੇ ਆਪਣੇ ਪਰਿਵਾਰਾਂ ਲਈ ਕਹਿ ਲਓ ਆਪਣੀਆਂ ਤਨਖਾਹਾਂ ਪੱਕੀਆਂ, ਜਿਵੇਂ ਬਾਦਲ ਸਾਹਿਬ 5 ਪੈਨਸ਼ਨਾਂ ਲੈਂਦੇ ਨੇ, ਜਿੰਨਾ ਪੈਸਾ ਆਉਂਦਾ ਆਈ ਜਾਣ ਦਿਓ, ਤੁਸੀਂ ਸਭ ਕੁਛ ਪ੍ਰਾਈਵੇਟ ਕਰੀ ਜਾ ਰਹੇ ਨੇ, ਚਾਹੇ ਸੈਂਟਰ ਆ ਚਾਹੇ ਉਹ, ਆਪਾਂ ਦਿਸ਼ਾ ਦੇਖ ਰਹੇ ਹਾਂ ਹੁਣ ਦਿਸ਼ਾ ਆਉਣ ਵਾਲੇ ਟਾਈਮ 'ਚ ਕੀ ਹੋਣਾ, ਅਤੇ ਮੰਤਰੀਆਂ ਤੋਂ ਕੀ ਕਰਾਉਣਾ ਫਿਰ ਲੋਕਾਂ ਨੇ?
जे सारा कुछ सरकारी कुछ भी नहीं रहना, जिहड़ी एजुकेशन आ वी प्राइवेट, जिहड़ा बाकी होर सिस्टम आ वी प्राइवेट, ते मंत्रियां ने की करना, रोड़ा प्राइवेट टोल ते हो गया, रखने का केड़ा कानून बनाना इन्हां ने, थोनू कुट्टदा ओही कोई आ ओह तां मैं दसदा नरेंद्र सिंह जी, इन्हां ने कुछ नहीं बनाना होर। नहीं नहीं इन्होंने केड़े कानून बनाने, इन्होंने ये उन्होंने जो 100% करिंदे होंगे ना पेड करिंदे, जिन्होंने आप जालम कहने है, पेड जालम हो गए ये लोग आने वाले, जी दिशा बन रही हैगी है कि यह दसणगे सेंटर नूं कि सानू आ कानून लिया के दिओ, असीं ये लागू करते हैं तो इस तरीके दे नाल ये लोग काबू आने हैं, इदा इन्हां ते आह शिकंजा कसया जाना चाहिए हैगा, तो असीं पुलिस नूं दवांगे खुली छुट्टी, तुसीं कोटां बंद कर लिओ अपनियां, और पिछले समय च भी कीता ते गां भी होना, बहुत वड्डे लैवल तुहाडी कोई सुनवाई नहीं होनी, तुहाडा कोई गुनाह नहीं हैगा, तुसीं लुकदे फिरूंगे जिदा लखा लुकदा फिरदा, लखे का कोई गुनाह नहीं, कोई प्रूव नहीं कर सकिया उहदा की गुनाह आ, पर उह लुकदा फिर, एदू वड्डी एग्जाम्पल की तुहानूं चाहीदी हैगी आ, आपां किसे नूं ब्लेम ना करिए, पर जिहड़ा सिस्टम क्रिएट करता उन्होंने, अज मैं तां इन्हां सारिआं नूं करिंदे कहूंगा, जिन्ने भी पोलीटिकल लीडर हैगे आ, जिन्ने भी आ संघर्ष वाले लीडर हैगे आ, दे ऑल वर्किंग टूगैदर फॉर दिल्ली, दिल्ली दरबार दे लई वर्क कर रहे हैगे कि तुसीं दसो कि किहड़े बंदे नूं आपां भजाउणा। अच्छा हुण जे उहनूं लखे नूं लै आए आ, हुण उहदे गुनाह कितना माफ होगा बई, इहदा मतलब तुसीं सेंटर दे तुहाडे नाल, सेंटर दी तुहाडे नाल जारी आ, ਹੁਣ ਉਹ ਕਿੱਦਾਂ ਤੁਹਾਡੀ ਸਟੇਜ ਤੋਂ ਬੋਲ ਸਕਦਾ ਬਈ? ਬਿਲਕੁਲ ਸਰ, ਜਦੋਂ ਵੀ ਸਾਨੂੰ ਵੇਚਿਆ, ਸਾਡੇ ਲੀਡਰਾਂ ਨੇ ਵੇਚਿਆ, ਆਉਣ ਵਾਲਾ ਸਮਾਂ ਕਹਿ ਲਓ ਜਾਂ ਆਪਾਂ ਦਿਸ਼ਾ ਦੀ ਗੱਲ ਕਰ ਰਹੇ ਹਾਂ, ਜਾਂ ਪਿਛਲਾ ਸਮਾਂ ਸਾਡੇ ਬਿਲਕੁਲ ਸਾਹਮਣੇ ਆ, ਕਿਸੇ ਵੀ ਧਿਰ ਕਹਿ ਲਓ, ਚਾਹੇ ਬਹੁਜਨ ਸਮਾਜ ਪਾਰਟੀਆਂ ਕਹਿ ਲਓ ਜਾਂ ਅਕਾਲੀ ਦਲ ਕਹਿ ਲਓ, ਕਿਹਨੇ ਕਿਹਨੂੰ ਨਹੀਂ ਵੇਚਿਆ, ਜੇ ਆਪਾਂ ਮਾਇਆਵਤੀ ਕਹਿ ਲਓ, ਦੇਖੋ ਕਿਵੇਂ ਉਹ ਗਰੀਬਾਂ ਦੀਆਂ ਹੱਕਾਂ ਨੂੰ ਵੇਚ ਕੇ ਕਿਵੇਂ ਆਪਦੀ ਸੰਪਤੀ ਬਣਾਈ ਬੈਠੀ ਆ, ਅਤੇ ਉਹ ਮੋਦੀ ਦੇ ਖਿਲਾਫ਼ ਕਿਉਂ ਨਹੀਂ ਬੋਲ ਰਹੀ? ਪਤਾ ਉਹਨੂੰ, ਮੇਰੇ ਤਾਂ ਈਡੀ ਨੇ ਆਪਣੀਆਂ ਰੇਡ ਜਾਂ ਹੋਰ ਆਉਣ ਤਾਂ ਦਿਨਾਂ 'ਚ ਅੰਦਰ ਕਰਕੇ, ਉਹ ਜਿਵੇਂ ਲਾਲੂ ਬੋਲਿਆ ਤੇ ਉਹ ਅੰਦਰ ਠੋਕਤਾ, ਖਾਂਦੇ ਆ ਸਾਰੇ, ਅਸੀਂ ਨਹੀਂ ਕਹਿੰਦਾ ਉਹਨਾਂ ਨਹੀਂ ਖਾਧਾ ਹੋਊ, ਪਰ ਹੁਣ ਹਰਿਆਣੇ ਵਿੱਚ ਜਿਹੜਾ ਵੀ ਆਹ ਸੰਘਰਸ਼ ਦੇ ਵਿੱਚ ਬੋਲਿਆ, ਕਹਿ ਲਓ ਠੀਕ ਆ ਸੰਘਰਸ਼ ਤਾਂ ਕਿਸਾਨਾਂ ਦਾ, ਪਰ ਸਾਡੇ ਲੀਡਰ ਕਹਿ ਲਓ, ਕਈ ਕਹਿੰਦੇ ਆ ਜੀ ਅਸੀਂ ਲੀਡਰਾਂ ਦੇ ਐਂ ਨਹੀਂ ਦੋਸ਼ ਲਓ ਉਹਨਾਂ ਦਾ, ਇੰਨਾ ਟਾਈਮ ਹੋ ਗਿਆ, ਪਰ ਕਾਰਨ ਕੀ ਆ ਜਿਹੜੀਆਂ ਆਹ ਗੱਲਾਂ ਹੋ ਰਹੀਆਂ ਨੇ, ਸਰਕਾਰ ਪੱਖੀ ਕਹਿ ਲਓ ਜਾਂ ਹੋਰ ਆ, ਇਹ ਸਾਡੇ ਸਾਹਮਣੇ ਨੇ, ਉਹੀ ਅਸੀਂ ਅੱਖਾਂ ਮੀਚ ਕੇ ਵੀ ਗੱਲ ਉਹੀ ਆ ਵੀ ਅੰਨਾ ਆਗੂ ਜੇ ਥੀਏ, ਵੀ ਉਹਨਾਂ ਦਾ ਜਿਹੜਾ ਹੁਣ ਜੇ ਤੁਹਾਡਾ ਆਗੂ ਹੀ ਅੰਨਾ, ਤੇ ਫਿਰ ਤੁਹਾਡਾ ਆਉਣ ਵਾਲੇ ਬਣਨਾ ਕੀ ਆ, ਭਵਿੱਖ ਕੀ ਬਣਨਾ, ਹੈ ਨਾ, ਆਪਾਂ ਕਹਿੰਦੇ ਇਹਦਾ ਦੇਸੀ ਜੇ ਸ਼ਬਦਾਂ 'ਚ ਅੰਨਿਆਂ 'ਚ ਕਾਣਾ ਰਾਜਾ, ਵੀ ਇੱਕ ਜਿਹੜੇ ਅੰਨੇ ਉਹ ਵੋਟਾਂ ਪਾਈ ਜਾਂਦੇ ਆ, ਉਹਨਾਂ 'ਚ ਕਾਣੇ ਰਾਜੇ ਨੇ, ਉਹਨਾਂ ਨੂੰ ਮਾੜਾ ਮੋਟਾ ਦੇਖਦਾ ਵੀ ਇਹਨਾਂ ਨੂੰ। ਆਪਣਾ ਸਮਾਂ ਦੌੜਾ ਜਾਂਦਾ ਹੈਗਾ, ਤੁਹਾਡੇ 5 ਮਿੰਟ ਰਹਿ ਗਏ ਹੈਗੇ ਆ, ਇੱਕ ਆਪਣੇ 'ਚ ਧਾਰਨਾ ਹੈਗੀ ਆ ਕਿ ਇੱਕ ਉਹ ਬੰਦੇ ਆ ਜਿਹੜੇ ਸੋਚਦੇ ਆ ਕਿ ਜੇ ਸਾਨੂੰ ਸਿੱਖੀ ਨੂੰ ਪੰਜਾਬ ਨੂੰ ਕੋਈ ਬਚਾ ਰਿਹਾ ਤਾਂ ਸਾਡੀਆਂ ਸ਼ਹਾਦਤਾਂ ਬਚਾ ਰਹੀਆਂ ਹੈਗੀਆਂ, ਹਾਲਾਂਕਿ ਕੋਈ ਵੀ ਚਾਹੁੰਦਾ ਨਹੀਂ ਮਰਨਾ, ਨਾ ਹੀ ਸ਼ਹਾਦਤ ਕਿਸੇ ਦੇ ਵੱਸਦੀ ਆ, ਪਰ ਇਹ ਜਿਹੜਾ ਸਿਸਟਮ ਆ ਸਾਨੂੰ ਉਹੀ ਵਿਚਾਰ ਰਿਹਾ, ਨਹੀਂ ਤਾਂ ਸਾਡਾ ਅਤੇ ਦੂਜਿਆਂ ਦਾ ਕੋਈ ਫਰਕ ਨਹੀਂ ਹੈਗਾ, ਜਾਂ ਸਾਨੂੰ ਜੇਲ੍ਹਾਂ ਕੱਟਣੀਆਂ ਪੈ ਰਹੀਆਂ ਹੈਗੀਆਂ, ਜਾਂ ਸਾਡੀਆਂ ਸਾਨੂੰ ਸਿਰ ਦੇਣਾ ਪੈਂਦਾ ਹੈਗਾ, ਪਰ ਬਹੁਤ ਸਾਰੇ ਲੋਕ ਉਹ ਸੋਚਦੇ ਆ ਕਿ ਸਾਨੂੰ ਸਿਰ ਵਰਤਣ ਦੀ ਲੋੜ ਆ, ਅਤੇ ਜਿਹੜੇ ਸਿਰ ਵਰਤ ਕੇ ਆ, ਜਿਹੜੀਆਂ ਆਪਾਂ ਸਾਰੀਆਂ ਗੱਲਾਂ ਕੀਤੀਆਂ ਹੈਗੀਆਂ ਕਿ ਕਿਵੇਂ ਸਾਡੀ ਜਿਹੜੀ ਬੋਲੀ 'ਤੇ ਮਾਰ ਆ, ਸਾਡਾ ਸਿਸਟਮ ਜਿਹੜਾ ਵਿਗੜ ਚੁੱਕਾ ਹੈਗਾ, ਔਰ ਕਿੱਧਰ ਨੂੰ ਇਹ ਜਾ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ, ਕਿੱਦਾਂ ਇਹ ਜਿਹੜੇ ਲੋਕ ਆ ਜਿਨ੍ਹਾਂ ਨੂੰ ਅਸੀਂ ਚੁਣਦੇ ਹਾਂ, ਕਿੱਦਾਂ ਇਹ ਸੈਂਟਰ ਲਈ ਕੰਮ ਕਰਨਗੇ, ਅਤੇ ਉਹਨਾਂ ਕੋਲ ਕੋਈ ਆਪਸ਼ਨ ਨਹੀਂ ਹੈਗੀ, ਤੁਹਾਡੇ ਕੋਲ ਕੋਈ ਆਪਸ਼ਨ ਨਹੀਂ, ਤੁਸੀਂ ਜਿਹਨੂੰ ਮਰਜ਼ੀ ਚੁਣ ਲਓ, ਦੇ ਕੈਨ ਡੂ ਦ ਸੇਮ ਥਿੰਗ ਬਿਕੋਜ਼ ਉਹ ਸਿਸਟਮ ਕ੍ਰੀਏਟ ਹੋ ਚੁੱਕਾ ਆਲਰੇਡੀ। ਸੋ ਜਿਹੜੇ ਲੋਕ ਕਹਿੰਦੇ ਕਿ ਸਾਨੂੰ ਸਿਰ ਵਰਤਣਾ ਚਾਹੀਦਾ, ਉਹ ਕਿੱਥੇ ਆ ਇਸ ਵੇਲੇ, ਜਾਂ ਕਿੱਥੇ ਕਿੱਥੇ ਹੋਣਗੇ 5 ਸਾਲਾਂ? ਹੁਣ ਮੈਂ ਸਿਰ ਵਰਤਣ ਵਾਲਿਆਂ ਦੀ ਕਹਾਣੀ ਸੁਣਾ ਦਿੰਦਾ ਜੀ, ਇੱਕ ਛੋਟੀ ਜੀ, ਮੈਂ ਸਿਰ ਵਰਤਣ ਦੀ ਗੱਲ ਤੁਸੀਂ ਕੀਤੀ ਆ, ਇੱਕ ਛੋਟੇ ਹੁੰਦੇ ਪੜ੍ਹਦੇ ਹੁੰਦੇ ਸੀ ਦੋ ਬਾਂਦਰ, ਤੇ ਉਹਨਾਂ ਨੂੰ ਕੇਲਾ ਲੱਭ ਗਿਆ, ਤੇ ਉਹਨਾਂ ਦੀ ਲੜਾਈ ਪੈ ਗਈ ਵੰਡਣ ਦੀ, ਰਾਈਟ, ਤੇ ਮੂਹਰੇ ਸੀਗੀ ਚਲਾਕ ਬਿੱਲੀ, ਲਓ ਕਹਿੰਦੀ ਮੈਂ ਵੰਡ ਦਿੰਦੀ ਹਾਂ, ਉਹਨੇ ਇੱਕ ਥੋੜ੍ਹਾ ਜਿਹਾ ਘੱਟ ਤੋੜ ਲਿਆ, ਇੱਕ ਵੱਧ ਤੋੜ ਲਿਆ, ਹੁਣ ਇੱਕ ਦੋਨਾਂ ਨੂੰ ਫੜਾ ਤਾ, ਉਹ ਕਹਿੰਦਾ ਨਾ, ਉਹ ਕਹਿੰਦਾ ਦੂਜੇ ਨੂੰ ਵੱਧ ਦੇਤਾ ਤਾਂ ਮੈਨੂੰ ਘੱਟ ਦੇਤਾ, ਉਹ ਕਹਿੰਦੀ ਲਿਓ ਬਰਾਬਰ ਕਰ ਦਿੰਦੀ, ਉਹਦੇ ਦੰਦੀ ਵੱਡੀ ਦੂਜੇ 'ਤੇ ਵੱਧ ਵੱਢਤੀ ਅਤੇ ਦੂਜੇ 'ਤੇ ਘੱਟ, ਹੈ ਨਾ, ਉਹ ਫਿਰ ਇਨਬੈਲੈਂਸ ਹੋ ਗਿਆ, ਉਹ ਹੌਲੀ ਹੌਲੀ ਕਰਦੀ ਉਹ ਸਾਰਾ ਕੇਲਾ ਖੈਰ ਗਈ, ਅਤੇ ਬਾਂਦਰ ਹੱਥ ਝਾੜ ਕੇ ਤੁਰ ਗਏ, ਸੋਰੀ ਟੂ ਸੇ, ਮੈਨੂੰ ਕਹਿਣਾ ਪਊ, ਅਸੀਂ ਉਹਨਾਂ ਸਾਰਾ ਸਟੇਟ ਆ ਜੋ ਸਾਡੀ ਬਾਂਦਰਾਂ ਦੇ ਵਿੱਚ ਆ, ਸਾਡੇ ਪੰਜਾਬ ਦੇ ਨੇਤਾ ਜਾਂ ਹੋਰ ਆ ਸਿਸਟਮ ਆ ਜਿਹੜੇ ਆਪਦੇ ਆਪ ਨੂੰ ਜਾਂ ਬੁੱਧੀਜੀਵੀ ਕਹਾਉਂਦੇ ਆ, ਚਾਹੇ ਸਾਡੀਆਂ ਸਿੱਖ ਸੰਸਥਾਵਾਂ ਕਹਿ ਲਓ ਜਾਂ ਹੋਰ ਸੰਸਥਾਵਾਂ ਕਹਿ ਲਓ, ਅਸੀਂ ਆਪਸ ਵਿੱਚ ਪੱਟੋ ਧਾੜ ਦੇ ਵਿੱਚ ਇੰਨਾ ਖਿੰਡ ਚੁੱਕੇ ਹਾਂ, ਅਤੇ ਬਿੱਲੀ ਖਾ ਰਹੀ ਆ, ਅਤੇ ਅਸੀਂ ਆਪਸ ਵਿੱਚ ਲੜ ਰਹੇ ਹਾਂ ਜਾਂ ਦਿਖਾਵਾ ਕਰ ਰਹੇ ਹਾਂ ਇੱਕ ਦੂਜੇ ਤੋਂ ਮੂਹਰੇ ਹੋ ਕੇ, ਚੰਗੇ ਹੋਣ ਦਾ ਜਾਂ ਖਹਿਰਾ ਹੋਵੇ ਕੋਈ ਵੀ ਆ, ਥੱਲੇ ਆਪ ਪਾਰਟੀ ਹੋਵੇ ਜੋ ਵੀ ਆਉਂਦੇ ਆ, ਗੱਲ ਉੱਥੇ ਹੀ ਆ ਖੜਦੀ ਆ ਵੀ ਇਹਦੇ ਵਿੱਚ ਉਹ ਦੋਸ਼ੀ ਨਹੀਂ ਹੈਗੇ, ਅਸੀਂ ਦੋਸ਼ੀ ਥੱਲੇ ਵਾਲੇ ਹਾਂ ਜਿਹੜੇ ਸ਼ੁਰੂ ਤੋਂ ਥੱਲੇ ਤੋਂ
ਸਟਾਰਟ ਹੁੰਦਾ। ਕੀ ਕਰਨਾ ਚਾਹੀਦਾ ਜੇ ਆਪਾਂ ਇਹਨਾਂ ਸਾਰੇ ਮਸਲਿਆਂ ਦਾ ਜਿਹੜਾ ਹੈ ਗੱਲ, ਭਈ ਜਿੱਦਾਂ ਹੁਣ ਕਾਨੂੰਨ ਬਣਾਉਣੇ ਪੋਲੀਟੀਕਲ ਬੰਦਿਆਂ ਨੇ ਬਣਾਉਣੇ ਆ, ਸਾਨੂੰ ਕਿੱਦਾਂ ਹੱਕਾਂ ਦਾ ਪਤਾ ਲੱਗੂਗਾ, ਕਿਹਨੇ ਦੱਸਣਾ ਸਾਨੂੰ? ਇਹ ਤਾਂ ਲੀਡਰ ਨੇ ਦੱਸਣਾ ਹੁੰਦਾ ਕਿ ਤੁਹਾਡਾ ਆਹ ਹੱਕ ਬਣਦਾ, ਜੇ ਤੁਸੀਂ ਮੈਨੂੰ ਵੋਟ ਪਾਓਗੇ ਤਾਂ ਮੈਂ ਤੁਹਾਨੂੰ ਆਹ ਹੱਕ ਲੈ ਕੇ ਦਊਂਗਾ, ਅਤੇ ਉਹ ਤਾਂ ਦੱਸਦੇ ਨਹੀਂ ਹੈਗੇ, ਫਿਰ ਕੌਣ ਦੱਸੂਗਾ ਹੱਕਾਂ ਵਾਲੀ? ਤਾਂ ਉੱਥੇ ਸਿੰਘ ਸਾਹਿਬ ਗੱਲ ਹੀ ਨਹੀਂ ਰਹੀ ਕੋਈ, ਜਿਹੜੀ ਮੈਂ ਤੁਹਾਨੂੰ ਗੱਲ ਦਿੱਤੀ ਹੈ, ਸਾਡੇ 'ਤੇ ਤਾਂ ਹੱਕ ਲਾਗੂ ਹੀ ਨਹੀਂ ਹੁੰਦੇ। ਸਿੱਧਾ ਜਿਹਾ ਸਿਸਟਮ ਜਿਹੜੀ ਮੈਂ ਤੁਹਾਨੂੰ 13 ਪਾਰਲੀਮੈਂਟ ਦੀਆਂ ਸੀਟਾਂ ਜਾਂ ਦੱਸਿਆ, ਉਹ ਤਾਂ ਤੁਸੀਂ ਉੱਥੇ ਜੀਰੋ ਉੱਥੋਂ ਅੱਜ ਮੰਨ ਲਿਓ, ਵੋਟਾਂ ਪਾ ਕੇ ਮੰਨ ਲਿਓ, ਆਪਣੇ ਪਸੰਦ ਦੇ ਲੀਡਰ ਬਣਾ ਕੇ ਮੰਨ ਲਿਓ। ਜਿਵੇਂ ਹੁਣ ਸਿਮਰਜੀਤ ਸਿੰਘ ਮਾਨ ਵੇਲੇ ਕੀ ਹੋਇਆ ਸੀ ਤੁਹਾਡੇ ਸਾਹਮਣੇ ਆ, ਇੱਕ ਉਹ ਮੁੱਦਾ ਜਿਹੜਾ ਕਿ ਅੱਜ ਕਿਰਪਾਨ ਦੀ ਗੱਲ ਉਠਾਈ ਜਾ ਰਹੀ ਆ, ਉਹਦੇ ਕਰਕੇ ਉਹਨਾਂ ਨੂੰ ਉੱਥੇ ਦਾਖਲ ਨਹੀਂ ਦੇਣ ਦਿੱਤਾ, ਸਾਰਾ ਭੰਗ ਹੋ ਗਿਆ ਸਿਸਟਮ। ਉਹ ਹਾਲਾਂਕਿ ਅਸੀਂ ਕਈ ਵਾਰ ਠੀਕ ਆ ਅਸੀਂ ਵੀ ਵਿੱਚ ਕਹਿ ਦਿੰਦੇ, ਫਿਰ ਕੀ ਹੋ ਜਾਂਦਾ ਜੇ ਮਾਨ ਨਾ ਕਿਰਪਾਨ ਲੈ ਜਾਂਦਾ, ਉਹ ਤੂੰ ਬਣ ਗਏ ਸੀ ਚਲੇ ਤਾਂ ਜਾਂਦੇ, ਇਹਨਾਂ ਨੇ ਆ ਕਰਦਾ। ਪਰ ਇਹ ਕਈ ਵਾਰ ਇਹ ਵੀ ਸੋਚੀਦਾ ਵੀ ਸਿੰਬਲ ਦੇ ਤੌਰ ਤੇ ਬਹੁਤ ਵੱਡੀਆਂ ਗੱਲਾਂ ਹੁੰਦੀਆਂ ਨੇ, ਕਹਿ ਦੇਣਾ ਬਹੁਤ ਸੌਖਾ ਹੁੰਦਾ। ਇਹ ਸਾਡੇ ਸਾਹਮਣੇ ਵੀ ਸਾਡਾ ਆਧਾਰ ਉੱਥੇ ਜੀਰੋ ਆ, ਚਾਹੇ ਆਪਣੇ ਪਸੰਦੀਦੇ ਬਣਾ ਕੇ ਭੇਜ ਦਿਓ, ਚਾਹੇ ਨਾ ਪਸੰਦੀਦੇ ਬਣਾ ਲਿਓ, ਜੋ ਉਹਨਾਂ ਦੇ ਸਿਸਟਮ ਜੋ ਕੰਟਰੋਲ ਆ ਉਹਨਾਂ ਨੇ ਚਲਾਉਣਾ ਉਹ ਉਹਨਾਂ ਦੇ ਹੱਥ 'ਚ ਆ। ਤੁਸੀਂ ਆ ਵੋਟਾਂ ਦੀਆਂ ਮਸ਼ੀਨਾਂ 'ਚ ਦੇ ਚੁੱਕੇ ਹੋ। ਕਈ ਕਹਿੰਦੇ ਜੀ ਇਹ ਵੀ ਬੰਦ ਕਰ ਦਿਓ, ਮੰਨ ਲਓ ਬੈਲਟ ਪੇਪਰ ਆ ਗਿਆ, ਉਹ ਬੈਲਟ ਪੇਪਰਾਂ ਦੀਆਂ ਭਰ ਭਰ ਚੇਂਜ ਕਰ ਦੇਣਗੇ, ਬਦਲ ਦੇਣਗੇ, ਫਿਰ ਕੀ ਹੋ? ਵੀ ਉਹ ਗੱਲ ਮੈਂ ਗੱਲ ਤੁਹਾਨੂੰ ਦੱਸਦਾ ਵੀ ਸਾਡੇ ਨਾਲ ਉਹ ਹੋ ਰਿਹਾ, ਜਿਵੇਂ ਲੀਡਰ ਕਹਿ ਲਓ ਜਾਂ ਕੇਜਰੀਵਾਲ ਕਹਿ ਲਓ ਜਾਂ ਪੰਜਾਬ 'ਚ ਤੁਸੀਂ ਕਹਿੰਦੇ ਵੀ ਨਵੇਂ ਲੀਡਰ ਆਪਾਂ ਬਣਾ ਲਈਏ, ਵੀ ਇੱਕ ਜਵਾਕ ਨੂੰ ਨਾ ਖਿਡਾਉਣਾ ਦੇ ਦਈਏ, ਉਹ ਖੇਡ ਕੇ ਅੱਕ ਜਾਂਦਾ, ਉਹ ਤੋਂ ਨਵਾਂ ਖਿਡਾਉਣਾ ਮੂਹਰੇ ਧਰਦੀ, ਉਹ ਪੁਰਾਣੇ ਨੂੰ ਪਿੱਛੇ ਕਰ ਦਿੰਦਾ ਤੇ ਨਵੇਂ ਨਾਲ ਖੇਡੀ ਜਾਂਦਾ। ਇੱਕ ਗੱਲ ਆਪਾਂ ਨਾਲ ਖੇਡ ਰਹੇ ਹਾਂ, ਬਿਲਕੁਲ ਬਿਲਕੁਲ ਇਹੀ ਗੱਲ ਹੈਗੀ ਆ ਕਿ ਪਰ ਇੱਕ ਹੋਰ ਚੀਜ਼ ਆਪਾਂ ਜਿਹੜੀ ਕਿਸਾਨ ਸੰਘਰਸ਼ ਦੀ ਗੱਲ ਜਦੋਂ, ਕਿਉਂਕਿ ਕਰੰਟ ਮੁੱਦਾ ਹੈਗਾ ਉਹਦੇ 'ਚ, ਇੱਕ ਗੱਲ ਸਾਫ ਜ਼ਾਹਰ ਹੋਣੀ ਹੈਗੀ ਆ ਕਿ ਉਹ ਜਿੱਦਾਂ ਲੋਕ ਸੋਚਦੇ ਆ ਸੰਵਿਧਾਨ ਸਾਡਾ ਹੈ ਜੀ, ਸਾਡਾ ਸਾਰਾ ਕੁਛ ਵਧੀਆ ਚੱਲ ਰਿਹਾ ਹੈਗਾ ਆ, ਆਹ ਆਖਰੀ ਤਰੀਕਾ ਆ, ਉਹਨਾਂ ਦਾ ਚਾਅ ਲੱਥ ਲੈਣ ਦਿਓ, ਦੇਖੋ ਫਿਰ ਚੇਂਜ ਆਉਂਦੀ, ਫਿਰ ਕੁਛ ਨਾ ਕੁਛ ਜ਼ਰੂਰ ਬਣੂਗਾ ਉਹਨਾਂ ਦਾ, ਜਿੰਨਾ ਚਿਰ ਉਹਨਾਂ ਦਾ ਚਾਅ ਨਹੀਂ ਜਿਹੜੇ ਉਹੀ ਜਿਵੇਂ ਤੁਸੀਂ ਪੱਤਰਕਾਰਾਂ ਦੀ ਗੱਲ ਕੀਤੀ ਆ, ਉਹ ਪੱਖੀ ਪੱਤਰਕਾਰ ਨੇ ਜਾਂ ਉਹ ਲੀਡਰ ਨੇ, ਅਖੇ ਜੀ ਸਾਡੇ ਸੰਘਰਸ਼ ਨੂੰ ਰੋਲਣ ਲਈ ਬਹੁਤ ਤਰ੍ਹਾਂ ਦੀਆਂ ਤਰਤੀਬਾਂ ਚੱਲੀਆਂ ਜਾ ਰਹੀਆਂ। ਉਹ ਭਲਿਓ ਮਾਨਸੋ, ਤੁਹਾਡਾ ਸੰਘਰਸ਼ ਤਾਂ ਸ਼ਾਂਤਮਈ ਆ, ਉਹਨੂੰ ਰੋਲਣ ਲਈ ਇੰਨੀ ਤਰਤੀਬਾਂ ਚੱਲੀਆਂ ਜਾ ਰਹੀਆਂ, ਜਿਹੜਾ ਹਥਿਆਰਬੰਦ ਸੰਘਰਸ਼ ਚੱਲਦਾ ਸੀ ਉਹਨੂੰ ਰੋਲਣ ਲਈ ਕੀ ਕੁਛ ਨਹੀਂ ਕੀਤਾ ਹੋਊ ਅਗਲਿਆਂ ਨੇ। ਤੇ ਤੁਸੀਂ ਕਿੱਥੇ ਸੀ ਉਦੋਂ? ਤੁਸੀਂ ਜਿਹੜੇ ਜਿਹੜੇ ਉਹ ਜਿਹੜੇ ਪੱਤਰਕਾਰ ਸੀ ਉਹ ਕਿੱਥੇ ਸੀ? ਉਹਨਾਂ ਨੇ ਕੀ ਲਿਖਿਆ ਉਦੋਂ? ਉਹ ਕਿੱਥੇ ਉਹ ਬੋਲੇ? ਉਹ ਹਾਲਾਂਕਿ ਉਹਨਾਂ ਨੇ ਉਹਨਾਂ ਦੇ ਹੱਕ 'ਚ ਭੁਗਤਿਆ, ਜਿਨ੍ਹਾਂ ਤੇ ਇਹੀ ਇੱਥੋਂ ਦੀ ਕਾਨੂੰਨ ਅਨੁਸਾਰ ਕੋਰਟ ਅਨੁਸਾਰ ਉਹਨਾਂ ਨੇ ਸਜ਼ਾ ਹੋਈ ਜਾਂ ਉਹਨਾਂ ਤੇ ਬਲੇਮ ਲੱਗੇ ਉਹਨਾਂ ਨੇ ਸਜ਼ਾ ਭੁਗਤੀ, ਤੁਸੀਂ ਉਹਨਾਂ ਦੇ ਹੱਕ 'ਚ ਲੈਟਰ ਲਿਖਦੇ ਹੋ ਤੇ ਤੁਸੀਂ ਬਣੇ ਹੋਏ ਹੋ ਸੱਚੇ, ਹੁਣ ਉਹਦਾ ਕਾਨੂੰਨ ਅਨੁਸਾਰ ਹੀ ਹੋਇਆ ਨਾ ਉਹਨਾਂ ਤੇ। ਇਹ ਗੱਲਾਂ ਸਾਨੂੰ ਸਾਰੀਆਂ ਸਾਹਮਣੇ ਰੱਖ ਕੇ ਤੁਰਨੀਆਂ ਪੈਣਗੀਆਂ ਜੇ ਅਸੀਂ ਦਿਸ਼ਾ ਨੂੰ ਵਧੀਆ ਪਾਸੇ ਲੈ ਕੇ ਜਾਣਾ। ਚਲੋ ਆਪਾਂ ਜਿੰਨੀ ਕੁ ਆਪਾਂ ਬੁੱਧ ਸੀਗੀ ਆਪਾਂ ਉੰਨੀ ਕੁ ਗੱਲਬਾਤ ਕੀਤੀ ਹੈਗੀ ਆ, ਸਾਡੀ ਕੋਸ਼ਿਸ਼ ਆ ਕਿ ਅਸੀਂ ਲੋਕਾਂ ਨੂੰ ਸੋਚਣ ਵਾਲੇ ਪਾਸੇ ਲੈ ਕੇ ਜਾਈਏ। ਸੋ ਤੁਸੀਂ ਵੀ ਨਾਲ ਜੁੜੇ, ਆਪਣੇ ਪਿੰਦਾ ਆਪਣੇ ਬੜੀ ਆਪਣੇ ਇੱਥੋਂ ਡੈਲਸ ਤੋਂ ਉਹ ਵੀ ਜੁੜੇ ਸੀਗੇ ਆਪਣੇ ਨਾਲ, ਹੋਰ ਕਈ ਸੱਜਣ ਜੁੜੇ ਆ, ਅਤੇ ਗੁਰਜੀਤ ਸਿੰਘ ਹੋਣਾ ਨੇ ਆਪਾਂ ਨੂੰ ਸਪੈਸ਼ਲ ਕਾਲ ਕੀਤੀ, ਉਹਨਾਂ ਸਾਰਿਆਂ ਦਾ ਧੰਨਵਾਦ, ਅਤੇ ਅਗਲੀ ਵੀਕ ਫਿਰ ਅਸੀਂ ਕਿਸੇ ਨਵੇਂ ਵਿਸ਼ੇ ਦੇ ਨਾਲ ਆਵਾਂਗੇ ਤੁਹਾਡੇ ਨਾਲ। ਤਦ ਤੱਕ ਲਈ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।